ਅਜੇ 40-50 ਕਿੱਲੋ ਬਾਈ ਦੀ ਇੱਕ ਵੀਡੀਓ ਵੀ ਸੀ, 50 ਕਿੱਲੋ ਵੇਟ ਹੁੰਦਾ ਅਤੇ ਕਹਿੰਦੇ 6-ਪੈਕ ਨਿਕਲਣੇ ਆ, ਉੱਤੋਂ ਤੁਸੀਂ ਟੀ ਸ਼ਰਟ ਜਾਂ ਸ਼ਰਟ ਪਾਈ ਹੁੰਦੀ, ਅਗਲਾ ਚਪੇੜ ਮਾਰ ਕੇ ਭਾਵੇਂ ਤੁਹਾਨੂੰ ਸੁੱਟ ਦੇ ਕਿਉਂਕਿ ਪਤਲੇ ਇੰਨੇ ਹੁੰਦੇ 6-ਪੈਕ। ਕਹਿੰਦਾ ਬਾਈ ਮੈਂ ਬਹੁਤ ਚਿੱਟਾ ਪੀਨਾ ਅਤੇ ਮੈਂ ਹੁਣ ਛੱਡਣਾ ਚਾਹੁੰਦਾ ਅਤੇ ਮੈਂ ਸਹਿ ਛੱਡ ਰਿਹਾ। ਅਤੇ ਮੈਂ ਕਿਹਾ ਬਾਈ ਜੀ ਕੋਈ ਨਾ, ਤੁਹਾਡੀ ਪੂਰੀ ਹੈਲਪ ਕੀਤੀ ਜਾਊਗੀ, ਆਪਣੀ ਆਹ ਫੀਸ ਆ ਅਤੇ ਇੱਦਾਂ ਇੱਦਾਂ ਆਪਣਾ ਸਾਰਾ ਕੰਮ ਆ। ਅਤੇ ਬਾਈ ਕਹਿੰਦਾ ਫਿਰ ਮੈਂ ਘਰਦਿਆਂ ਨੂੰ ਪੁੱਛ ਕੇ ਦੱਸੂਗਾ। ਅਤੇ ਮੈਂ ਕਿਹਾ ਬਾਈ ਜਦੋਂ ਚਿੱਟਾ ਪੀਨਾ ਉਦੋਂ ਘਰਦਿਆਂ ਨੂੰ ਪੁੱਛਿਆ ਸੀ? ਕਹਿੰਦਾ ਨਾ। ਅਤੇ ਮੈਂ ਫਿਰ ਉਦੋਂ ਪੈਸੇ ਕਿੱਥੋਂ ਆਉਂਦੇ? ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ GS ਮਹਿਕ ਅਤੇ ਸ਼ੋਅ ਦਾ ਹੋਸਟ, ਅਤੇ ਅੱਜ ਸਾਡੇ ਨਾਲ ਆਏ ਹੋਏ ਨੇ ਹਰਿਆਣੇ ਤੋਂ ਵੀਰ, ਜਿਹੜੇ ਕਿ ਸਤਨਾਮ ਖਹਿਰਾ ਦੇ ਨਾਮ ਤੋਂ ਤੁਸੀਂ ਜਾਣਦੇ ਹੋਵੋਗੇ ਸਾਰੇ ਜਾਣੇ ਵੀਰ ਨੂੰ, ਅਤੇ ਗੱਲਬਾਤ ਕਰਾਂਗੇ ਉਹਨਾਂ ਨਾਲ ਅਤੇ ਡਿਸਕਸ ਕਰਾਂਗੇ ਜਿਹੜਾ ਅੱਜ ਕੱਲ੍ਹ ਚੱਲ ਰਿਹਾ ਵਾ ਫੇਕ ਸਪਲੀਮੈਂਟ ਵਗੈਰਾ, ਸਟੀਰੋਇਡ ਵਗੈਰਾ, ਉਹਨਾਂ ਬਾਰੇ ਆਪਾਂ ਨੂੰ ਥੋੜ੍ਹੀ ਨੌਲੇਜ ਦੇਣਗੇ। ਅਤੇ ਵੈਸੇ ਇਹਨਾਂ ਦਾ ਆਪਣਾ ਕੰਮ ਵੀ ਇੰਸਟਾਗ੍ਰਾਮ 'ਤੇ ਵੀ ਇਹ ਜ਼ਿਆਦਾਤਰ ਆਹ ਚੀਜ਼ਾਂ ਬਾਰੇ ਹੀ ਬੋਲਦੇ ਨੇ, ਜਿਹੜੇ ਅੱਜ ਕੱਲ੍ਹ ਫੇਕ ਸਪਲੀਮੈਂਟ ਨੇ, ਸਟੀਰੋਇਡ ਚੱਲਦੇ ਨੇ, ਉਹਨਾਂ ਬਾਰੇ ਜ਼ਿਆਦਾ ਬੋਲਦੇ ਆ, ਗੱਲਬਾਤ ਕਰਦੇ ਉਹਨਾਂ ਨਾਲ। ਆ ਜਾਓ। ਸਤਿ ਸ਼੍ਰੀ ਅਕਾਲ ਭਾਅ ਜੀ, ਹੋਰ ਠੀਕ ਠਾਕ ਹੋ ਜੀ? ਸਤਿ ਸ਼੍ਰੀ ਅਕਾਲ ਭਾਅ ਜੀ। ਹਾਂਜੀ ਭਾਈ, ਬਹੁਤ ਵਧੀਆ। ਕੋਈ ਦਿੱਕਤ ਪਰੇਸ਼ਾਨੀ ਆਉਣ ਵਾਸਤੇ? ਨਹੀਂ, ਦਿੱਕਤ ਤਾਂ ਕੋਈ ਨਹੀਂ, ਬਸ ਥੋੜ੍ਹਾ ਅੱਗੇ ਚੱਲ ਗਏ ਹਾਂ। ਅੱਛਾ, ਪਰ ਆ ਗਏ ਹਾਂ ਸਹੀ ਟਿਕਾਣੇ 'ਤੇ। ਚਲੋ ਠੀਕ ਹੈ ਜੀ। ਅਤੇ ਟਾਈਮ ਤੁਸੀਂ ਦਿੱਤਾ ਜੀ 12 ਵਜੇ ਤਾਂ, ਪਰ ਪਹਿਲਾਂ ਹੀ ਆ ਗਏ। ਬਸ ਫਿਰ ਦੂਰ ਕਰਕੇ ਮੈਂ ਟਾਈਮ ਨਾਲ ਚੱਲ ਜਾਈਏ, ਕੀ ਪਤਾ ਕਿੰਨਾ ਟਾਈਮ ਲੱਗੇ, ਹੈ ਨਾ? ਲੱਗੇ ਹੁੰਦਾ ਬੰਦਾ ਫਿਰ ਪ੍ਰੋਪਰ ਆ ਜਾਂਦਾ। ਹਾਂਜੀ ਹਾਂਜੀ ਹਾਂਜੀ, ਹੋਰ ਠੀਕ ਠਾਕ ਹੋ? ਐਨ ਮੌਜਾ ਬਾਈ ਜੀ, ਕਿਰਪਾ ਮਾਲਕ ਦੀ। ਠੀਕ ਹੈ ਜੀ। ਅਤੇ ਇਹ ਤੁਸੀਂ ਲਾਈਨ 'ਚ ਆਉਣ ਬਾਰੇ ਕਿਵੇਂ ਸੋਚਿਆ? ਇਹ ਗੱਲ ਇੱਦਾਂ ਬਾਈ, ਮੈਨੂੰ 7 ਸਾਲ ਹੋ ਜਾਣੇ ਆ ਫਰਵਰੀ 'ਚ, ਹੈ ਨਾ, ਵੀ 7 ਸਾਲ ਲੱਗ ਹੋ ਗਏ ਜਿੰਮ ਆਉਂਦੇ ਨੂੰ। ਅਤੇ ਉਦੋਂ ਮੈਂ ਪੜ੍ਹਦਾ ਹੁੰਦਾ ਸੀ ਪਟਿਆਲੇ, 4-5 ਸਾਲ ਪਟਿਆਲੇ ਪੜ੍ਹੇ ਆ। ਉੱਥੇ ਤੁਹਾਨੂੰ ਪਤਾ ਹੀ ਆ, ਜਦੋਂ ਹੋਸਟਲ ਪੀਜ਼ਿਆਂ 'ਚ ਰਹਿਣਾ, ਰਹਿਣਾ ਸਹਿਣਾ ਖਾਣਾ ਪੀਣਾ, ਮਤਲਬ ਹਰੇਕ ਚੀਜ਼ ਕੀਤੀ ਜੋ ਵੀ ਅੱਜ ਕੱਲ੍ਹ ਯੂਥ ਕਰ ਰਹੀ ਆ, ਹੈ ਨਾ, ਜਿੱਦਾਂ ਵੀ ਆ ਡਰਿੰਕ ਡਰੁੰਕ ਜੋ ਵੀ ਆ, ਮਤਲਬ ਹਰੇਕ ਚੀਜ਼। ਅਤੇ ਅਚਾਨਕ ਫਿਰ ਯਾਰ 5-6-5 ਸਾਲ ਹੋ ਗਏ ਜਦੋਂ ਪਟਿਆਲੇ, ਫਿਰ ਮੈਂ ਅਚਾਨਕ ਇੱਕ ਦਿਨ, ਹਰ ਸ਼ਨੀ ਐਤਵਾਰ ਮੈਂ ਘਰ ਜਾਂਦਾ, ਅਤੇ ਸ਼ਨੀਵਾਰ ਇੱਕ ਦਿਨ ਮੈਂ, ਸ਼ੁੱਕਰਵਾਰ ਚਲ ਗਿਆ, ਸ਼ਨੀਵਾਰ ਦੀ ਛੁੱਟੀ ਸੀ, ਮੈਂ ਜਾਂ ਸ਼ੁੱਕਰਵਾਰ ਘਰ ਚੱਲਦੇ। ਅਤੇ ਅਗਲੇ ਦਿਨ ਮੈਂ ਚਲ ਗਿਆ ਆਪਣੇ ਅੱਡੇ 'ਤੇ, ਲੱਗ ਗਈ ਆਪਣੇ ਤੋਂ ਘਰ ਤੋਂ 5 ਕਿਲੋਮੀਟਰ ਅੱਡਾ ਵਾ। ਅੱਛਾ ਜੀ। ਉੱਥੇ ਆਪਾਂ ਚਲ ਗਏ, ਮੈਂ ਚੱਲ ਗੋਲ ਗੱਪੇ ਖਾ ਕੇ ਆਉਂਦੇ ਹਾਂ, ਕੁਲਚੇ ਕਲਚੇ, ਉਦੋਂ ਇਹਦਾ ਹੀ ਚਾਹ ਸੀ। ਗੋਲ ਗੱਪੇ ਖਾ ਕੇ ਮੈਂ ਯਾਰ ਜਿੰਮ ਵੇਹਨਾ, ਵੀ ਜਿੰਮ ਬੜੇ ਚਿਰ ਹੋ ਗਏ ਗਏ ਨੂੰ, ਕਿਉਂਕਿ ਪਹਿਲਾਂ ਵੀ ਜਾਂਦੇ ਹੁੰਦੇ, ਸ਼ੌਂਕ ਤਾਂ ਸ਼ੁਰੂ ਤੋਂ ਹੀ ਆ। ਹਾਂਜੀ। ਪਲੱਸ ਟੂ 'ਚ ਵੀ 2 ਮਹੀਨੇ ਲਾਲੀ ਛੱਡਤੀ, ਲਾਲੀ ਛੱਡਦੀ, ਇੱਦਾਂ ਚੱਲਦਾ ਰਿਹਾ ਕੰਮ। ਮੈਂ ਕਿਹਾ ਚਲੋ ਦੇਖਦੇ ਹਾਂ, 5 ਸਾਲ ਹੋ ਗਏ ਇੱਥੋਂ ਗਏ ਨੂੰ ਪਟਿਆਲੇ, ਵੇਹਨੇ ਕਿਹੜੇ ਕਿਹੜੇ ਮੁੰਡੇ ਆਉਂਦੇ ਆ। ਅਤੇ ਜਦੋਂ ਮੈਂ ਜਿੰਮ 'ਚ ਗਿਆ, ਅਤੇ ਜਿਹੜੀ ਜਿੰਮ ਸੀ ਉਹ ਬਾਈ ਨੇ ਉਹ ਚਲ ਗਿਆ ਸੀ ਆਸਟ੍ਰੇਲੀਆ, ਅਤੇ ਉਹਦਾ ਛੋਟਾ ਭਰਾ ਉੱਥੇ ਬਹਿੰਦਾ ਸੀ, ਚਾਚੇ ਦਾ ਮੁੰਡਾ। ਠੀਕ ਹੈ। ਉਹ ਕਹਿੰਦਾ, ਉਹ ਮੈਨੂੰ ਜਾਣਦਾ ਸੀ, ਕਹਿੰਦਾ ਬਾਈ ਆਪਾਂ ਜਿੰਮ ਸੇਲ ਕਰਨੀ ਆ। ਮੈਂ ਕਿਹਾ ਵੀ ਠੀਕ ਆ, ਜਿੰਮ ਤੁਹਾਡੀ ਵਿਕਾ ਦੂੰਗਾ ਮੈਂ, ਕੋਈ ਚੱਕਰ ਨਹੀਂ। ਅਤੇ ਇੱਕ ਲਾਗੇ ਆਪਣੇ ਪਿੰਡ ਦਾ ਮੁੰਡਾ ਯਾਰ ਦੋਸਤ, ਉਹ ਕਹਿੰਦਾ ਵੀ ਮੈਂ ਲੈ ਲੂੰਗਾ। ਮੈਂ ਕਿਹਾ ਵੀ ਤੂੰ ਲੈ ਲਾ। ਅਤੇ ਉਹ ਰੇਟ ਘੱਟ ਲਾਉਂਦਾ ਸੀ, ਵੀ ਉਹਨਾਂ ਦੀ ਗੱਲ ਨਹੀਂ ਬਣੀ। ਫਿਰ ਮੈਂ ਰਾਤ ਨੂੰ ਬਹਿ ਕੇ ਸੋਚਿਆ ਵੀ ਮਨਾ ਕੀ ਕਰੇਗਾ ਪਟਿਆਲੇ, ਹੁਣ ਉੱਥੇ ਧੱਕੇ ਹੀ ਆ, ਜ਼ਿੰਦਗੀ ਖਰਾਬ ਕਰਨ ਦਿਆਂ, ਕੁਛ ਆਸ਼ਕੀ ਇਹੋ ਜਿਹੀ ਮਾਰ ਗਈ, ਹੈ ਨਾ, ਦਿਲ 'ਤੇ ਸੱਟਾਂ 'ਤੇ ਹਰੇਕ 'ਤੇ ਲੱਗ ਗਿਆ, ਉਹਨੇ ਵੀ ਕਾਫੀ ਸੁਧਾਰਿਆ। ਫਿਰ ਜਦੋਂ ਆ ਗਏ, ਅਚਾਨਕ ਰਾਤ ਨੂੰ ਸਲਾਹ ਕੀਤੀ, ਸਵੇਰੇ ਮੈਂ ਆਪਣੇ ਡੈਡੀ ਨੂੰ ਦੱਸਿਆ, ਅਤੇ ਆਪਣੇ ਘਰਦਿਆਂ ਦਾ ਸ਼ੁਰੂ ਤੋਂ ਹੀ ਬੜਾ ਸਪੋਰਟ ਰਿਹਾ, ਹੈ ਨਾ, ਵਧੀਆ ਕੰਮ, ਆਪਾਂ ਨੂੰ ਕਿਸੇ ਗੱਲ ਦੀ ਨਾਂਹ ਨਹੀਂ ਆ, ਹਰੇਕ ਚੀਜ਼ ਆਪਣੀ ਪੂਰੀ ਹੋਈ। ਕਹਿੰਦਾ ਵੀ ਜਿੱਦਾਂ ਤੇਰਾ ਦਿਲ ਕਰਦਾ, ਬਸ ਲਾ ਲਓ ਵੀ ਸ਼ਨੀਵਾਰ ਪਲੈਨ ਬਣਿਆ, ਐਤਵਾਰ ਮੈਂ ਚੈੱਕ ਦੇ ਤਾ ਉਹਨੂੰ, 22 ਫਰਵਰੀ ਦੀ ਗੱਲ ਆ, ਮੈਂ ਚੈੱਕ ਦੇ ਤਾ। ਅਤੇ ਜਦੋਂ ਮੈਂ ਸੋਮਵਾਰ ਫਿਰ ਪਟਿਆਲੇ ਗਿਆ ਸਮਾਨ ਲੈਣ ਆਪਣਾ, ਅਤੇ ਜਿਹੜੇ ਯਾਰ ਦੋਸਤ ਸੀ ਉੱਥੋਂ ਦੇ ਨਾਲ ਰਹਿੰਦੇ, ਮੈਂ ਤਾਂ ਪਟਿਆਲਾ ਛੱਡਣ ਲੱਗਾ, ਅਤੇ ਉਹ ਮੰਨਣ ਨਾ, ਹੈ ਨਾ, ਕਿਉਂਕਿ 5 ਸਾਲ ਹੋ ਗਏ ਲੱਗੇ ਉਹਨੂੰ, ਵੀ ਇਹ ਨਹੀਂ ਛੱਡਦਾ, ਇੱਥੇ ਮਰੂ ਸਾਲਾ, ਇਹੋ ਜਿਹਾ ਹੀ ਸਾਰਾ ਦਿਨ ਬਸ ਜੋ ਵੀ ਰਹਿਣਾ ਨਾਲ, ਹੈ ਨਾ, ਬੰਦੇ ਨੂੰ ਹੋਈ ਜਾਂਦਾ ਵਾ, ਪਰ ਰੋਣਾ ਤੇ ਬੜਾ ਆ, ਛੱਡਤਾ ਫਸਟ, ਜਦੋਂ ਛੱਡਤਾ ਫਿਰ ਉਹ ਲੈਣ 'ਚ ਪੈ ਗਿਆ, ਮਨ ਬਣਾ ਲਿਆ, ਬਸ ਮਨ ਬਣਾ ਲਿਆ ਵੀ ਹੁਣ ਨਹੀਂ, ਜਦੋਂ ਪੈਸੇ ਦੇ ਮਨ ਬਣ ਗਿਆ। ਹਾਂਜੀ ਹਾਂ। ਬਸ ਫਿਰ ਉੱਥੋਂ ਸਟਾਰਟ ਹੋ ਗਈ ਬਾਈ ਲਾਈਫ ਆਪਣੀ ਜਿੰਮ ਦੀ, ਅਤੇ ਪਹਿਲਾਂ ਤਾਂ ਟਾਈਮ ਪਾਸ ਹੀ ਰਿਹਾ, ਹੈ ਨਾ। ਅਤੇ ਤੁਸੀਂ ਇਹ ਜਦੋਂ ਆਹ ਡਿਸੀਜਨ ਲਿਆ ਸੀਗਾ, ਉਦੋਂ ਸੋਚਿਆ ਸੀਗਾ ਵੀ ਤੁਸੀਂ ਇੱਦਾਂ ਲੋਕਾਂ ਨੂੰ? ਨਾ ਬਾਈ, ਮੈਂ ਕੁਛ ਗਾਈਡ ਕਰੋਗੇ ਜਾਂ ਸਿਰਫ ਆਪਣੇ ਪਰਸਨਲ ਕੰਮ ਲਈ? ਆਪਣੇ ਪਰਸਨਲ ਲਈ, ਸ਼ੌਂਕ ਲਈ, ਇੱਕ ਕੰਮ ਲਈ, ਕਿਉਂਕਿ ਪੜ੍ਹੇ ਪੜ੍ਹਦੇ ਤਾਂ ਤੈਨੂੰ ਪਤਾ ਆਪਾਂ ਕਿਹੋ ਜਿਹੇ ਆ ਪਿੰਡਾਂ ਵਾਲੇ, ਹਾਂਜੀ, ਫਿਰ ਘਰਦਿਆਂ ਨੂੰ ਬਹਾਨਾ ਵੀ ਕੋਈ ਚਾਹੀਦਾ ਸੀ, ਕਿਹੜੇ ਬਹਾਨਾ, ਕਿਹੜੇ ਬਹਾਨੇ ਨਾਲ ਛੱਡੀਏ ਪਟਿਆਲਾ, ਹਾਂਜੀ, ਵੀ ਇੰਨਾ ਕੁਛ 5 ਸਾਲ ਆ ਗਿਆ, ਖੱਟਿਆ ਕੀ ਆ, ਵੀ ਕੋਈ ਜੋਬ ਲੱਗਾ ਕੀ ਲੱਗਾ, ਫਿਰ ਇੱਕ ਬਹਾਨਾ ਵੀ ਮੰਨ ਕੇ ਚੱਲੋ ਵੀ ਚੱਲ ਕੰਮ ਲੱਗ ਗਿਆ, ਹੁਣ ਉਹਨਾਂ ਦਾ ਵੀ ਹੋ ਗਿਆ, ਚਲੋ ਕੰਮ ਲੱਗਾ, ਇਨਕਮ ਉਨਕਮ ਤਾਂ ਹੈ ਨਹੀਂ ਉਦੋਂ, ਮੰਨ ਕੇ ਚੱਲੋ ਵੱਧ ਤੋਂ ਵੱਧ 10,000 ਮਹੀਨਾ ਆ ਜਾਂਦਾ ਸੀ ਜਿੰਮ 'ਚੋਂ, ਕਿਉਂਕਿ ਛੋਟਾ ਜਿਹਾ ਕਸਬਾ ਵਾ, ਛੋਟੀ ਜਿਹੀ ਜਿੰਮ ਸੀ, ਹਾਂਜੀ ਹਾਂਜੀ, 10,000 ਮਹੀਨਾ ਆ ਜਾਣਾ, 4,000 ਤਿੰਨ ਰੈਂਟ ਨਿਕਲ ਜਾਣਾ, ਬਾਕੀ ਆਪ ਖਾ ਪੀ ਲੈਣਾ, ਵੀ ਚਲੋ ਟਾਈਮ ਪਾਸ ਹੋਣ ਆ ਗਿਆ, ਬਸ ਇਹ ਸ਼ੁਰੂਆਤ ਕੀਤੀ ਇੱਥੋਂ, ਸਲੋ ਸਲੋ ਚੱਲਦੇ ਰਹੇ। ਅਤੇ ਜਿਹੜਾ ਫੇਕ ਸਪਲੀਮੈਂਟ ਵਾਲਾ ਤੁਸੀਂ ਜ਼ਿਆਦਾਤਰ ਬੋਲਦੇ ਹੋ ਵੀ ਫੇਕ ਸਪਲੀਮੈਂਟ, ਫੇਕ ਸਪਲੀਮੈਂਟ ਗੱਲ ਇੱਦਾਂ ਨਾ ਬਾਈ, ਜਦੋਂ ਅਸੀਂ ਵੀ ਨਵੀਂ ਨਵੀਂ ਜਿੰਮ ਸ਼ੁਰੂ ਕੀਤੀ ਸੀ ਨਾ,
ਅਤੇ ਸਾਨੂੰ ਨੌਲੇਜ ਨਹੀਂ ਹੈਗੀ ਕਿਸੇ ਟ੍ਰੇਨਰ ਨੇ ਕਹਿਤਾ ਕਿਸੇ ਸਪਲੀਮੈਂਟ ਵਾਲੀ ਸ਼ੋਪ ਵਾਲੇ ਨੇ ਖਾਣਾ ਵੀ ਆਹ ਖਾਣਾ ਡੈਨਾਬੋਲ ਖਾਲਾ ਜੋ ਮਰਜ਼ੀ ਖਾਲਾ ਅਤੇ ਅਸੀਂ ਖਾਈ ਜਾਣੀ ਵੀ ਸ਼ਾਇਦ ਰਿਜ਼ਲਟ ਜਲਦੀ ਆ ਜੇ ਪਰ ਉਹ ਅਸੀਂ ਪੈਸੇ ਹੀ ਬਰਬਾਦ ਕੀਤੇ ਆ ਸਾਡੀ ਉਹ 'ਚ ਕੋਈ ਵੀ ਗਰੋਥ ਨਹੀਂ ਹੋਈ ਮਸਲ ਦੀ ਅਸੀਂ ਪੈਸੇ ਦਿੰਦੇ ਰਹੇ ਨਾ ਕੋਈ ਤਰੀਕਾ ਸੀ ਡਾਇਟ ਦਾ ਨਾ ਕੁਛ ਐਕਸਪੀਰੀਅੰਸ ਸੀ ਬਸ ਜੋ ਕਹਿਤਾ ਆਲੂ ਕਹਿਤਾ ਆਲੂ ਖਾ ਲਏ ਬਨਾਨਾ ਸ਼ੇਕ ਕਹਿਤਾ ਬਨਾਨਾ ਸ਼ੇਕ ਪੀ ਲਿਆ ਮਤਲਬ ਬਸ ਪਿੱਛੇ ਲੱਗੇ ਰਹੇ ਇਹ ਦੋ ਚੀਜ਼ਾਂ ਤਾਂ ਹਰੇਕ ਕੋਈ ਕਹਿ ਦਿੰਦਾ ਨਾ ਆਲੂ ਖਾ ਲਾ ਬਸ ਇਹ ਯਾਰ ਚੱਕਰ ਸਕੀ ਆਪਣੇ ਪਿੰਡਾਂ ਵਾਲਿਆਂ ਨੂੰ ਇਹ ਬੜਾ ਵਹਿਮ ਆ ਪਤਾ ਨਹੀਂ ਬਨਾਨਾ ਸ਼ੇਕ 'ਚ ਪਤਾ ਨਹੀਂ ਕਿੱਡੀ ਕੁ ਜਾਣ ਆ ਜੇ ਕਿਸੇ ਬਾਈ ਦਾ ਮੈਸੇਜ ਆਉਂਦੇ ਮੈਨੂੰ ਬਾਈ ਮੈਂ ਡਾਇਟ ਪੂਰੀ ਲੈਂਦਾ ਅਤੇ ਅੱਗੇ ਪਿੱਛੇ ਬਾਈ ਡਾਇਟ 'ਚ ਕੀ ਲੈਣਾ ਬਾਈ ਸਵੇਰੇ ਦਲੀਆ ਖਾ ਲਈ ਦਈ ਅਤੇ ਸ਼ਾਮ ਨੂੰ ਬਨਾਨਾ ਸ਼ੇਕ ਪੀ ਲਈਦਾ ਚਲੋ ਵੀ ਆਹ ਡਾਇਟ ਹੋ ਗਈ ਬਈ ਆਹ ਡਾਇਟ ਆ ਥੋੜ੍ਹੀ ਇਹ ਡਾਇਟ ਥੋੜ੍ਹੀ ਹੈ ਜੇ ਬੋਡੀ ਬਣਾਉਣੀ ਆਟੋਮੈਟਿਕ ਤੁਹਾਨੂੰ ਵਧੀਆ ਖਾਣਾ ਪਊਗਾ ਚੰਗਾ ਖਾਣਾ ਪਊਗਾ ਬੋਡੀ ਦੇ ਹਿਸਾਬ ਨਾਲ ਵੇਖਣਾ ਪਏਗਾ ਸਭ ਇੱਕ ਨਵੇਂ ਮੁੰਡੇ ਵਾਸਤੇ ਸਟਾਰਟਿੰਗ ਡਾਇਟ ਕੀ ਹੋਣੀ ਚਾਹੀਦੀ ਹੈ ਪੂਰੇ ਦਿਨ ਦੀ ਬਈ ਜਿਹੜੇ ਤਾਂ 16-17 ਸਾਲ ਦੀ ਉਮਰ ਦੇ ਮੁੰਡੇ ਆ ਠੀਕ ਹੈ ਨਾ ਨੋਰਮਲ ਗੱਲ ਆ ਜਿਹੜੇ ਅਜੇ ਨਵੀਂ ਨਵੀਂ ਸਟਾਰਟਿੰਗ ਕੀਤੀ ਆ ਉਹਨਾਂ ਨੂੰ ਤਾਂ ਮੈਂ ਇੱਕੋ ਰਿਕੁਐਸਟ ਕਰਦਾ ਵੀ ਸਪਲੀਮੈਂਟ ਦੇ ਚੱਕਰਾਂ 'ਚ ਨਾ ਪਓ ਨਾ ਹੀ ਤੁਸੀਂ ਡਾਇਟ ਦੇ ਚੱਕਰਾਂ 'ਚ ਪਓ ਅਜੇ ਨਵੇਂ ਹੋ ਠੀਕ ਆ ਤੁਸੀਂ ਆਪਣਾ ਜਿੰਮ ਜਾਓ ਰੈਗੂਲਰ ਰੂਟੀਨ 'ਤੇ ਬਣਾਓ ਤੁਸੀਂ ਵੇਖੋ ਤੁਸੀਂ ਵੀ ਜਿੰਮ ਚੀਜ਼ ਕੀ ਆ ਤੁਹਾਨੂੰ ਸੈੱਟ ਲਾਉਣੇ ਹੋਣੇ ਚਾਹੀਦੇ ਆ ਪਤਾ ਲੱਗੇ ਐਕਸਪੀਰੀਅੰਸ ਹੋਏਗਾ ਆਟੋਮੈਟਿਕ ਤੁਸੀਂ ਅੱਗੇ ਜੋ ਮਰਜ਼ੀ ਕਰ ਸਕਦੇ ਹੋ ਤੁਸੀਂ ਕੀ ਕਰਦੇ ਹੋ ਜੇ ਜਿੰਮ ਲੱਗਣ ਦੀ ਸਲਾਹ ਬਣਾਉਂਦੇ ਹੋ ਪਹਿਲਾਂ ਹੀ ਸਪਲੀਮੈਂਟ ਚੁੱਕ ਲਿਆਉਂਦੇ ਹੋ ਅਤੇ ਜਿੰਮ 'ਚ ਤੁਹਾਡਾ 5 ਦਿਨ ਜੀ ਨਹੀਂ ਲੱਗਦਾ ਫਿਰ ਉਹ ਸਪਲੀਮੈਂਟ ਤੁਸੀਂ ਸੁੱਟਦੇ ਫਿਰਦੇ ਹੋ ਹੈ ਨਾ ਮੈਂ ਤਾਂ ਇਹੀ ਸਲਾਹ ਦਿੰਦਾ ਜਿਹੜੇ ਵੀ ਨਵੇਂ ਮੁੰਡੇ ਜਿੰਮ ਜਾਂਦੇ ਹੈ ਨਾ ਉਹਨਾਂ ਨੂੰ ਇੱਕੋ ਸਲਾਹ ਬਾਈ ਤੁਸੀਂ ਜਦੋਂ ਵੀ ਜਿੰਮ ਸ਼ੁਰੂ ਕਰਨੀ ਆ ਨੋਰਮਲ ਚੱਲਣ ਤੋਂ ਜੋ ਲਾਈਫ ਹੈਗੀ ਨਾ ਜੋ ਖਾ ਰਹੇ ਹਾਂ ਖਾਂਦੇ ਰਹੋ 1-2 ਮਹੀਨਾ ਕਰੋ ਟਰਾਈ ਜਦੋਂ ਤੁਹਾਨੂੰ ਪਤਾ ਲੱਗ ਗਿਆ ਵੀ ਹਾਂ ਮੈਨੂੰ ਹੁਣ ਪਤਾ ਲੱਗ ਗਿਆ ਜਿੰਮ ਬਾਰੇ ਉਹ ਤੋਂ ਬਾਅਦ ਡਾਇਟ ਬਾਰੇ ਸੋਚੋ ਅਤੇ 6 ਮਹੀਨੇ ਘੱਟੋ ਘੱਟ ਉਸ ਤੋਂ ਬਾਅਦ ਤੁਸੀਂ ਸਪਲੀਮੈਂਟ ਬਾਰੇ ਸੋਚ ਸਕਦੇ ਹੋ ਅਤੇ ਸਪਲੀਮੈਂਟ ਕੋਈ ਇਹ ਥੋੜ੍ਹੀ ਆ ਵੀ ਸਪਲੀਮੈਂਟ ਖਾਧਾ ਤਾਂ ਸਵੇਰੇ ਬੋਡੀ ਬਣ ਜਾਣੀ ਇਹ ਬਾਈ ਤੁਹਾਡਾ ਵਹਿਮ ਆ ਸਪਲੀਮੈਂਟ ਕੁਛ ਨਹੀਂ ਕਰਦੇ ਸਪਲੀਮੈਂਟ ਸਿਰਫ 5% ਆਪਣਾ ਕੰਮ ਕਰਦੇ ਆ ਡਾਇਟ 'ਚ ਅਤੇ ਜੇ ਗੱਲ ਕਰੀਏ ਵੀ ਸਭ ਡੱਬੇ 2 ਖਾ ਲਾਂਗੇ ਤਾਂ ਬੋਡੀ ਬਣ ਜੂਗੀ ਇਹ ਵੀ ਤੁਹਾਡਾ ਵਹਿਮ ਆ ਤੁਸੀਂ ਪੈਸੇ ਵੇਸਟ ਕਰ ਰਹੇ ਹੋ ਜੇ ਡੱਬੇ ਖਾਣ ਨਾਲ ਬੋਡੀ ਬਣਦੀ ਫਿਰ ਤਾਂ ਹਰੇਕ ਫਿਰ ਅਮੀਰ ਖਾਣੇ ਦਾ ਹੀ ਫਿਰ ਤਾਂ ਹਰੇਕ ਅਮੀਰ ਦਾ ਪੁੱਤ ਬੋਡੀ ਬਿਲਡਰ ਹੁੰਦਾ ਫਿਰ ਸਾਡੀ ਵੈਲਿਊ ਨਾ ਹੁੰਦੀ ਬਈ ਜਿਹੜੇ ਵਧੀਆ ਮਸਲ ਬਣੇ ਉਹਨਾਂ ਦੀ ਵੈਲਿਊ ਨਾ ਹੁੰਦੀ ਕਿਉਂਕਿ ਜਣੇ ਖਾਣੇ ਨੇ ਬਣਾਇਆ ਹੋਣਾ ਹੈ ਹਾਂਜੀ ਹਾਂ ਉਹ ਗੱਲ ਜਿੱਦਾਂ ਬੁਲਟ ਹੁੰਦੇ ਸੀ ਪਹਿਲਾਂ ਪਿੰਡ 'ਚ ਜਾਂ ਏਰੀਏ 'ਚ 10-15 ਹੋਣੇ ਅਤੇ ਪੂਰੀ ਕਦਰ ਸੀ ਹਾਂਜੀ ਤੇ ਜੇ ਹਰੇਕ ਕੋ ਹੋ ਗਿਆ ਹੁਣ ਕੌਣ ਜਾਣਦਾ ਯਾਰ ਹਣਾ ਚਲੋ ਆਪਾਂ ਇਗਨੋਰ ਹੀ ਮਾਰ ਦਿੰਦੇ ਵੀ ਜਣਾ ਖਾਣਾ ਲਈ ਫਿਰ ਇਹੀ ਕੰਮ ਮਸਲ ਦਾ ਬਾਈ ਜੇ ਰੋਹ ਪਾਉਣਾ ਤਾਂ ਟਾਈਮ ਲੱਗਦਾ ਵਾ ਅਤੇ ਹਰੇਕ ਦਿਨ ਹੀ ਬਣਦੀ ਮਿਹਨਤ ਮੰਗਦੀ ਹੈ ਚੀਜ਼ ਤੁਹਾਡਾ ਤੁਸੀਂ ਆਪਦੀ ਲਾਈਫ 'ਚ ਆਈਡਲ ਕਿਹਨੂੰ ਮੰਨਿਆ ਮਤਲਬ ਸਹੀ ਦੱਸਾਂ ਬਾਈ ਮੇਰੇ ਜਦੋਂ ਛੋਟੇ ਹੁੰਦੇ ਹੈ ਨਾ ਉਦੋਂ ਗਾਣਾ ਆਇਆ ਸੀ ਉਹ ਜਾਲੀ ਦਾ ਵਰਿੰਦਰ ਸਿੰਘ ਘੁੰਮਣ ਬਾਈ ਦਾ ਹੈ ਨਾ ਨਾ ਉਹਨੂੰ ਵੇਖ ਕੇ ਬੜਾ ਇੰਪਰ ਹੋਇਆ ਵੀ ਉਹਦੀ ਹਾਈਟ ਵੀ 6'2" ਮੇਰੇ ਲੱਗ ਗਈ ਸੀ ਮੈਂ ਯਾਰ ਇਹੋ ਜਿਹਾ ਬੰਨਾ ਜੋ ਜੋ ਵੱਧਦੇ ਰਹੇ ਥੋੜ੍ਹਾ ਥੋੜ੍ਹਾ ਚੇਂਜ ਹੁੰਦਾ ਰਿਹਾ ਬਸ ਇੱਦਾਂ ਹੀ ਆਈਡਲ ਆਪਣੇ ਚੇਂਜ ਹੁੰਦੇ ਰਹੇ ਆਪਾਂ ਇੱਕ ਨਹੀਂ ਰੱਖਿਆ ਠੀਕ ਆ ਠੀਕ ਆ ਅਤੇ ਮਤਲਬ ਕਿ ਸਰੀਰ ਤੁਸੀਂ ਸ਼ੁਰੂ ਤੋਂ ਇਹੋ ਜਿਹਾ ਹੀ ਰੱਖਿਆ ਵਾ ਜਾਂ ਕਦੇ ਗੇਮਿੰਗ ਵੀ ਪਹਿਲਾਂ ਕੀਤੀ ਸੀਗੀ ਅਤੇ ਮੈਂ ਕਹਿੰਦਾ ਬਸ ਦਾਰੂ ਵਾਲੇ ਹੀ ਹਾਂ ਇਹ ਗੱਲ ਮੈਂ ਤੁਹਾਡੇ ਚੈਨਲ 'ਤੇ ਦੱਸ ਰਿਹਾ ਕਿਉਂਕਿ ਮੇਰੇ ਘਰਦਿਆਂ ਨੂੰ ਵੀ ਸ਼ਾਇਦ ਅਜੇ ਤੱਕ ਨਹੀਂ ਪਤਾ ਇਹ ਚੀਜ਼ ਬਾਰੇ ਦੇਖ ਲਈ ਉਹਨਾਂ ਨੇ ਹੁਣ ਦੇਖ ਲਈ ਹੁਣ ਪਤਾ ਵੀ ਸੁਧਰ ਗਿਆ ਹੈ ਨਾ ਹੁਣ ਤਾਂ ਮੈਨੂੰ ਕਾਫੀ ਟਾਈਮ ਹੋ ਗਿਆ ਬਾਈ ਜਦੋਂ ਦੇ ਇਹ ਲੈਣ 'ਚ ਪੈ ਗਏ ਨਾ ਫਿਰ ਇਹ ਚੀਜ਼ਾਂ ਛੱਡਣੀਆਂ ਪੈਂਦੀਆਂ ਠੀਕ ਹੈ ਕਿਉਂਕਿ ਜਿਹੜੀ ਐਸ਼ ਸੀ ਉਹ ਕਰ ਲਈ ਆ ਉਦੋਂ ਉਹਨਾਂ ਨੇ ਵੀ ਨਹੀਂ ਰੋਕਿਆ ਉਹਨਾਂ ਨੂੰ ਪਤਾ ਹੀ ਨਹੀਂ ਰੋਕਣਾ ਕੀ ਉਹਨਾਂ ਨੇ ਰੋਕਿਆ ਨਹੀਂ ਅੱਜ ਤੱਕ ਮੈਨੂੰ ਕਦੇ ਵੀ ਕਿਸੇ ਚੀਜ਼ ਤੋਂ ਵੀ ਪਰ ਮੈਂ ਆਪ ਹੀ ਓਹਲਾ ਰੱਖਿਆ ਵੀ ਨਹੀਂ ਹੈ ਨਾ ਅਤੇ ਬਾਕੀ ਹੁਣ ਤਾਂ ਆਪ ਹੀ ਪਤਾ ਯਾਰ ਲੈਣ ਚੰਗੀ ਆ ਕਾਹਨੂੰ ਇੰਨਾ ਪੈਸਾ ਲੱਗ ਰਿਹਾ ਬੋਡੀ 'ਤੇ ਕੀ ਰੱਖਾਂਗੇ ਹੈ ਨਾ ਜੇ ਜ਼ਿੰਦਗੀ 'ਚ ਕੁਛ ਕਰਨਾ ਬਾਈ ਇਹ ਚੀਜ਼ਾਂ ਤਿਆਗਣੀਆਂ ਪੈਣੀਆਂ ਤੁਹਾਨੂੰ ਹਾਂਜੀ ਬਾਈ ਅਤੇ ਜਿਹੜੇ ਸਪਲੀਮੈਂਟ ਫੇਕ ਤੁਹਾਨੂੰ ਕਿਵੇਂ ਪਤਾ ਲੱਗਦਾ ਵੀ ਇਹ ਸਪਲੀਮੈਂਟ ਫੇਕ ਨੇ ਜਾਂ ਓਰੀਜਨਲ ਨੇ ਬਾਈ ਸਪਲੀਮੈਂਟ ਨਾ 2 ਤਰੀਕੇ ਦੇ ਫੇਕ ਸਪਲੀਮੈਂਟ ਹੁੰਦੇ ਆ ਪਹਿਲੇ ਹੁੰਦੇ ਆ ਜਿੱਦਾਂ ਓਨ ਗੋਲਡ ਹੋ ਗਿਆ ਹਾਂਜੀ ਡੈਮਾਟਾਈ ਵੱਡੀਆਂ ਕੰਪਨੀਆਂ ਇਹਨਾਂ 'ਤੇ ਕਾਪੀ ਆਉਂਦੀ ਉਹ ਤੁਹਾਨੂੰ ਡੱਬੇ ਸੇਮ ਪੈਕਿੰਗ ਹੁਣ ਸਾਡੇ ਇਸ ਏਰੀਏ 'ਚ ਜਿੱਦਾਂ ਹੁਣ ਮੈਂ ਪ੍ਰੋਟੀਨ ਲਿਆ ਓਨ ਗੋਲਡ ਦਾ ਲੈ ਲਿਆ ਮੰਨ ਲਓ ਹੈ ਨਾ ਉਹਦਾ ਡੱਬਾ ਜਿੰਨਾ ਵਧੀਆ ਸਾਫ਼ ਹੋਊਗਾ ਨਾ ਉਹ ਮੇਰਾ 300 ਰੁਪਏ ਦਾ ਵਿਕ ਜੂਗਾ ਜਿੰਨਾ ਵਧੀਆ ਡੱਬੇ ਦੀ ਸਫਾਈ ਹੈ ਨਾ ਉਨਾ ਮਹਿੰਗਾ ਵਿਕ ਜੂਗਾ ਵੀ ਉਹ ਖਾਲੀ ਡੱਬਾ ਤੇ ਉਹ ਪੈਕ ਕਰਕੇ ਫਿਰ ਤੁਹਾਡੇ ਕੋਲ ਆ ਜਾਣਾ ਕਿਉਂਕਿ ਡੱਬੇ ਤੋਂ ਤਾਂ ਫਿਰ ਤੁਸੀਂ ਪਛਾਣ ਹੀ ਨਹੀਂ ਸਕਦੇ ਜੇ ਤਾਂ ਤੁਸੀਂ ਨਵੇਂ ਬੰਦੇ ਹੋ ਨਾ ਤੁਸੀਂ ਪਛਾਣ ਹੀ ਨਹੀਂ ਸਕਦੇ ਜਿਹੜਾ ਮੇਰੇ ਵਰਗੇ ਨੂੰ ਐਕਸਪੀਰੀਅੰਸ ਆ ਜਾਂ ਕਿਸੇ ਨੂੰ ਜ਼ਿਆਦਾ ਟਾਈਮ ਹੋ ਗਿਆ ਉਹ ਖਾ ਕੇ ਪਛਾਣ ਲੂਗਾ ਵੀ ਇਹ ਫੇਕ ਆ ਇੱਕ ਤਾਂ ਫੇਕ ਸਪਲੀਮੈਂਟ ਇਹ ਹੋ ਗਏ ਜਿਹੜੇ ਕਾਪੀ ਹੋ ਗਈ ਅਤੇ ਦੂਜਾ ਫੇਕ ਸਪਲੀਮੈਂਟ ਆਉਂਦੇ ਆ ਜਿਹੜੇ ਔਫਰ ਦੇ ਰਹੇ ਆ ਨਾ ਤੁਹਾਨੂੰ ਇੰਸਟਾਗ੍ਰਾਮ 'ਤੇ ਆਹ ਨਵੇਂ ਨਵੇਂ ਜੇ 3 ਕਿਲੋ ਦਾ 10 ਕਿਲੋ ਵੇਟ ਗੇਨ ਕਰ ਦੇਗਾ ਆਹ ਵੀ ਡੱਬੀਆਂ ਤੁਹਾਡੇ ਨਾਲ ਇਹ ਸਭ ਫੇਕ ਸਪਲੀਮੈਂਟ ਆ ਬਈ 800-1000 ਰੁਪਏ 'ਚ ਤੁਹਾਨੂੰ 3 ਕਿਲੋ ਦਾ ਡੱਬਾ ਮਿਲ ਜਾਂਦਾ ਅਤੇ 1200-1300 ਰੁਪਏ 'ਚ 5 ਕਿਲੋ ਦੀ ਬਾਲਟੀ ਮਿਲ ਜਾਂਦੀ ਉਹੀ ਤੁਹਾਨੂੰ 4000 ਦਾ ਚੇਪ ਰਿਹਾ ਉਹੀ ਤੁਹਾਨੂੰ 5000 ਦਾ ਚੇਪ ਰਿਹਾ 1-2 ਡੱਬੀਆਂ ਲਾ ਦਿੰਦੇ ਆ 100-150 ਵਾਲੀਆਂ ਅਤੇ ਤੁਸੀਂ ਨਵੇਂ ਨਵੇਂ ਖੁਸ਼ ਹੋ ਜਾਂਦੇ ਵੀ ਬੰਦਾ ਬੜਾ ਚੰਗਾ ਇਹਨੇ ਮੈਨੂੰ ਫ੍ਰੀ ਦੇ ਦਿੱਤੀ ਬਾਈ ਫ੍ਰੀ ਕੋਈ ਨਹੀਂ ਦਿੰਦਾ ਘਰੋਂ ਪੱਲਿਓ ਕੋਈ ਨਹੀਂ ਦਿੰਦਾ ਸਭ ਸਾਲੇ
ਸਭ ਪੈਸੇ ਖਾਣ ਦੇ ਬਚ ਕੇ ਦਾਨ ਪੁਰਸ਼ ਦਾ ਕੋਈ ਵੀ ਹੈ ਨੀ ਅੱਜ ਦੇ ਟਾਈਮ ਚ ਜਿਹੜਾ ਫ੍ਰੀ ਦੇ ਦੇਵੇ ਭੁੱਲ ਜੋ ਜੇ ਕੋਈ ਕਵੇ ਨਾ ਵੀ ਪੱਲਿਓ ਦੇ ਰਿਹਾ ਕੋਈ ਕੁਝ ਜੇ ਵੀ ਕਹਿ ਰਿਹਾ ਨਾ ਤੁਹਾਨੂੰ ਮੈਂ 50 ਰੁਪਏ ਕਮਾਉਣਾ 100 ਰੁਪਏ ਕਮਾਉਣਾ ਬਾਈ ਉਹ ਤੁਹਾਡਾ ਫੁੱਦੂ ਖਿੱਚ ਰਿਹਾ ਕੋਈ ਨੀ ਕਮਾ ਰਿਹਾ ਅਨੇਕ ਪੈਸੇ ਵੱਢਣ ਦੇ 1000 ਯਾਰ 2000 ਰੁਪਇਆ ਤੇ ਆਪਣੀ ਉਹਨਾਂ ਦੀ ਬੋਡੀ ਵੇਖਣ ਵਾਲੀ ਹੁੰਦੀ ਆ ਜਿੱਦਾਂ ਜਮਾਂ ਖਤਮ ਆ ਉਹਨਾਂ ਨੂੰ ਕਿਹਾ ਪਤੰਦਰੋ ਪਹਿਲਾਂ ਆਪ ਬਣਾ ਲਓ ਸਲਾਹਾਂ ਦੇ ਰਹੇ ਹੋ ਆਹ ਖਾਓ ਤੇ ਤੁਹਾਨੂੰ ਜਾਣ ਆਜੂਗੀ ਯਾਰ ਜਾਣ ਆਉਣੀ ਸੌਖੀ ਬਾਈ ਅਸੀਂ ਪਾਗਲਾਂ 7-7 ਸਾਲ ਹੋ ਗਏ ਰਾੜਾ ਨਾਲ ਮੱਥਾ ਮਾਰਨ ਦੇ ਨੂੰ ਸਾਡੇ 'ਚ ਨਹੀਂ ਜਾਣ ਆਈ ਤੇ ਇੱਕ ਡੱਬੀ ਖਾ ਕੇ ਜੇ 1000 ਰੁਪਏ 'ਚ ਜਾਣ ਆਉਂਦੀ ਹੁੰਦੀ ਅਸੀਂ ਤੇ ਹੁਣ ਤੱਕ ਕੰਪੀਟੀਸ਼ਨ ਵੱਡੇ ਵੱਡੇ ਜਿੱਤ ਜਾਣੇ ਸੀ ਸਟਰੈਂਥ ਟ੍ਰੇਨਿੰਗ ਜਿੰਨੀਆਂ ਮਰਜ਼ੀ ਜੇ ਤਲਾ ਆ ਜਿਹੜੀਆਂ ਵੇਟ ਲਿਫਟਿੰਗ ਵਾਲੀਆਂ ਜੇ ਡੱਬੀ ਨਾਲ ਸਰਦਾ ਹੁੰਦਾ ਇਹ ਬਾਈ ਸਭ ਤੁਹਾਨੂੰ ਫਸਾਇਆ ਜਾ ਰਿਹਾ ਨਵੇਂ ਬੱਚਿਆਂ ਤੁਹਾਡਾ ਫਾਇਦਾ ਚੁੱਕਿਆ ਜਾ ਰਿਹਾ ਕੰਪੀਟੀਸ਼ਨ ਤੋਂ ਮੈਨੂੰ ਯਾਦ ਆਇਆ ਕੰਪੀਟੀਸ਼ਨ ਤੁਸੀਂ ਕਿਉਂ ਨਹੀਂ ਖੇਡੇ ਬਾਈ ਕੰਪੀਟੀਸ਼ਨ ਜਿਹੜਾ ਨਾ ਇਹਦੇ ਲਈ ਬਹੁਤ ਹਾਰਡ ਵਰਕ ਕਰਨਾ ਪੈਂਦਾ ਹੈ ਨਾ ਇੱਕ ਚੰਗਾ ਕੋਚ ਤੁਹਾਨੂੰ ਚਾਹੀਦਾ ਵਾ ਹੈ ਨਾ ਬਾਈ ਜੇ ਕੋਚ ਨਹੀਂ ਆ ਹੁਣ ਕਈ ਬੱਚੇ ਕੀ ਕਰਦੇ ਆ ਗੱਲ ਸਟੀਰੋਇਡ ਦੀ ਕਰਦੇ ਹਾਂ ਆਪਾਂ ਵੀ ਸਟੀਰੋਇਡ ਕਈ ਬੱਚੇ ਦੋ ਤਰ੍ਹਾਂ ਦੇ ਸਟੀਰੋਇਡ ਹੁੰਦੇ ਆ ਇਹ ਵੀ ਤੁਹਾਨੂੰ ਮੈਂ ਦੱਸਦਾ ਇੱਕ ਸਟੀਰੋਇਡ ਲਵਾਉਣਾ ਹੋ ਗਿਆ ਜਿੱਦਾਂ ਮੈਂ ਜਾਂ ਕੋਈ ਵੀ ਆ ਇਹਦੇ ਕੋਲ ਪੁੱਛ ਕੇ ਲਵਾ ਲਿਆ ਉਹਦੇ ਕੋਲ ਪੁੱਛ ਕੇ ਲਵਾ ਲਿਆ ਉਹਦੇ ਕੋਲ ਪੁੱਛ ਕੇ ਲਵਾ ਲਿਆ ਵੀ ਹਰ ਮਹੀਨੇ ਬਾਅਦ ਉਸਤਾਦ ਚੇਂਜ ਆ ਉਹ ਸਟੀਰੋਇਡ ਤੁਹਾਨੂੰ ਮਾੜਾ ਕਰੂਗਾ ਹੀ ਕਰੂਗਾ ਤੁਹਾਡੀ ਹਰੇਕ ਪ੍ਰੋਬਲਮ ਹੇਅਰ ਲੋਸ ਸੈਕਸ ਪ੍ਰੋਬਲਮ ਜਾਂ ਜੋ ਵੀ ਪ੍ਰੋਬਲਮ ਤੁਹਾਡੀ ਹੋਣੀ ਹੋਣੀ ਆ ਅਤੇ ਇੱਕ ਸਟੀਰੋਇਡ ਹੁੰਦਾ ਬਾਈ ਚੰਗੇ ਗੁਰੂ ਦੀ ਨੌਲੇਜ ਅਤੇ ਵੱਡੇ ਬੰਦੇ ਜਿਹਨੂੰ ਪੂਰੀ ਨੌਲੇਜ ਹੋਵੇ ਜਿਹਨੇ ਪਲੇਅਰ ਤਿਆਰ ਕੀਤੇ ਹੋਣ ਉਹਦੇ ਕਹਿਣ 'ਤੇ ਲਵਾਓਗੇ ਜੇ ਤੁਸੀਂ ਲਾਉਣਾ ਚਾਹੁੰਦੇ ਹੋ ਜੇ ਕੰਪੀਟੀਸ਼ਨ ਕਰਨਾ ਹਾਂ ਜੇ ਵਿਹਲੇ ਬਹਿ ਕੇ ਘਰੇ ਰਜਾਈਆਂ 'ਚ ਮੱਥਾ ਮਾਰਨਾ ਤਾਂ ਫਿਰ ਤਾਂ ਬਾਈ ਉਹਦਾ ਨੁਕਸਾਨ ਹੀ ਆ ਜੇ ਤੁਸੀਂ ਜੇ ਤੁਹਾਡਾ ਬਜਟ ਹੈਗਾ ਨਾ 20-25 ਹਜ਼ਾਰ ਰੁਪਇਆ ਮਹੀਨੇ ਦਾ ਫਿਰ ਇਹ 'ਚ ਪੰਗਾ ਲਿਓ ਜੇ ਤੁਹਾਡਾ ਬਜਟ 5,000 ਦਾ ਵਾ ਤੇ ਇਹ ਭੁੱਲ ਜਾਓ ਤੁਸੀਂ ਕਿਉਂਕਿ ਇਹ ਇੱਕ ਦਿਨ ਦੀ ਗੇਮ ਨਹੀਂ ਇੱਕ ਮਹੀਨੇ ਦੀ ਗੇਮ ਨਹੀਂ ਆ ਤੇ ਨਾ ਹੀ ਇੱਕ ਮਹੀਨੇ 'ਚ ਬਣਨਾ ਇਹਦੇ ਲਈ ਤੁਹਾਨੂੰ 1-2 ਸਾਲ ਲੱਗ ਜਾਣੇ ਆ ਸਟੀਰੋਇਡ ਦੇ ਨਾਲ ਡਾਈਟ ਕਿੰਨੀ ਕੁ ਲੈਣੀ ਜ਼ਰੂਰੀ ਹੁੰਦੀ ਆ ਮੁੱਦਾ ਹੀ ਡਾਇਟ ਆ ਬਾਈ ਡਾਇਟ ਤੋਂ ਬਗੈਰ ਕੁਛ ਨਹੀਂ ਆ ਚਾਹੇ ਆਪਾਂ ਸਟੀਰੋਇਡ ਲੈ ਲਈਏ ਚਾਹੇ ਕੁਛ ਵੀ ਕਰ ਲਈਏ ਕਰ ਲੈ ਸਟੀਰੋਇਡ ਉਦੋਂ ਹੀ ਕੰਮ ਕਰਨੇ ਆ ਜਦੋਂ ਤੁਹਾਡੀ ਡਾਇਟ ਕਲੀਨ ਆ ਤੇ ਵਧੀਆ ਵਾ ਸਟੀਰੋਇਡ ਦਾ ਕੰਮ ਆਪਣੇ ਅੰਦਰ ਪਾਵਰ ਵੱਧ ਜਾਂਦੀ ਆ ਆਟੋਮੈਟਿਕ ਆਪਾਂ ਨੂੰ ਜ਼ਿਆਦਾ ਖਾਣਾ ਪਊਗਾ ਹਾਂਜੀ ਤੇ ਫਿਰ ਹੀ ਮਸਲ ਗਰੋਥ ਕਰੇਗਾ ਤੇ ਜਨਤਾ ਕੀ ਕਰਦੀ ਆ ਤੇਰੇ ਕੋਲ ਪੁੱਛ ਲਿਆ ਮੇਰੇ ਕੋਲ ਡੈਕਾ ਲਵਾ ਲਿਆ ਟੈਸਟਾਂ ਲਵਾ ਲਿਆ 25-30 ਰੁਪਏ ਦਾ ਡੈਕਾ ਹੁੰਦਾ 25-30 ਰੁਪਏ ਨਾਲ ਬੋਡੀਆਂ ਨਹੀਂ ਬਣਦੀਆਂ ਬਾਈ ਬੜੇ ਖਰਚੇ ਆ ਬੜਾ ਮਹਿੰਗਾ ਵਾ ਉਹਦਾ ਨੁਕਸਾਨ ਨੁਕਸਾਨ ਤੇ ਬਾਈ ਹੈ ਹੀ ਆ ਉਹ ਹੁਣ ਜਵਾਨੀ ਆ ਜਵਾਨੀ ਚੱਲ ਜਾਗੇ 2-3 ਸਾਲਾਂ ਬਾਅਦ ਪਤਾ ਲੱਗਣਾ ਜਦੋਂ ਥੋੜ੍ਹਾ ਜਿਹਾ ਉਮਰ ਘਟੀ ਉਦੋਂ ਪਤਾ ਲੱਗਣਾ ਬਣਦਾ ਕੀ ਆ ਬਾਈ ਇਹ ਚੀਜ਼ਾਂ ਦਾ ਇਹ ਮੈਂ ਇਹਦੇ ਕਹਿੰਦਾ ਪਹਿਲੀ ਗੱਲ 'ਤੇ ਜੇ ਪਓ ਹੀ ਨਾ ਜੇ ਪੈਣਾ ਵਾ ਚੰਗੇ ਕੋਚ ਦੀ ਸਲਾਹ ਲਓ ਅਤੇ ਆਪਣਾ ਬਜਟ ਮੰਨ ਕੇ ਚਲੋ 5 ਲੱਖ ਰੁਪਇਆ ਜੇ ਵੀ 'ਚ ਪਾ ਲਓ ਜੇ ਬੋਡੀ ਬਣਾਉਣੀ ਆ ਉਹ ਵੀ 1-2 ਸਾਲ ਇਕੱਠਾ 5 ਲੱਖ ਪਾਓਗੇ ਫਿਰ ਜਾ ਕੇ 'ਚ ਪੈਰ ਪਾਇਓ ਅਤੇ ਜੇ ਤੁਹਾਡਾ ਬਜਟ 5-7 ਹਜ਼ਾਰ ਆ ਨਾ ਬਾਈ ਸਟੀਰੋਇਡ 'ਤੇ ਭੁੱਲ ਜਾਓ ਫਿਰ ਆਟੋਮੈਟਿਕ ਘਰ ਦੀ ਡਾਇਟ 'ਤੇ ਹੀ ਜ਼ੋਰ ਦਿਓ ਠੀਕ ਹੈ ਜੀ ਉੱਦਾਂ ਤੁਹਾਡੀ ਡਾਇਟ ਦਾ ਕਿੰਨਾ ਕੁ ਖਰਚਾ ਮੇਰਾ ਬਾਈ ਨੋਰਮਲ ਦੇਖੋ ਜਦੋਂ ਤੇ ਮੈਂ ਸ਼ੁਰੂਆਤ ਕੀਤੀ ਸੀ ਉਦੋਂ ਤੇ 5-7 ਹਜ਼ਾਰ ਕਿਉਂਕਿ ਹਰੇਕ ਬੰਦਾ ਸ਼ੁਰੂ ਤੋਂ ਨਹੀਂ ਡਾਇਟ ਲੈਂਦਾ ਕਿਉਂਕਿ ਜਿਹੜਾ ਲੈਣ 'ਚ ਪੈ ਹੁਣ ਕੋਈ 17-18 ਸਾਲ ਦੀ ਉਮਰ ਜਿੰਨਾ ਸਾਡੀ ਡਾਇਟ ਨਹੀਂ ਕਰ ਸਕਦਾ ਆਟੋਮੈਟਿਕ ਗੱਲ ਆ ਨਾ ਆਪਣੇ ਕੋਲ ਬਜਟ ਹੁੰਦਾ ਜਦੋਂ ਸ਼ੁਰੂਆਤ ਨਾ ਤੁਹਾਡੀ ਤੁਹਾਨੂੰ 4-5 ਹਜ਼ਾਰ ਵੀ ਬਹੁਤ ਆ ਅਤੇ ਜੇ ਤੁਸੀਂ ਵੇਟ ਲੋਸ ਜਾਂ ਥੋੜ੍ਹਾ ਬਹੁਤਾ ਕਰਨਾ ਚਾਹੁੰਦੇ ਹੋ ਫਿਰ ਤੁਹਾਡਾ 4-5 ਹਜ਼ਾਰ 'ਚ ਵਧੀਆ ਰਿਜ਼ਲਟ ਆ ਜਾਂਦੇ ਆ ਹੈ ਨਾ ਅਤੇ ਜੇ ਤੁਸੀਂ ਕੰਪੀਟੀਸ਼ਨ ਖੇਡਣਾ ਵਾ ਜਾਂ ਵਧੀਆ ਥੋੜ੍ਹੀ ਬੋਡੀ ਚਾਹੁੰਦੇ ਹੋ ਫਿਰ ਬਾਈ ਮੇਰਾ ਖਰਚਾ 20-25 ਨੋਰਮਲ ਆ ਹੈਗਾ 20 ਹਜ਼ਾਰ ਰੁਪਇਆ ਮੰਨ ਕੇ ਚਲੋ ਕੋਚਾਂ ਦੀਆਂ ਫੀਸਾਂ ਅੱਡ ਚਲੋ ਹੁਣ ਤਾਂ ਲੋੜ ਨਹੀਂ ਪੈਂਦੀ ਜਦੋਂ ਵੀ ਲੋੜ ਪੈਂਦੀ ਆ ਕੋਚ ਦੀ ਫੀਸ ਅੱਡ ਹੋਊਗੀ ਫਿਰ ਵੀ 25-30 ਮੰਨ ਕੇ ਚਲੋ ਆਰਾਮ ਨਾਲ 25-30-20 ਬਸ ਇੱਥੇ ਰਹਿਣਾ ਖਰਚਾ ਹੁਣ ਤੁਸੀਂ ਟ੍ਰੇਨਿੰਗ ਦਿੰਦੇ ਹੋ ਟ੍ਰੇਨਿੰਗ ਹਾਂ ਬਾਈ ਬਹੁਤ ਵਧੀਆ ਚੱਲ ਰਿਹਾ ਸਟੀਰੋਇਡ ਵਾਲਾ ਆਇਆ ਕੋਈ ਬੰਦਾ ਸਟੀਰੋਇਡ ਆਉਂਦੇ ਹਾਂ ਬਾਈ ਨਵੇਂ ਮੁੰਡੇ ਬੜੇ ਪੁੱਛਦੇ ਆ ਪਰ ਆਪਾਂ ਜਵਾਬ ਦੇ ਦਿੰਦੇ ਹਾਂ ਬਾਈ ਕਿਉਂਕਿ ਕੋਈ ਫਾਇਦਾ ਨਹੀਂ ਆ ਕਿਉਂਕਿ ਗੱਲ ਇਹ ਆ ਉਹਨਾਂ ਨੂੰ ਅਜੇ ਨੌਲੇਜ ਹੀ ਹੈ ਨਹੀਂ ਗੀ ਜਿਹੜਾ ਥੋੜ੍ਹਾ ਸੀਨੀਅਰ ਆ ਮੈਨੂੰ ਲੱਗਦਾ ਵੀ ਹਾਂ ਇਹ ਕੁਛ ਕਰ ਸਕਦਾ ਉਹਨੂੰ ਆਪਾਂ ਸਲਾਹ ਦੇ ਸਕਦੇ ਹਾਂ ਪਰ ਹਰੇਕ ਨੂੰ ਨਹੀਂ ਮੈਂ ਸਟੀਰੋਇਡ ਬਾਰੇ ਦੱਸਦਾ ਵੀ ਨਾ ਹੀ ਲਓ ਚੰਗੀ ਗੱਲ ਆ ਬਾਕੀ ਔਨਲਾਈਨ ਵਧੀਆ ਆਪਣੀ ਪ੍ਰੋਫਾਈਲ ਹੁਣ ਕਾਫੀ ਵਧੀਆ ਕਰ ਰਹੀ ਆ ਤੇ ਮੈਂ ਕਾਫੀ ਰਿਜ਼ਲਟ ਵੀ ਸ਼ੋਅ ਕੀਤੇ ਆ ਬੜੇ ਵਧੀਆ ਮੁੰਡਿਆਂ ਨੂੰ ਰਿਜ਼ਲਟ ਆ ਰਿਹਾ ਤੇ ਬਿਨਾਂ ਕਈਆਂ ਨੂੰ ਬਿਨਾਂ ਸਪਲੀਮੈਂਟ ਤੋਂ ਓਨਲੀ ਡਾਇਟ ਤੇ ਵਧੀਆ ਰਿਜ਼ਲਟ ਆ ਰਿਹਾ ਇਹ ਇਕੱਲਾ ਸਪਲੀਮੈਂਟ ਆਪਣੇ ਪਿੰਡ ਵਾਲੇ ਦਿਮਾਗ 'ਚ ਕੀ ਆ ਵੀ ਸਪਲੀਮੈਂਟ ਤੋਂ ਬਗੈਰ ਕੁਛ ਹੈ ਹੀ ਨਹੀਂ ਆ ਅਤੇ ਸਪਲੀਮੈਂਟ ਇੰਨੇ ਇੰਪੋਰਟੈਂਟ ਨਹੀਂ ਹੁੰਦੇ ਲੋਕ ਫੈਟ ਬਰਨਰ ਖਾਈ ਜਾਂਦੇ ਆ ਪਤਾ ਨਹੀਂ ਕੀ ਫੈਟ ਲੋਸ ਵਾਸਤੇ ਸਭ ਪੈਸੇ ਵੇਸਟ ਕਰ ਰਿਹਾ ਬੀ ਸੀ ਏ ਅਤੇ ਜਾਂ ਗਲੂਟਾਮਾਈਨ 'ਤੇ ਤੁਹਾਨੂੰ ਲੋੜ ਹੀ ਹੈ ਨਹੀਂ ਤੁਸੀਂ ਐਡੇ ਲੈਵਲ 'ਤੇ ਹੈ ਹੀ ਨਹੀਂ ਹੋ ਹੈ ਨਾ ਬਾਈ ਇਹ ਚੀਜ਼ਾਂ ਤਾਂ ਹੋਣ ਆਈਆਂ ਨੇ ਪਹਿਲਾਂ ਤਾਂ ਹੁੰਦੀ ਨਹੀਂ ਸੀ ਇਹ ਚੀਜ਼ਾਂ ਹਾਂ ਬਸ ਜਨਤਾ ਵੇਖੋ ਵੇਖੀ ਇੰਸਟਾਗ੍ਰਾਮ 'ਤੇ ਵੇਖ ਕੇ ਵੀ ਉਹਨੇ ਬਣਾ ਲਈ ਹੁਣ ਦੇਖ ਬਾਈ ਮੈਂ ਗੱਲ ਕਰਦੇ ਹਾਂ ਹੁਣ ਮੈਨੂੰ ਕੋਈ ਐਡ ਆ ਗਈ ਕੰਪਨੀ ਦੀ ਠੀਕ ਆ ਮੈਂ ਭਾਵੇਂ ਉਹ ਕਦੇ ਯੂਜ਼ ਵੀ ਨਾ ਕੀਤੀ ਹੋਵੇ ਮੈਂ ਤੁਹਾਡੇ ਸਾਹਮਣੇ ਕਹੂੰਗਾ ਵੀ ਮੈਂ ਇਹਦਾ ਨਾ ਬੋਡੀ ਬਣਾਈ ਆਟੋਮੈਟਿਕ ਗੱਲ ਆ ਤੇ ਜਨਤਾ ਮੈਨੂੰ ਫੋਲੋ ਕਰੇਗੀ ਤੇ ਮੈਂ ਭਾਵੇਂ ਉਹ ਵੇਖੀ ਵੀ ਨਾ ਹੋਵੇ ਕਦੇ ਬਾਈ ਮੈਨੂੰ ਦੋ ਤਿੰਨ ਕੰਪਨੀਆਂ ਦੇ ਆ ਚੁੱਕੇ ਆ ਐਡਾ ਇਹ ਵੇ ਪ੍ਰੋਟੀਨ ਦੀਆਂ ਠੀਕ ਹੈ ਜੀ ਤੇ ਮੈਂ ਨਹੀਂ ਕੀਤੀਆਂ ਪਤਾ ਜਦੋਂ ਮੈਂ ਹੀ ਨਹੀਂ ਯੂਜ ਕਰਦਾ ਜਿੱਦਣ ਚੱਜ ਦੀ ਆਊਗੀ ਜ਼ਰੂਰ ਕਰਾਂਗੇ ਮਾੜੇ ਨੂੰ ਨਹੀਂ ਹੱਥ ਪਾਉਂਦੇ ਹੈ ਨਾ ਵੀ ਆਪਣਾ ਅਸੂਲ ਆ ਜਦੋਂ ਆਪਾਂ ਜਨਤਾ ਨੂੰ ਸਹੀ ਸਮਝਾ
ਜੇ 30,000 ਮੈਨੂੰ ਫੋਲੋ ਕਰ ਰਿਹਾ ਜ਼ਿਆਦਾ ਨਹੀਂ 300 ਦੇ ਕਰਨਗੇ ਬਈ ਹਾਂਜੀ ਅਮਲ ਕਰਨਗੇ ਉਹ ਗੱਲ ਤੇ ਕੀ ਫਾਇਦਾ ਬਈ ਉਹਦਾ ਨੁਕਸਾਨ ਹੋਵੇ ਬਈ ਹਨਾ ਨਾ ਨਾ ਸਹੀ ਗੱਲ ਕੋਈ ਨਸ਼ਾ ਪੱਤਾ ਵਾਲਾ ਮੁੰਡਾ ਤੁਹਾਡੇ ਕੋਲ ਆਇਆ ਯਾਰ ਵੀਰੇ ਮੈਨੂੰ ਨਸ਼ਾ ਛੱਡਣਾ ਬਈ ਨਸ਼ਾ ਛੱਡਦੇ ਵਾਲੇ ਮੈਨੂੰ ਆਉਂਦੇ ਆ ਜਦੋਂ ਮੈਨੂੰ ਥੋੜੇ ਦਿਨ ਪਹਿਲਾਂ ਇੱਕ ਮੁੰਡੇ ਦਾ ਮੈਸੇਜ ਆਇਆ ਬਾਈ ਜੀ ਕਹਿੰਦਾ ਸਟੇਟਸ ਮੇਰਾ ਸ਼ੋਅ ਨਾ ਕਰਿਓ ਵੀ ਆ ਸਕਰੀਨਸ਼ੋਟ ਨਾ ਪਾਇਓ ਮੈਂ ਬਾਈ ਮੈਂ ਇਦਾਂ ਦੀਆਂ ਗੱਲਾਂ ਨਹੀਂ ਪਾਉਂਦਾ ਕਹਿੰਦਾ ਬਾਈ ਮੈਂ ਬਹੁਤ ਚਿੱਟਾ ਪੀਨਾ ਅਤੇ ਮੈਂ ਹੁਣ ਛੱਡਣਾ ਚਾਹੁੰਦਾ ਅਤੇ ਮੈਂ ਸਹਿ ਛੱਡ ਰਿਹਾ ਅਤੇ ਮੈਂ ਬਾਈ ਜੀ ਕੋਈ ਨਾ ਤੁਹਾਡੀ ਪੂਰੀ ਹੈਲਪ ਕੀਤੀ ਜਾਊਗੀ ਆਪਣੀ ਆਹ ਫੀਸ ਆ ਅਤੇ ਇੱਦਾਂ ਇੱਦਾਂ ਆਪਣਾ ਸਾਰਾ ਕੰਮ ਆ ਅਤੇ ਬਾਈ ਕਹਿੰਦਾ ਫਿਰ ਮੈਂ ਘਰਦਿਆਂ ਨੂੰ ਪੁੱਛ ਕੇ ਦੱਸੂਗਾ ਅਤੇ ਮੈਂ ਕਿਹਾ ਬਾਈ ਜਦੋਂ ਚਿੱਟਾ ਪੀਨਾ ਉਦੋਂ ਘਰਦਿਆਂ ਨੂੰ ਪੁੱਛਿਆ ਸੀ ਕਹਿੰਦਾ ਨਾ ਅਤੇ ਮੈਂ ਫਿਰ ਉਦੋਂ ਪੈਸੇ ਕਿੱਥੋਂ ਆਉਂਦੇ ਵੀਰੇ ਬਹਾਨੇ ਆ ਮੈਂ ਇਹ ਕੁਛ ਨਹੀਂ ਹੋਣਾ ਜਿੰਨੇ ਕੁਛ ਕਰਨਾ ਉਹਨੇ ਕਰ ਹੀ ਲੈਣਾ ਫੀਸ ਕੋਈ ਜ਼ਿਆਦਾ ਨਹੀਂ ਹੁੰਦੀ ਚਲੋ ਮੰਨ ਕੇ ਚਲੋ ਜਿੰਨੀ ਵੀ ਫੀਸ ਹੁਣ ਮੈਂ ਆਪਣੀ ਗੱਲ ਕਰਦਾ ਜਦੋਂ ਮੈਂ ਪਹਿਲਾਂ ਹੈ ਨਾ ਕੋਚ ਤੋਂ ਪਹਿਲਾਂ ਅਤੇ ਮੈਂ ਇਹ ਤੋਂ ਵੱਧ ਪੈਸੇ ਖਰਚਦਾ ਆਪਣੀ ਬੀ ਸੀ ਏ ਲੈ ਲਿਆ ਗਲੂਟਾਮਾਈਨ ਲੈ ਲਿਆ ਯੇ ਲੈ ਲਿਆ ਵੋ ਲੈ ਲਿਆ ਅਤੇ ਜਦੋਂ ਮੈਂ ਕੋਚ ਲਿਆ ਜਿਹੜੀ ਮੈਂ ਉਹਨੂੰ ਫੀਸ ਦਿੱਤੀ ਨਾ ਬਾਈ 3 ਮਹੀਨਿਆਂ 'ਚ ਉਹਨੇ ਉਹ ਤੋਂ ਦੁੱਗਣੀ ਮੇਰੀ ਮੋੜਤੀ ਇੱਕ ਹਿਸਾਬ ਦੀ ਮੇਰੇ ਡਾਇਟ 'ਚੋਂ ਬਚਾ ਤੇ ਮੇਰੇ ਸਪਲੀਮੈਂਟਾਂ ਤੋਂ ਹੁਣ ਮੈਂ ਵੇ ਪ੍ਰੋਟੀਨ ਸਿਰਫ ਇੱਕ ਸਕੂਪ ਲੈਂਦਾ ਸਾਰੇ ਦਿਨ 'ਚ ਜੇ 5,000 ਦਾ ਡੱਬਾ ਲੈ ਰਿਹਾ ਮੇਰਾ 2 ਮਹੀਨੇ ਚੱਲ ਰਿਹਾ ਨਾ ਹਾਂਜੀ ਅਤੇ ਜੇ ਮੈਂ ਬਿਨਾਂ ਨੌਲੇਜ ਤੋਂ ਇੱਕ ਪਹਿਲਾਂ ਹੀ ਪਹਿਲਾਂ ਮੈਂ 3-3 ਸਕੂਪ ਲੈਂਦਾ ਸਵੇਰੇ ਦੁਪਹਿਰੇ ਸ਼ਾਮ 15 ਦਿਨਾਂ 'ਚ ਖਤਮ 15 ਦਿਨਾਂ 'ਚ ਖਤਮ ਕਿੰਨੇ ਬਚ ਗਏ ਮੇਰੇ ਕਿੱਥੇ ਮੇਰੇ 5,000 ਲੱਗਣਾ 2 ਮਹੀਨੇ ਦਾ ਕਿੱਥੇ ਮੇਰੇ 15 ਦਿਨਾਂ 'ਚ ਬਚ ਉਹ ਮੇਰਾ ਬਚ ਗਿਆ ਇਹੀ ਚੀਜ਼ਾਂ ਬਚ ਜਾਂਦੀਆਂ ਵਾ ਬਸ ਜਨਤਾ ਨੂੰ ਸਮਝ ਨਹੀਂ ਨਾ ਹੈਗੀ ਬਈ ਇਹ ਚੀਜ਼ਾਂ ਦੀ ਠੀਕ ਹੈ ਜੀ ਜਿਵੇਂ ਤੁਸੀਂ ਹੁਣ ਵਰਿੰਦਰ ਘੁੰਮਣ ਜੀ ਦਾ ਸਰੀਰ ਦੇਖਿਆ ਸੀਗਾ ਤੁਸੀਂ ਉਹਨਾਂ ਨੂੰ ਦੇਖ ਕੇ ਇੰਪ੍ਰੈਸ ਹੋ ਗਏ ਸੀ ਉਹਨਾਂ ਦੀ ਬੋਡੀ ਤੁਹਾਨੂੰ ਉਦੋਂ ਪਤਾ ਨਹੀਂ ਸੀਗਾ ਵੀ ਹੈ ਨਾ ਇਹ ਚੀਜ਼ ਹੁੰਦੀ ਆ ਬਾਈ ਗੱਲ ਇੱਦਾਂ ਹੈ ਨਾ ਜਦੋਂ ਆਪਾਂ ਆਟੋਮੈਟਿਕ ਜਿਹੜੀ ਚੀਜ਼ ਆਪਾਂ ਪਹਿਲੀ ਵਾਰ ਵੇਖਦੇ ਹਾਂ ਨਾ ਅਤੇ ਆਪਾਂ ਨੂੰ ਲੱਗਦਾ ਵੀ ਹਾਂ ਇੱਦਾਂ ਆਪਾਂ ਬਣ ਜਾਈਏ ਹੈ ਨਾ ਬਾਈ ਹਾਂਜੀ ਅਤੇ ਉਹਦੇ ਨਾਲ ਆਪਾਂ ਸੋਚਦੇ ਹਾਂ ਵੀ ਕਿਤੇ ਆਪਾਂ 6 ਮਹੀਨੇ ਸਾਲ 'ਚ ਇੱਦਾਂ ਬਣ ਜਾਣਾ ਪਰ ਉਹ ਬਾਈ ਦੀ ਵੀਡੀਓ ਮੈਂ ਲਾ ਲਓ ਹਿਸਾਬ ਮੇਰੇ ਖਿਆਲ ਨਾਲ ਜਦੋਂ ਜੈਲੀ ਦਾ ਗਾਣਾ ਆਇਆ ਸੀ ਡੋਲਿਆਂ 'ਚ ਜਾਣ ਸ਼ਾਇਦ ਉਹ ਮੇਰੇ ਖਿਆਲ ਨਾਲ 2005-07 ਦੀ ਗੱਲ ਹੋਵੇ ਹਾਂਜੀ ਹੈ ਨਾ ਇਹਦੇ ਲਾਗੇ ਨੇੜੇ ਦੀ ਆ ਉਦੋਂ ਵੀ ਉਹ ਬਾਈ ਨੂੰ 5-7 ਸਾਲ ਹੋ ਗਏ ਸੀ ਜਿੰਮ ਲਾਉਂਦੇ ਨੂੰ ਅਤੇ ਅੱਜ ਬਾਈ ਨੂੰ 25 ਸਾਲ ਹੋ ਗਏ ਉਹਨੇ ਜਿੰਮ ਲਾਉਂਦੇ ਅੱਜ ਵੀ ਉੱਡਾ ਹੀ ਆ ਮਤਲਬ 25 ਸਾਲ ਲੱਗ ਗਏ ਬਾਈ ਨੂੰ ਅਤੇ ਜੇ ਆਪਾਂ ਸੋਚਦੇ ਹਾਂ 25 ਮਹੀਨਿਆਂ ਜਾਂ 25 ਦਿਨਾਂ 'ਚ ਖੜਾ ਕਰ ਦਾਂਗੇ ਅਤੇ ਬਾਈ ਫਿਰ ਇਹ ਤਾਂ ਧੱਕਾ ਹੀ ਹੈ ਨਾ ਉਹਦੇ ਨਾਲ ਹੀ ਤਾਂ ਆਪਣੇ ਨਾਲ ਕੋਈ ਗੱਲ ਹਾਂ ਕੋਈ ਤਾਂ ਗੱਲ ਹੋਣੀ ਆ ਫਿਰ ਟਾਈਮ ਚੀਜ਼ ਮੰਗਦੀ ਆ ਬਈ ਐਕਸਪੀਰੀਅੰਸ ਇਹ ਚੀਜ਼ਾਂ ਐਕਸਪੀਰੀਅੰਸ ਮੰਗਦੀਆਂ ਰਾੜਾ ਮੋੜਦੀਆਂ ਬਾਈ ਦੇ ਜਾ ਕੇ ਕਦੇ ਜਿੰਮ 'ਚ ਵੇਖਿਓ ਇਹੋ ਜਿਹੇ ਮਸ਼ੀਨਾਂ ਤੁਹਾਡੇ ਅਰਗੇ ਖਾਲੀ ਨਹੀਂ ਲਾ ਸਕਦੇ ਸਹੀ ਗੱਲ ਇੰਨਾ ਬਾਈ ਨਾ ਦੇਖ ਕੇ ਉਹਨਾਂ ਨੂੰ ਪਤਾ ਲੱਗਦਾ ਵਾ ਹਾਂਜੀ ਹਾਂਜੀ ਇੱਕ ਹਰਿਆਣੇ 'ਚ ਪਿੱਛੇ ਜਿਹੇ ਮੁੰਡੇ ਦੀ ਡੈਥ ਹੋਈ ਸੀਗੀ ਕੁਛ ਮੈਨੂੰ ਲੱਗਦਾ ਅੰਕਿਤ ਕਰਕੇ ਨਾਮ ਸੀ ਸ਼ਾਇਦ ਪਤਾ ਨਹੀਂ ਕੀ ਆਦੇਸ਼ ਨਾਮ ਸੀ ਸ਼ਾਇਦ ਮੈਂ ਨਾਮ ਭੁੱਲ ਗਿਆ ਜਿਹੜੇ ਉਹ ਨਾੜ 'ਚ ਟੀਕਾ ਲਾਉਂਦੇ ਸੀਗੇ ਉਹਨਾਂ ਦਾ ਕੀ ਸੀਨ ਸੀਗਾ ਮਤਲਬ ਬੋਡੀ ਬਿਲਡਰ ਸੀ ਕੋਈ ਹਾਂਜੀ ਹਾਂ ਬਾਈ ਗੱਲ ਇੱਦਾਂ ਨਾ ਜਿਹੜੇ ਬੋਡੀ ਬਿਲਡਰ ਆਪਣੀ ਡੈਥ ਹੋ ਰਹੀ ਆ ਕਬੱਡੀ ਪਲੇਅਰ ਦੀ ਡੈਥ ਹੋ ਰਹੀ ਆ ਕਿਹੜੀ ਵੀ ਹੋਈ M5 ਟੀਕਾ ਨਹੀਂ ਲਾਉਂਦੇ ਸੀਗੇ ਪਿੱਛੇ ਨਿਊਜ਼ 'ਚ ਚੱਲੀ ਸੀ ਨਾੜ 'ਚ ਲਾਉਂਦੇ ਸੀਗੇ ਗੱਲ ਦੱਸਾਂ ਕੀ ਆ ਬਾਈ ਉਹੀ ਗੱਲ ਆ ਜਾਂਦੀ ਆ ਵੀ ਬਿਨਾਂ ਨੌਲੇਜ ਤੋਂ ਰੋਟੀ ਵੀ ਮਾੜੀ ਆ ਆਪਾਂ 10-10 ਰੋਟੀਆਂ ਖਾਣ ਆ ਗਏ ਜੋ 10 ਦਿਨਾਂ ਮਹੀਨੇ 'ਚ ਤੁਹਾਨੂੰ ਪਤਾ ਲੱਗ ਜੂਗਾ ਹਾਂਜੀ ਆਟੋਮੈਟਿਕ ਗੱਲ ਤਰੀਕੇ ਨਾਲ ਚੱਲੋਗੇ ਕਾਹਲੀ ਨਾ ਕਰੋਗੇ ਹਰੇਕ ਚੀਜ਼ ਸੇਫ ਆ ਤਰੀਕਾ ਬਸ ਮੇਨ ਗੱਲ ਇਹ ਆ ਕਿੰਨੇ ML ਚੱਲਣਾ ਕੀ ਚੱਲਣਾ ਕਿਹੜੀ ਟੈਬਲੇਟ ਚੱਲਣੀ ਲੋਕ ਇਕੱਲਾ ਸਮਾਰਟ ਚਲਾ ਲੈਂਦੇ ਆ ਨਾ ਲੀਵਰ ਦੀ ਪਰਵਾਹ ਨਾ ਕਿਡਨੀਆਂ ਇਹਦੀ ਕੋਈ ਗੌਰ ਹੀ ਨਹੀਂ ਕਰਦਾ ਘੱਟੋ ਘੱਟ 20-25 ਤਾਂ ਟੈਬਲੇਟ ਹੀ ਚੱਲਦੀਆਂ ਬਾਈ ਜਦੋਂ ਸਮਾਰਟ ਚੱਲਦਾ ਇਕੱਲੇ ਟੀਕੇ ਲਵਾਉਣ ਨਾਲ ਤੁਹਾਡਾ ਮਸਲ ਨਹੀਂ ਬਣਨਾ ਵੀ ਤੁਸੀਂ ਲਵਾ ਲਏ ਤੇ ਸਵੇਰੇ ਮੈਂ ਰਾਤ ਨੂੰ ਉੱਠ ਕੇ ਸਵੇਰੇ ਬਣ ਜਾਣਾ ਅਤੇ ਇਹ ਵੀ ਨਹੀਂ ਪਤਾ ਵੀ ਸਵੇਰੇ ਉੱਠਿਆ ਜਾਣਾ ਕਿ ਨਹੀਂ ਜੇ ਤੁਸੀਂ ਬਿਨਾਂ ਨੌਲੇਜ ਤੋਂ ਚੱਲੋਗੇ ਅਤੇ ਗੱਲ ਹੁਣ ਸਟੀਰੋਇਡ ਦੀ ਕਰਦੇ ਹਾਂ ਸਟੀਰੋਇਡ ਬਾਈ ਬਹੁਤ ਜ਼ਿਆਦਾ ਵਾ ਇਕੱਲੇ ਜਿੰਮ ਵਾਲੇ ਨਹੀਂ ਲੈ ਰਹੇ ਜੇ ਤੁਹਾਡਾ ਵਹਿਮ ਆ ਨਾ ਜਿੰਮ ਵਾਲੇ ਲੈ ਰਹੇ ਹੁਣ ਪਟਿਆਲਾ ਪਰ ਆ ਗਰਾਊਂਡ ਆ ਕੀ ਨਾਂ ਉਹਦਾ ਮੈਨੂੰ ਯਾਦ ਨਹੀਂ ਕਾਫੀ ਵੱਡਾ ਪੁੱਲ ਨਹੀਂ ਦੂਸਰਾ YPH ਜਿੱਥੇ ਗੇਮਾਂ ਹੁੰਦੀਆਂ ਵਾ ਪਰ ਆਹੋ NS ਕਿਹੜਾ ਵਾ ਉਹਦੇ ਲਾਗੇ ਨੇੜੇ ਜਿੰਨੇ ਮੈਡੀਕਲ ਸਟੋਰ ਹੈ ਨਾ ਉੱਥੇ ਸਭ ਤੋਂ ਜ਼ਿਆਦਾ ਸਟੀਰੋਇਡ ਵੇਖ ਰਿਹਾ ਉੱਥੇ ਕਿਹੜਾ ਬੋਡੀ ਬਿਲਡਰ ਆ ਨਸ਼ੇ ਦੇ ਤੌਰ ਤੇ ਬਸ ਐਨਰਜੀ ਪਾਵਰ ਤਾਕਤ ਸਪੋਰਟਸ ਕੋਡ ਵੀ ਮੈਂ ਜਿੱਤਾ ਅੱਛਾ 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 ਇਹ ਚੀਜ਼ ਦਾ ਅਤੇ ਕਬੱਡੀ ਦੇ ਲਾ ਲਓ ਜਿੰਮ ਵਾਲਾ ਬਦਨਾਮ ਸਾ ਕਿਉਂ ਆ ਬਾਈ ਜਿੰਮ ਵਾਲੇ ਦਾ ਸਟੀਰੋਇਡ ਜਿਹੜਾ ਹੁੰਦਾ ਉਹ ਮਸਲ 'ਚ ਦਿਖ ਜਾਂਦਾ ਵੀ ਇੰਨੇ ਲਵਾਇਆ ਹੋਇਆ ਅਤੇ ਦੂਜੇ ਪਲੇਅਰ ਦਾ ਮਸਲ 'ਚ ਦਿਖਦਾ ਨਹੀਂ ਹੈ ਉਹਨਾਂ ਦੂਜੇ ਟਾਈਪ ਦਾ ਹੁੰਦਾ ਅਤੇ ਇੱਕ ਜੋ ਥੋੜ੍ਹੇ ਦਿਨ ਮੈਂ ਵੀਡੀਓ ਵੀ ਪਾਈ ਸੀ ਤੁਹਾਡੀ ਇੰਸਟਾਗ੍ਰਾਮ 'ਤੇ 17 ਸਾਲ ਦਾ ਮੁੰਡਾ ਸੀ ਕਹਿੰਦਾ ਬਾਈ ਮੇਰਾ ਦੂਜਾ ਮੈਚ ਆ ਅਤੇ ਉਹਨੇ ਮੈਨੂੰ ਇੰਜੈਕਸ਼ਨ ਦੀ ਫੋਟੋ ਭੇਜੀ ਮੈਨੂੰ ਨਾਂ ਨਹੀਂ ਯਾਦ ਟ੍ਰੈਨਿੰਗ ਕਿਹੜਾ ਸੀ ਕਹਿੰਦਾ ਬਾਈ ਟ੍ਰੈਨਿੰਗ ਸੀ ਕਿਹੜਾ ਸੀ ਯਾਦ ਨਹੀਂ ਮੈਨੂੰ ਨਾਮ ਅਤੇ ਕਹਿੰਦਾ ਬਾਈ ਮੈਂ ਪਾਵਰ ਕੁਛ ਹਾਂ ਪਾਵਰ ਪੂਰ ਵਾਸਤੇ ਸੀ ਕੁਛ ਅਤੇ ਕਹਿੰਦਾ ਬਾਈ ਮੈਂ ਇਹ ਲਵਾ ਲਾ ਮੈਂ ਯਾਰ ਕਿਹੜਾ ਮੈਂ ਕਹਿੰਦਾ ਪਹਿਲਾਂ ਦੂਜਾ ਮੈਚ ਆ ਅਤੇ ਉਮਰ 17 ਸਾਲ ਆ ਬਾਈ ਲੈ ਦੱਸੋ ਉਹਦਾ ਫਿਊਚਰ ਕੀ ਆ ਅੱਗੇ ਉਹ ਤਾਂ ਖਤਮ ਆ ਅੱਜ ਜੇ ਲੱਗ ਗਿਆ ਉਹ ਤੇ 2-3 ਸਾਲਾਂ ਨੂੰ ਖਤਮ ਆ ਤੁਹਾਡੀ ਮੈਰਿਡ ਲਾਈਫ ਵੀ ਖਤਮ ਆ ਤੁਹਾਡੀ ਮਰਦਾਨਗੀ ਵੀ ਖਤਮ ਆ ਸਾਰਾ ਕੁਛ ਖਤਮ ਆ ਜੇ ਤੁਸੀਂ ਬਿਨਾਂ ਨੌਲੇਜ ਤੋਂ ਚੱਲ ਅਜੇ ਉਮਰ ਆ ਬਾਈ 17 ਸਾਲ ਮਿਹਨਤ ਕਰੋ ਯਾਰ ਗਰਾਊਂਡ 'ਚ ਅਜੇ ਬੜੀ ਉਮਰ ਲੰਮੀ ਪਈ ਆ ਅਜੇ ਹੁਣੇ ਮੈਡਲ ਨਹੀਂ ਜਿੱਤੇ ਜਾਂਦੇ ਵੈਸੇ ਹੀ ਆਪਣੇ ਹਾਰਮੋਨਸ ਕਹੋ ਵੀ ਪੀਕ ਤੇ ਹੁੰਦੇ
ਬਾਈ ਜਿਹੜੇ ਟੈਸਟਾਸਟੋਨ ਬੂਸਟਰ ਆ ਜਿਹੜੇ ਸਾਰੇ ਆ ਨਾ ਥੋੜ੍ਹੇ ਵੀ ਟੈਸਟਾਸਟੋਨ ਵਧਾ ਦੇਣਗੇ। ਪਹਿਲੀ ਗੱਲ ਤਾਂ ਇਹ ਆ ਜਨਤਾ ਨੂੰ ਇਹ ਨਹੀਂ ਪਤਾ ਵੀ ਮੇਰੇ ਟੈਸਟਾਸਟੋਨ ਲੋਅ ਆ ਕੇ ਹਾਈ ਆ, ਆਟੋਮੈਟਿਕ ਗੱਲ ਪਤਾ ਹੀ ਨਹੀਂ ਕਿਸੇ ਨੂੰ ਕਿਹੜਾ ਟੈਸਟ ਕਰਾਇਆ ਆ। ਤੇਰੇ ਕੋਲ ਸੁਣ ਲਿਆ ਬਾਈ ਮੇਰੇ ਲੋਅ ਹਾਂ ਆ, ਟੈਸਟ ਬੂਸਟਰ ਖਾ ਲਾ ਜਾਂ ਸਭ ਜਿਮ ਵਾਲਾ ਕਹੂਗਾ ਜਾਂ ਟ੍ਰੇਨਰ ਕਹੂਗਾ ਜਿਹਨੇ ਪੈਸੇ ਕਮਾਉਣੇ, ਤੇ ਬਾਈ ਉਹਦਾ 1% ਦਾ ਵੀ ਨਹੀਂ ਬੈਨੀਫਿਟ, ਉਹ ਤੁਸੀਂ ਪੈਸੇ ਵੇਸਟ ਕਰ ਰਹੇ ਹੋ। ਆਪਣੇ ਟੈਸਟਾ ਬੂਸਟਰ ਜਿਹੜੇ ਹੁੰਦੇ ਟੈਸਟਾਸਟੋਨ ਐਡੀ ਜਲਦੀ ਲੋਅ ਨਹੀਂ ਹੁੰਦੇ, ਇਹ ਤੁਹਾਡਾ ਵਹਿਮ ਆ। ਆਪਣੀ ਡਾਇਟ ਪ੍ਰੋਪਰ ਕਰੋ ਯਾਰ, ਇੱਕ ਚੰਗਾ ਵਰਕਆਊਟ ਲੈਗ ਠੋਕ ਕੇ ਲਾਓ, ਵੇਖੀ ਕਿੱਦਾਂ ਟੈਸਟ ਬੂਸਟਰ ਹੁੰਦੇ ਆਪਣੀ। ਤੇ ਜੇ ਤੁਸੀਂ ਆਪਾਂ ਕਰਨਾ ਹੀ ਨਹੀਂ ਕਹੋ ਤੇ ਗੋਲੀਆਂ ਖਾਈ ਜਾਣੀਆਂ ਭਰਾ, ਉਹਦੇ ਨਾਲ ਤਾਂ ਕੁਛ ਨਹੀਂ, ਉਹਦੇ ਤੁਸੀਂ ਪੈਸੇ ਵੇਸਟ ਕਰ ਰਹੇ ਹੋ। ਇਹੋ ਜਿਹੀਆਂ ਚੀਜ਼ਾਂ ਦੇ ਪੈਸੇ ਨਾ ਲਾਓ। ਜੇ ਸਪਲੀਮੈਂਟ ਲੈਣਾ ਸਿਰਫ ਵੇ ਪ੍ਰੋਟੀਨ, ਕਰੇਟੀਨ ਐਡ ਕਰ ਸਕਦੇ ਹੋ, ਤੇ ਬਾਕੀ ਮਲਟੀ ਵਿਟਾਮਿਨ, ਮਲਟੀ ਵਿਟਾਮਿਨ ਜ਼ਰੂਰ ਐਡ ਕਰੋ, ਬਾਕੀ ਭਾਵੇਂ ਕੁਛ ਨਾ ਕਰਿਓ। ਉਹਨਾਂ ਦਾ ਮਲਟੀ ਵਿਟਾਮਿਨ ਜਿਹੜੇ ਉਹ ਕਿਸ ਚ ਆਉਂਦੇ ਨੇ ਬਾਈ? ਮਲਟੀ ਵਿਟਾਮਿਨ ਵੈਸੇ ਤਾਂ ਨੋਰਮਲ ਆਪਾਂ ਨੂੰ ਮੈਡੀਕਲ ਸਟੋਰ ਤੋਂ ਹੀ ਮਿਲ ਜਾਂਦੇ, ਹੈ ਨਾ, ਕੋਈ ਨੋਰਮਲ ਗੱਲ ਆ। ਇਹ ਮੈਂ ਕਹਿੰਦਾ 15 ਸਾਲ ਤੋਂ ਲੈ ਕੇ 90 ਸਾਲ ਤੱਕ ਕੋਈ ਵੀ ਖਾ ਸਕਦਾ। ਜਿਹੜੇ ਜਿਮ ਵਾਲੇ ਹੁੰਦੇ ਆ ਇਹਨਾਂ ਨੂੰ ਥੋੜ੍ਹੀ ਜ਼ਿਆਦਾ ਐਮ ਜੀ ਲੈਣੀ ਪੈਂਦੀ ਹੈ, ਠੀਕ ਹੈ ਜੀ। ਅਤੇ ਉਹਦੇ ਮਲਟੀ ਵਿਟਾਮਿਨ, ਫਿਸ਼ ਓਇਲ, ਵਿਟਾਮਿਨ D3, ਆਪਣੇ ਜੁਆਇੰਟ ਲਈ ਹਰੇਕ ਚੀਜ਼ ਐਡ ਕਰੋ ਜੇ ਲੰਮੇ ਟਾਈਮ ਚੱਲਣਾ, ਕਿਉਂਕਿ ਇਹ ਗੇਮ ਅੱਜ ਦੀ ਤਾਂ ਨਹੀਂ, ਤਾਂ ਆਪਣੇ ਜੋੜਾਂ 'ਤੇ ਬਹੁਤ ਲੋਡ ਪੈਂਦਾ ਵਾ, ਐਸੀ ਗੱਲ ਨਹੀਂ। ਇੰਨਾ ਵੇਟ ਲਾਉਣਾ ਸੌਖਾ ਨਹੀਂ। ਹਾਂਜੀ ਹਾਂਜੀ। ਜੇ ਅੱਜ ਤੋਂ ਤਿਆਰੀ ਕਰੋਗੇ ਤਾਂ ਲੰਮੀ ਰੇਸ ਦੇ ਘੋੜੇ ਹੋ, ਅਤੇ ਜੇ ਅੱਜ ਇਹ ਚੀਜ਼ਾਂ 'ਤੇ ਪੈਸੇ ਬਚਾਓਗੇ ਫਿਰ 2 ਸਾਲਾਂ 'ਚ ਲਗਜ਼ਰੀ ਜਿਮਾਂ ਜਾਓਗੇ ਤੇ ਟ੍ਰੈਡਮਿਲਾਂ ਤੇ ਭੱਜੋਗੇ, ਤੁਹਾਡੇ ਸਿਕਸ ਪੈਕ ਨਿਕਲ ਜਾਣਗੇ। ਤੁਹਾਡਾ ਵਹਿਮ ਆ, ਮੇਰੀ ਜਿਮ 'ਚ ਕੋਈ ਟ੍ਰੈਡਮਿਲ ਨਹੀਂ ਆ, ਕੋਈ ਸਾਈਕਲ ਨਹੀਂ ਆ, ਤੇ ਮੈਂ ਸਵੇਰੇ 6 ਕਿਲੋਮੀਟਰ ਪਿੰਡੋ ਸਾਈਕਲ ਤੇ ਹੁੰਦਾ, 1.5 ਸਾਲ ਹੋ ਗਿਆ ਲਗਾਤਾਰ, ਸਿਰਫ ਜਿੱਦਣ ਐਤਵਾਰ ਤੇ ਜਾਂ ਜਿੱਦਣ ਮੀਂਹ ਹੋਵੇ ਉਦਣ ਮੇਰੀ ਛੁੱਟੀ ਹੋਊਗੀ, ਨਹੀਂ ਤੇ ਨਹੀਂ ਹੋਊਗੀ। ਤੇ 6 ਕਿਲੋਮੀਟਰ ਸਾਈਕਲ ਜਾਣ ਤੇ 6 ਕਿਲੋਮੀਟਰ ਆਉਣ, 12 ਕਿਲੋਮੀਟਰ ਇਹ ਬਾਈ, 2 ਕਿਲੋਮੀਟਰ ਰਨਿੰਗ, ਫਿਰ ਮੇਰੇ ਐਪਸ ਦਾ ਵਰਕਆਊਟ ਹੋ ਜਾਵੇ, 20 ਮਿੰਟ ਹੋ ਜਾਵੇ, 15 ਮਿੰਟ ਹੋ ਜਾਵੇ, ਯਾਨੀ 1 ਘੰਟਾ ਮੇਰਾ ਇਸੇ ਕੰਮ 'ਤੇ ਆ ਸਵੇਰੇ। ਅਤੇ ਜੇ ਮੈਂ ਕੁਛ ਕਰਨਾ ਅਤੇ ਜੇ ਮੈਂ ਗੱਲਾਂ ਮਾਰਨੀਆਂ, ਮੈਂ ਸੋਚੂੰਗਾ ਵੀ ਯਾਰ ਜਿਮ 'ਚ ਏ ਸੀ ਹੋਣਾ ਚਾਹੀਦਾ ਜਾਂ ਟ੍ਰੈਡ ਮਿਲ ਹੋਣੀ ਚਾਹੀਦੀ, ਫਿਰ ਮੈਂ ਕੁਛ ਕਰੂੰਗਾ। ਫਿਰ ਤਾਂ ਬਾਈ ਤੁਸੀਂ ਆਪਣੇ ਮਨ ਨੂੰ ਸਮਝਾ ਰਹੇ ਹੋ, ਮਤਲਬ ਇੱਕ ਆਹ ਸਰੀਰ ਪਿੱਛੇ ਤੁਸੀਂ ਤਪੱਸਿਆ ਬਹੁਤ ਕੀਤੀ। ਮੈਂ ਕਹਿੰਦਾ ਬਾਈ ਜੇ ਰੋਟੀ ਖਾਧੇ ਨੂੰ ਸਾਲ ਹੋ ਚੱਲੇ। ਅੱਛਾ ਜੀ। ਹਾਂਜੀ, ਅੱਜ ਦੁੱਧ ਤੁਸੀਂ ਪਿਆ ਤਾ ਉਹ ਵੀ ਧੱਕੇ ਨਾਲ, ਮੈਂ ਤਾਂ ਦੁੱਧ ਵੀ ਨਹੀਂ ਪੀਂਦਾ ਬਾਈ। ਫਿਰ ਤੁਸੀਂ ਖਾਂਦੇ ਕੀ ਹੋ ਬਾਈ? ਜੇ ਮੈਂ ਤਾਂ ਆ ਨੋਨ ਵੈਜ ਸਭ ਕੁਛ ਖਾਂਦਾ, ਠੀਕ ਹੈ, ਅਤੇ ਮੇਰਾ ਬਾਈ ਜ਼ਿਆਦਾ ਚੱਲਦਾ ਚਿਕਨ, ਐੱਗ ਅਤੇ ਵੇ ਪ੍ਰੋਟੀਨ ਬਸ। ਬਾਕੀ ਰਾਈਸ ਹੁਣ ਮੈਂ ਕਾਰਬਸ ਦੇ ਬਿਲਕੁਲ ਜ਼ੀਰੋ ਕੀਤੇ ਹੋਏ, ਇਹ ਹਿਸਾਬ ਲਾ ਲਓ ਮੈਨੂੰ 15 ਦਿਨ ਹੋ ਗਏ ਕਾਰਬਸ ਵੀ ਨਹੀਂ ਖਾ ਕੇ ਵੇਖੇ, ਯਾਨੀ ਚੋਲ ਵੀ, ਚੋਲ, ਬ੍ਰੈਡ, ਆਲੂ ਕੁਛ ਵੀ ਨਹੀਂ, ਓਟਸ ਤੱਕ ਵੀ ਨਹੀਂ, ਓਨਲੀ ਪ੍ਰੋਟੀਨ ਚੱਲਦਾ ਕਿਉਂਕਿ ਮੈਂ ਲੀਨ ਚੱਲਦਾ। ਹਾਂ, ਥੋੜ੍ਹੇ ਦਿਨਾਂ ਬਾਅਦ ਮੈਂ ਫਿਰ ਥੋੜ੍ਹੇ ਥੋੜ੍ਹੇ ਕਾਰਬਸ ਐਡ ਕਰਦਾ ਰਹੂੰਗਾ, ਹਰ ਵੀਕ ਬਾਅਦ ਮੈਂ ਆਪਣੀ ਡਾਇਟ ਅਪਡੇਟ ਕਰਦਾ ਵੀ ਚੇਂਜ ਹੋਣੀ ਆ, ਘਟਾਉਣਾ, ਵਧਾਉਣਾ, ਬੋਡੀ ਕੀ ਰਿਸਪੋਂਸ ਦੇ ਰਹੀ ਆ, ਇੱਦਾਂ ਹੀ ਬਾਈ ਡਾਇਟ ਪਲਾਨ ਬਣਦੇ ਆ। ਇਹ ਥੋੜ੍ਹੀ ਮਤਲਬ ਤੁਸੀਂ ਆਪਦੇ ਦੇ ਐਕਸਪੈਰੀਮੈਂਟ ਕਰ ਰਹੇ ਹੋ ਬਾਈ, ਜੋ ਵੀ ਜੇ ਕੋਈ ਤੁਹਾਡੇ ਕੋਲ ਕਸਟਮਰ ਜਾਂ ਬੱਚਾ ਕੋਈ ਵੀ ਆਵੇ ਤੁਸੀਂ ਉਹਨੂੰ ਸਹੀ ਗਾਈਡੈਂਸ ਦੇ ਸਕੋ। ਹਾਂ ਬਾਈ, ਗੱਲ ਤਾਂ ਕੀ ਆ, ਕਈ ਟ੍ਰੇਨਰ ਹੁੰਦੇ ਆ, ਕਈ ਹੁੰਦੇ ਆ ਨਾ ਬਾਈ, ਉਹ ਕੀ ਕਰਦੇ ਆ 3 ਮਹੀਨੇ ਦੀ ਫੀਸ ਲੈ ਲੈਂਦੇ ਆ, ਠੀਕ ਆ, ਅਤੇ ਉਹ ਇੱਕ ਵਾਰੀ ਡਾਇਟ ਬਣਾ ਦੇਣਗੇ, ਮਹੀਨਾ ਪੁੱਛਣਗੇ ਨਹੀਂ, ਆਟੋਮੈਟਿਕ ਗੱਲ ਆ। ਕਈ ਮੈਂ ਦੇਖਿਆ, ਸਾਨੂੰ ਵੀ ਟੱਕਰਿਆ ਇਹੋ ਜਿਹੇ, ਪਹਿਲਾਂ ਇੱਦੀ ਗੱਲ, ਪਰ ਆਪਣਾ ਅਸੂਲ ਇਹ ਆ ਬਾਈ, ਮੈਂ ਜਿਹੜੀ ਡਾਇਟ ਬਣਾਤੀ ਨਾ, ਹੁਣ ਪਹਿਲੀ ਗੱਲ ਤਾਂ ਇਹ ਆ, ਜਨਤਾ ਇਹ ਬੜਾ ਪੁੱਛੇਗੀ ਬਾਈ ਜੀ ਮੇਰੀ ਬੋਡੀ ਨੂੰ ਕਿੰਨੀ ਕੈਲਰੀਆਂ ਦੀ ਲੋੜ ਆ, ਬਾਈ ਮੈਂ ਫੈਟ ਘਟਾਉਣ ਵਾਸਤੇ ਕੀ ਖਾਵਾਂ, ਅਤੇ ਕੈਲਰੀਆਂ ਦੱਸ ਕਰਨੀ ਹੈਗੀ, ਤੁਹਾਡਾ ਵੇਟ ਹੋਰ ਆ, ਮੇਰਾ ਹੋਰ ਆ, ਜੇ ਨਵੇਂ ਨਵੇਂ ਤੁਸੀਂ ਭਰਤੀ ਹੋ ਤੁਹਾਨੂੰ ਕੈਲਰੀਆਂ ਦਾ ਕੀਮਤ ਬੜਾ, ਤੁਸੀਂ ਕਿਹੜੇ ਕੰਪੀਟੀਸ਼ਨ 'ਚ ਜਾਣਾ ਜੀ। ਅਜੇ ਗੱਲ ਇਹ ਹੁੰਦੀ ਹੈ ਡਾਇਟ ਬਾਈ, ਮੇਰਾ ਬਣਾਉਣ ਦਾ ਤਰੀਕਾ ਇਹ ਆ, ਮੈਂ ਪਹਿਲੇ ਵੀਕ ਡਾਇਟ ਬਣਾ ਦੇਣੀ ਹੈ, ਠੀਕ ਆ ਨਾ, ਕੋਈ ਕੈਲਰੀ ਨਹੀਂ ਕਾਊਂਟ ਕਰਨੀ, ਕੋਈ ਬਸ ਬੋਡੀ ਵੇਖ ਕੇ ਮੈਨੂੰ ਇਹ ਚੀਜ਼ ਲੋੜ ਆ, ਮੈਂ ਕਰ ਦੇਣੀ ਹੈ। 1 ਵੀਕ ਬਾਅਦ ਫਿਰ ਉਹਦੀ ਡਾਇਟ ਮੈਂ ਰਿਜ਼ਲਟ ਦੁਬਾਰਾ ਚੈੱਕ ਕਰਨਾ ਵੀ ਕੀ ਘਟਿਆ, ਵੇਟ ਘਟਿਆ, ਮਸਲ ਮਾੜਾ ਮੋਟਾ ਕੀ ਇੰਪਰੂਵਮੈਂਟ ਕੀ ਹੋਈ ਆ, ਅਤੇ ਉਸ ਤੋਂ ਬਾਅਦ ਮੈਂ ਥੋੜ੍ਹੀ ਜਿਹੀ ਚੇਂਜ ਕਰਨੀ, ਮਤਲਬ ਸਲੋ ਸਲੋ ਮੈਂ ਹਰ ਵੀਕ ਬਾਅਦ ਡਾਇਟ ਚੇਂਜ ਕਰੀ ਜਾਣੀ ਹੈ ਬੋਡੀ ਦੇ ਰਿਸਪੋਂਸ ਦੇ ਹਿਸਾਬ ਨਾਲ, ਅਤੇ ਹਰ ਵੀਕ ਬਾਅਦ ਮੈਂ ਅਪਡੇਟ ਲੈਣੀ ਅਤੇ ਵਰਕਆਊਟ ਬਾਰੇ ਦੱਸਣਾ ਪ੍ਰੋਪਰ ਤਰੀਕੇ ਨਾਲ, ਫਿਰ ਰਿਜ਼ਲਟ ਆਉਂਦੇ ਆ। ਜੇ 1 ਮਹੀਨਾ ਪੁੱਛ ਕੇ ਅਗਲੇ ਮਹੀਨੇ ਪੁੱਛਾਂਗੇ ਫਿਰ ਜਨਤਾ ਕੀ ਪਤਾ ਕੀ ਕਰਦੀ ਰਹਿੰਦੀ ਵਿੱਚ, ਹੈ ਨਾ, ਇਹ ਚੀਜ਼ਾਂ ਪਕੜਾ ਨਾਲ ਰਹਿੰਦੇ ਹਾਂ। ਹਾਂਜੀ ਹਾਂਜੀ ਬਾਈ, ਇੰਨੀ ਤਪੱਸਿਆ ਕਿਉਂ ਕਰਦੇ ਤੁਸੀਂ ਆਪਦੇ ਸਰੀਰ? ਯਾਰ ਤਪੱਸਿਆ ਗੱਲ ਸ਼ੌਂਕ, ਗੱਲ ਪਹਿਲਾਂ ਹੀ ਪੈਸਾ ਕਮਾਉਣਾ ਚਾਹੁੰਦੇ ਹਾਂ, ਜਦੋਂ ਵੀ ਜਿਮ ਖੋਲ੍ਹੀ ਚੱਲ ਥੋੜ੍ਹੇ ਬਹੁਤੇ ਪੈਸੇ ਆ ਜਾਣਗੇ, ਫਿਰ ਆਟੋਮੈਟਿਕ ਸਹਿ ਸਹਿ ਗੱਲ ਆ। ਹੁਣ ਇੰਸਟਾਗ੍ਰਾਮ 'ਤੇ ਜਦੋਂ ਦੇ ਐਕਟਿਵ ਹੋਏ ਆ, ਹੈ ਨਾ, ਵਧੀਆ ਮੁੰਡੇ ਰਿਸਪੋਂਸ ਦਿੰਦੇ ਆ ਯਾਰ, ਪਿਆਰ ਵਧੀਆ ਦਿੰਦੇ ਆ, ਅਤੇ ਮੈਂ ਹਰੇਕ ਦਾ ਰਿਪਲਾਈ ਕਰਦਾ, ਮੈਂ 30,000 ਮੁੰਡਿਆਂ 'ਚੋਂ ਮੈਂ ਹਰੇਕ ਦਾ ਰਿਪਲਾਈ ਕਰਦਾ, ਤੁਸੀਂ ਮੇਰੀ ਪ੍ਰੋਫਾਈਲ ਚੈੱਕ ਕਰ ਸਕਦੇ, ਅੱਜ ਭਾਵੇਂ ਕਮੈਂਟ ਵੀ ਮੈਂ ਹਰੇਕ ਦਾ, ਜੇ ਮੈਂ ਕਮੈਂਟਾਂ 'ਤੇ ਰਿਪਲਾਈ ਕਰ ਰਿਹਾ ਨਾ, ਅਤੇ ਮੈਂ ਸਮਝੋ ਮੈਂ ਮੈਸੇਜਾਂ ਦਾ ਵੀ ਕਰ ਰਿਹਾ। ਅੱਜ ਸਿਰਫ ਤਾਂ ਨਹੀਂ ਹੋਇਆ, ਮੈਂ ਆਇਆ ਡਰਾਈਵਿੰਗ ਕਰਕੇ, 10-15 ਜਾਂ 50 ਮੈਸੇਜ ਪਏ ਹੋਣੇ, ਉਹ ਮੈਂ ਸਾਰੇ ਕਰ ਦੇਣੇ ਜਾ ਕੇ,
ਮੇਰਾ ਕੰਮ ਆ ਵੀ ਹਰੇਕ ਨੂੰ ਯਾਰ ਚੰਗੀ ਗਈ ਇੱਕ ਵੀ ਮੇਰੇ ਕਹਿਣ ਦੇ ਬਚ ਗਿਆ ਨਾ ਫੇਕ ਸਪਲੀਮੈਂਟ ਤੋਂ ਅਤੇ ਮੈਂ ਵਧੀਆ ਸਮਝਦਾ ਵੀ ਚੱਲ ਸਾਲਾ ਕੋਈ ਤਾਂ ਬਚਿਆ ਹੈ ਨਾ ਅਤੇ ਬਾਕੀ ਕਹਿੰਦੇ ਵੀ ਮੁੰਡੇ ਬਾਈ ਮੈਂ ਤੇਰੇ ਕਰਕੇ ਉਹਦੇ ਕੋਲੋਂ ਜਾਣਾ ਬਚ ਗਿਆ ਅਤੇ ਵਧੀਆ ਵੀ ਹੁੰਦਾ ਤਾਂ ਕਾਫੀ ਵੀਡੀਓ ਵੀ ਆਉਂਦੀਆਂ ਵਾ ਸਾਈਡ ਇਫੈਕਟ ਆ ਗਏ ਫਿਨਸੀਆਂ ਕਈਆਂ ਦਾ ਲੀਵਰ ਖਰਾਬ ਹੋ ਗਏ ਇੱਕ ਬਾਈ ਦੇ ਤਾਂ ਓਪਰੇਸ਼ਨ ਹੀ ਹੋ ਗਿਆ ਮੈਨੂੰ ਸਾਲੀ ਹੈਰਾਨਗੀ ਆਉਂਦੀ ਆ ਵੀ ਫੇਕ ਸਪਲੀਮੈਂਟ ਵਾਲਿਆ ਪੈਸੇ ਲੈ ਕੇ ਜਾਣਗੇ ਕਿੱਥੇ ਕਿੱਦਾਂ ਮਤਲਬ ਜਰ ਲੈਂਦੇ ਹੈ ਨਾ ਅਤੇ ਤੁਸੀਂ ਮੈਨੂੰ ਲੱਗਦਾ ਵੀਡੀਓ ਪਾਉਂਦੇ ਹੋ ਤੁਸੀਂ 75 ਡੇ ਹਾਰਡ ਚੈਲੰਜ ਵਾਲਾ ਕਰਦਾ ਕੁਛ ਤੁਸੀਂ ਉਹਦਾ ਵੀ ਯਾਰ 75 ਡੇ ਵਾਲਾ ਪਾਇਆ ਸੀ ਮੈਂ ਚੈਲੰਜ ਮੈਂ 25 ਦਿਨ ਬਾਅਦ ਛੱਡਤਾ ਉਹਦਾ ਸਾ ਕਿਉਂ ਹਾਂਜੀ ਮੇਰਾ ਅਚਾਨਕ ਅਸੀਂ ਚੱਲ ਗਏ ਟੈਟੂ ਬਣਾਉਣਾ ਟੈਟੂ ਨੇ ਸਿਆਪਾ ਪਾਏ ਅਤੇ 10 ਦਿਨ 7 ਦਿਨ ਜਿੰਮ ਨਹੀਂ ਲਾਈ ਮੈਂ ਉਹਦੇ ਕਰਕੇ ਫਿਰ ਸਾਰਾ ਡਾਇਟ ਮੇਰੀ ਪ੍ਰੋਪਰ ਰਹੀ ਡਾਇਟ ਨਹੀਂ ਮੈਂ ਚੀਟ ਕੀਤੀ ਜੇ ਫੋਨ ਨੂੰ ਮੈਂ ਡਾਇਟ ਪਾ ਸਕਦਾ ਪਰ ਇਹ ਹੈ ਨਾ ਮੇਰਾ 7 ਦਿਨ ਸੇਮ ਰਹਿਣੇ ਕਿਉਂਕਿ ਮੈਂ ਕੁਛ ਕਰ ਹੀ ਨਹੀਂ ਰਿਹਾ ਫਿਰ ਮੈਨੂੰ ਕੈਂਸਲ ਕਰਨਾ ਪਿਆ ਇਹਦਾ ਇਹ ਦਿੱਕਤ ਹੋਈ ਬਈ ਮਤਲਬ 25 ਦਿਨ ਵੀ ਡਾਇਟ ਪ੍ਰੋਪਰ ਰਹੀ ਬਈ ਡਾਇਟ ਹੁਣ ਜੇ ਮੈਂ ਉਹੀ ਇਹ ਸਮਝੋ ਮੇਰਾ ਚੱਲ ਹੀ ਰਿਹਾ 50 ਦਿਨ ਜਦੋਂ ਮੈਂ ਉਹ ਪਾਈ ਨਾ ਆਪਣੀ ਰਿਜ਼ਲਟ ਤੇ ਤੁਸੀਂ ਕਹਿਣਾ ਵਾਕਿਆ ਹੀ ਹਨਾ ਪਰ ਇਹ ਐਂ ਵੀ ਆਪਣੇ ਜਿਹੜੇ ਬੰਦੇ ਦੇਖਣ ਵਾਲੇ ਨੇ ਉਹਨਾਂ ਨੂੰ ਇਹ ਚਾਹੀਦਾ ਵੀ ਯਾਰ ਵੀ ਸਾਨੂੰ ਦਿਖੇ ਵੀ ਹਾਂ ਬੰਦੇ ਨੇ 75 ਦੇ ਪੂਰੇ ਕੀਤੇ ਆ ਹਨਾ ਉਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਵੀ ਇਹਨਾਂ ਨੇ ਯਾਰ ਵੀ 7 ਦੇ ਜਿਹੜੇ ਗੈਪ ਪਾਏ ਨੇ ਉਦੋਂ ਵੀ ਇਹਨਾਂ ਦਾ ਚੱਲਦਾ ਹੀ ਸੀ ਉਹ ਜੰਤਰ ਦੇ ਸੋਚਦੇ ਨੇ ਵੀ ਇਹ 7 ਦਿਨ ਇਦਾਂ ਹੀ ਤੁਰਿਆ ਫਿਰਦਾ ਰਹਿਣਾ ਪਰ 7 ਦਿਨ ਬਾਈ ਮੈਨੂੰ ਪਤਾ ਹੁਣ ਘਰ ਦੇ ਲਾਗੇ ਆ ਘਰ ਦੀ ਮੇਰੀ ਲਾਗੇ ਪੀਜ਼ਾ ਖਾਂਦੀ ਹੁੰਦੀ ਨਾ ਤੇ ਮੈਨੂੰ ਪਤਾ ਮੈਂ ਕਿੱਦਾਂ ਕੰਟਰੋਲ ਕਰਦਾ ਇਹ ਹੁਣ ਮੈਨੂੰ ਲਾ ਲਓ ਘਰ ਦੀ ਰੋਟੀ ਜਿਹੜੀ ਤੰਦੂਰ ਨਾ ਅੱਜ ਵੀ ਮੈਂ ਵੀਰਵਾਰ ਤੇ ਸਾਗ ਬਣਵਾਇਆ ਘਰੇ ਸਾਗ ਮੱਖਣੀ ਲੱਸੀ ਹੁਣ ਘਰੇ ਨਾ ਸਾਗ ਪਰਸੋਂ ਜਿੱਥੇ ਮੱਕੀ ਦੀਆਂ ਰੋਟੀਆਂ ਤੇ ਸਾਗ ਬਣਿਆ ਇਹ ਤੇ ਮੇਰੇ ਲਈ ਉਹ ਸਭ ਤੋਂ ਦੁਨੀਆਂ ਦੀ ਸਵਾਦ ਡਿਸ਼ ਹੀ ਹੁਣ ਵੀ ਪਾਣੀ ਆ ਗਿਆ ਮੈਨੂੰ ਸੁਣ ਕੇ ਵੀ ਮੈਂ ਕਦੇ ਖਾਧੀ ਨਹੀਂ ਤੇ ਜਿਹੜੇ ਡੇਲੀ ਖਾਂਦੇ ਉਹਨਾਂ ਲਈ ਕੁਛ ਨਹੀਂ ਹੈ ਮੇਰੇ ਲਈ ਉਹ ਤਾਂ ਯਾਰ ਆਹ ਚੀਜ਼ ਹੈ ਪਰ ਉਹ ਖਾ ਲੂੰਗਾ ਮੈਂ ਰੈਗੂਲਰ ਹੀ ਰਹਿਣਾ ਜਿੱਦਣ ਜੀ ਕਰੇ ਖਾ ਲਈ ਦੀ ਹਫ਼ਤੇ 'ਚ ਇੱਕ ਅੱਧੀ ਵਾਰੀ ਰੋਟੀ ਕੋਈ ਮਾੜੀ ਨਹੀਂ ਅੱਜ ਖਾਊਂਗੇ ਪਰ ਨਹੀਂ ਅਜੇ ਮੈਂ ਪੂਰੇ ਡਿਸਿਪਲਿਨ 'ਚ ਯਾਰ ਅਜੇ ਮੇਰਾ ਕੋਈ ਮੂਡ ਨਹੀਂ ਆ ਜਦੋਂ ਤੱਕ ਕੰਟਰੋਲ ਆ ਕੰਟਰੋਲ ਆ ਹੁਣ ਅੱਜ ਆ ਬਾਈ ਕਹਿੰਦਾ ਕੀ ਖਾਣਾ ਮੈਂ ਵੀ ਤੂੰ ਖਾਏਗਾ ਮੈਂ ਤੇਰੇ ਲਾਗੇ ਬਹਿ ਕੇ ਚੱਟੂਗਾ ਨਹੀਂ ਨਹੀਂ ਮੈਂ ਬਣਵਾਈ ਆ ਸਪੈਸ਼ਲ ਸਾਗ ਬਣਵਾਇਆ ਮੈਂ ਵੀਰ ਨੂੰ ਖਿਲਾਉਣੇ ਵਾ ਉਹਦੇ ਨਾਲ ਵੀਰ ਖਾਊਗਾ ਵੀ ਸ਼ੌਂਕ ਨਾਲ ਮੈਂ ਦੇਖ ਲਿਆ ਠੀਕ ਆ ਅਤੇ ਫਿਸ਼ ਓਇਲ ਕਿੰਨੇ ਕੁ ਜ਼ਰੂਰੀ ਹੁੰਦੇ ਨੇ ਲੈਣੇ ਮਲਟੀਵਿਟਾਮਿਨ ਤਾਂ ਤੁਸੀਂ ਦੱਸਤਾ ਫਿਸ਼ ਓਇਲ ਕਿੰਨੇ ਕੁ ਜ਼ਰੂਰੀ ਆਪਣੀ ਸਕਿਨ ਲਈ ਆਪਣੇ ਹਾਰਟ ਲਈ ਆਪਾਂ ਜੋ ਵੀ ਖਾਂਦੇ ਹਾਂ ਵਧੀਆ ਡਾਈਜੈਸ਼ਨ ਹੁੰਦਾ ਰਿਹਾ ਆਪਣੇ ਹਾਰਟ ਲਈ ਬਹੁਤ ਜ਼ਰੂਰੀ ਆ ਇਹ ਤੁਸੀਂ ਲੈ ਲਿਆ ਕਰੋ 1000-2000 ਐਮ ਜੀ ਤੱਕ ਲੈ ਸਕਦੇ ਹੋ ਦਿਨ 'ਚ ਜੇ ਮੇਰੀ ਗੱਲ ਕਰੀਏ ਮੈਂ ਤਾਂ 4000 MG ਲੈਂਦਾ ਅਤੇ ਵੈਸੇ ਨੋਰਮਲ ਬੰਦੇ ਨੇ 1000-2000 MG ਬਹੁਤ ਹੁੰਦਾ ਵਾ ਅਤੇ ਬਹੁਤ ਜ਼ਰੂਰੀ ਵੀ ਆ ਭਾਵੇਂ ਤੁਸੀਂ ਜਿੰਮ ਲਾ ਰਹੇ ਹੋ ਭਾਵੇਂ ਨਹੀਂ ਲਾ ਰਹੇ ਹੋਰ ਮੇਰੀ ਮਾਤਾ ਥੋੜ੍ਹੇ ਦਿਨ ਉਹਦੇ ਨਾ ਪੈਰ 'ਚ ਪੀੜ ਹੋਣ ਲੱਗ ਗਈ ਅਤੇ ਮੈਂ ਉਹਨੂੰ ਕਿਹਾ ਵੀ ਫਿਸ਼ ਓਇਲ ਖਾ ਅਤੇ ਮੈਂ ਉਹਨੂੰ ਮਲਟੀਵਿਟਾਮਿਨ ਅਤੇ ਫਿਸ਼ ਓਇਲ ਦੀ ਇੱਕ ਇੱਕ ਟੈਬਲੇਟ ਲਾ ਦਿੱਤੀ ਅਤੇ 1.5 ਮਹੀਨੇ 'ਚ ਸੈੱਟ ਹੋ ਗਏ ਅਤੇ ਉਹੀ ਡਾਕਟਰ ਨੇ ਜਾਣਾ ਡਾਕਟਰ ਨੇ ਵੀ ਆਹੀ ਚੀਜ਼ਾਂ ਦੇਣੀਆਂ ਵਾ ਹਾਂਜੀ ਹਾਂਜੀ ਹੈ ਨਾ ਅਤੇ ਉਹ ਆਪਾਂ ਡਾਕਟਰ ਦੀ ਮੰਨਦੇ ਹਾਂ ਹੁਣ ਗੱਲ ਪ੍ਰੋਟੀਨ ਦੀ ਕਰ ਦਿੰਦੇ ਆਪਾਂ ਆਪਣੇ ਕਈ ਘਰਦਿਆਂ ਤੋਂ ਇਹ ਵਹਿਮ ਆ ਵੀ ਪ੍ਰੋਟੀਨ ਸਿਹਤ ਲਈ ਮਾੜਾ ਹੁੰਦਾ ਉਹ ਕਹਿੰਦੇ ਆ ਕਿਉਂਕਿ ਪਿੰਡਾਂ ਦੇ ਸੋਚ ਇਹੋ ਜਿਹੀ ਆ ਅਤੇ ਪਰ ਜੇ ਡਾਕਟਰ ਕਹੇਗਾ ਨਾ ਪ੍ਰੋਟੀਨ ਖਾਣਾ ਤਾਂ ਖਾ ਲੈਣਗੇ ਕਿਉਂਕਿ ਆਪਣੇ ਜਦੋਂ ਜਨਮ ਹੁੰਦਾ ਨਾ ਆਪਣਾ ਉਦੋਂ ਹੀ ਪ੍ਰੋਟੀਨ ਚੱਲ ਪੈਂਦਾ ਬਾਅਦ 'ਚੋਂ ਆਪਾਂ ਨੂੰ ਆਹ ਦੇਈ ਜਾਂਦੇ ਹੋਰਲਿਕਸ ਕਈ ਤਰ੍ਹਾਂ ਦੇ ਆਉਂਦੇ ਆ ਬੋਨਵੀਟਾ ਜੇ ਇਹਨਾਂ 'ਚ ਵੀ ਪ੍ਰੋਟੀਨ ਹੁੰਦਾ ਅਤੇ ਜਦੋਂ ਆਪਾਂ ਵੱਡੇ ਹੋ ਜਾਂਦੇ ਉਦੋਂ ਆਪਾਂ ਵੇ ਪ੍ਰੋਟੀਨ ਲੈ ਲੈਂਦੇ ਗੱਲ ਤਾਂ ਆ ਜੇ ਡਾਕਟਰ ਨੇ ਕਹਾਤਾ ਤਾਂ ਸਹੀ ਆ ਜੇ ਹੋਰ ਕਿਸੇ ਨੇ ਕਹਾ ਤਾਂ ਨਹੀਂ ਸਹੀ ਕਈ ਵਾਰ ਦੇਖਿਆ ਆਪਾਂ ਜਵਾਕ ਜੇ ਪਤਲਾ ਹੋਵੇ ਆਹ ਮੋਟਾ ਨਹੀਂ ਹੁੰਦਾ ਜੀ ਉਹਨਾਂ ਨੇ ਉਹ ਵੀ ਤਾਂ ਚੱਕ ਕੋਈ ਨਾ ਕੋਈ ਡੱਬਾ ਦੇ ਦਿੰਦੇ ਪ੍ਰੋਟੀਨ ਐਕਸ ਦਿੰਦੇ ਹਾਂਜੀ ਹਾਂ ਗੱਲ ਉਹ ਅੱਜ ਪ੍ਰੋਟੀਨ ਦੀ ਮਾਤਰਾ ਘੱਟ ਹੁੰਦੀ ਹੈ ਹੁੰਦਾ ਤਾਂ ਪ੍ਰੋਟੀਨ ਆ ਹਾਂਜੀ ਉਹ ਇੱਕ ਇਹ ਆ ਵੀ ਸਟਾਰਟਿੰਗ ਹੋ ਜਾਂਦੀ ਆ ਉੱਥੋਂ ਸਟਾਰਟਿੰਗ ਹੋ ਜਾਂਦੀ ਉਹ ਘੱਟ ਤਾਂ ਹੁੰਦਾ ਵਾ ਵੀ ਦੇਖ ਵੀ ਚੱਲ ਸਕਦਾ ਤਾਂ ਮੈਂ ਤਾਂ ਹਾਂਜੀ ਹਾਂਜੀ ਨਹੀਂ ਕਰਦਾ ਉਹ ਨੋਰਮਲ ਬੰਦੇ ਲਈ ਹੁੰਦਾ ਤੇ ਆਪਾਂ ਵਰਕਆਊਟ ਜ਼ਿਆਦਾ ਹਾਰਡ ਵਰਕ ਹੁੰਦਾ ਤੇ ਆਪਾਂ ਨੂੰ ਉਹਨੇ ਜ਼ਿਆਦਾ ਪ੍ਰੋਟੀਨ ਦੀ ਲੋੜ ਹੁੰਦੀ ਹੈ ਟੈਟੂ ਦਾ ਸ਼ੌਂਕ ਕਿਵੇਂ ਪੈ ਗਿਆ ਟੈਟੂ ਦਾ ਤਾਂ ਸ਼ੌਂਕ ਬੜੇ ਚਿਰ ਦਾ ਵੀ ਸੀ ਅਤੇ ਨਹੀਂ ਵੀ ਸੀ ਹੈ ਨਾ ਅਤੇ ਅਚਾਨਕ ਆਹੀ ਥੋੜ੍ਹੇ ਹਫ਼ਤਾ ਪਹਿਲਾਂ ਹੀ ਬਣਾਇਆ ਮੈਂ ਪਿਛਲੇ ਵੀਰਵਾਰੀ ਅਤੇ ਮੈਂ ਨਾ ਯਾਰ ਜਿੰਮ 'ਚ ਬੈਠਾ ਅਤੇ ਮੁੰਡਾ ਆਪਣੇ ਜਿੰਮ 'ਚ ਹੀ ਮੁੰਡਾ ਕਹਿੰਦਾ ਉਸਤਾਦ ਯਾਰ ਹੁਣ ਡੋਲਾ ਪਾਉਣਗਾ ਟੈਟੂ ਦੀ ਕਮੀ ਰਹਿ ਗਈ ਆ ਮੈਂ ਕਿਹਾ ਨਾ ਯਾਰ ਟੈਟੂ ਨਹੀਂ ਬਣਾਉਣਾ ਮੈਂ ਉਹਨੂੰ ਕਹਿਤਾ ਫਿਰ ਅਚਾਨਕ ਮੈਂ ਨਾ ਇੱਕ ਮੁੰਡਾ ਬਣਾ ਕੇ ਆਇਆ ਇਹ ਟੈਟੂ ਇੱਥੇ ਬਈ ਹਰਸ਼ ਗੋਤਰਾ ਮੁੰਡਾ ਯਾਰ ਦੋਸਤ ਆਪਣਾ ਅਤੇ ਮੈਂ ਕਿਹਾ ਬਈ ਕਿੱਥੋਂ ਬਣਾਇਆ ਟੈਟੂ ਕਹਿੰਦਾ ਉੱਥੋਂ ਮੈਂ ਯਾਰ ਨੰਬਰ ਦੇ ਮੈਂ ਨੰਬਰ ਲੈ ਲਿਆ ਵੈਸੇ ਹੀ ਅਤੇ ਮੈਂ ਉਹਨੂੰ ਮੈਸੇਜ ਭੇਜਿਆ ਮੈਨੂੰ ਟੈਟੂ ਦੀ ਫੋਟੋ ਭੇਜੀ ਉਹਨੇ ਰਿਪਲਾਈ ਨਹੀਂ ਕਰਤਾ ਸ਼ਾਇਦ ਬੀਜੀ ਸੀ ਉਹ ਜਾਂ ਨੰਬਰ ਉਹਨੇ ਨਹੀਂ ਸੇਵ ਕੀਤਾ ਕਿਉਂਕਿ ਪਹਿਲੀ ਵਾਰ ਕੀਤਾ ਸੀ ਹਾਂਜੀ ਹਾਂਜੀ ਅਤੇ ਅਗਲੇ ਦਿਨ ਕੋਈ ਫਿਰ ਕੋਈ ਗੱਲ ਨਹੀਂ ਛੱਡੋ ਪਰਾ ਅਗਲੇ ਦਿਨ ਉਹ ਮੁੰਡੇ ਦਾ ਅਰਸ਼ ਦਾ ਫੋਨ ਆ ਗਿਆ ਦੁਬਾਰਾ 11 ਵਜੇ ਕਹਿੰਦਾ ਕਿੱਦਾਂ ਟੈਟੂ ਆਇਆ ਪਸੰਦ ਮੈਂ ਨਾ ਯਾਰ ਕਹਿੰਦਾ ਚੱਲੀਏ ਮੈਂ ਕਿੱਥੇ ਕਹਿੰਦਾ ਟੈਟੂ ਵੇਖਣ ਜਾਂਦੇ ਹਾਂ ਕਹਿੰਦਾ ਮੈਂ ਛਪਾਉਣਾ ਮੈਂ ਵੀ ਚੱਲ ਫਿਰ ਚੱਲਦੇ ਹਾਂ ਅਸੀਂ 11-12 ਵਜੇ ਪਲੈਨ ਬਣਾਇਆ ਭਵਾਨੀਗੜ੍ਹ ਪਹੁੰਚ ਗਏ ਸਵਰੂਪ ਬਾਈ ਆ ਬਹੁਤ ਵਧੀਆ ਕੰਮ ਆ ਉਹਦਾ ਅਤੇ ਮੈਂ ਉਹਨੂੰ ਕਿਹਾ ਮੈਂ ਚੱਲ ਕਹਿੰਦਾ ਕਿੰਨੇ ਛਾਪਣਾ ਕਹਿੰਦਾ ਇੰਨੇ ਬਾਈ ਨੇ ਛਾਪਣਾ ਮੈਂ ਯਾਰ ਅਸੀਂ ਤਾਂ ਵੇਖਣਾ ਕਹਿੰਦਾ ਚੱਲ ਬਹਿ ਤਾਂ ਸਹੀ 2 ਮਿੰਟ ਲੱਗੇ ਸਾਨੂੰ ਟੈਟੂ ਸਿਲੈਕਟ ਕਰਨ ਦੇ ਕਹਿੰਦਾ ਪਹਿਲਾ ਬੰਦਾ ਤੂੰ ਆ
ਉਹ ਟੁੱਟ ਗਈ ਤੁਹਾਡਾ ਚੈਲੰਜ ਟੁੱਟ ਗਿਆ ਉਹਦੇ ਟੈਟੂ ਦੇ ਕਰਕੇ ਚੈਲੰਜ ਟੁੱਟ ਗਿਆ ਪਰ ਨਾ ਜਦੋਂ ਦਾ ਟੈਟੂ ਬਣਾਇਆ ਨਾ ਵਧੀਆ ਜਿਹਾ ਲੱਗਣ ਲੱਗ ਗਿਆ ਇੰਸਟਾਗ੍ਰਾਮ ਦੇ ਵਧੀਆ ਰਿਵਿਊ ਆ ਰਿਹਾ ਮਜ਼ਾ ਆ ਰਿਹਾ ਮੁੰਡੇ ਹੁਣ ਹੋਰ ਜੀ ਕਰਦਾ ਵਾ ਵੀ ਹੋਰ ਛਾਬਲੀ ਹੈ ਨਾ ਮੈਂ ਮੁੰਡੇ ਕਮੈਂਟ ਕਮੈਂਟ ਕਰਨ ਲੱਗੇ ਹੋਏ ਸੀ ਕਹਿੰਦੇ ਵੀਰ ਵੀ ਪੂਰੀ ਬਾਂਹ ਤੇ ਬਣਵਾ ਹੁਣ ਕਹਿੰਦੇ ਵਧੀਆ ਲੱਗੂਗਾ ਆਪਣੀ ਖੂਬਸੂਰਤੀ ਨਹੀਂ ਲੁਕਾਉਣਾ ਚਾਹੁੰਦਾ ਪੂਰੀ ਬਾਤ ਮੈਂ ਨਹੀਂ ਬਣਾਉਣਾ ਆਪਣੀ ਫੋਰ ਆਰਮਸ ਵੀ ਅੱਛੇ ਆ ਜਾਂਦੇ ਆ ਇੱਥੇ ਠੀਕ ਆ ਚੈਸਟ ਤੇ ਬਣਾਉਂਗੇ ਜੇ ਬਣਾਇਆ ਨਹੀਂ ਤਾਂ ਨਹੀਂ ਕੀ ਬਣਵਾਉਣਾ ਵੇਖਾਂਗੇ ਸ਼ੇਰ ਕੁੱਤਾ ਪੈਂਤੀ ਮਿੰਟ ਲੱਗ ਗਏ ਸੀ ਮੈਨੂੰ ਤੇ ਫਿਰ ਪਹਿਲਾਂ ਵੀ ਸਲਾਹਾਂ ਕੀਤੀਆਂ ਪਹਿਲਾਂ ਵੀ ਕਰੀ ਹਾਂ ਜੀ ਮੈਂ ਕੋਈ ਸਲਾਹ ਨਹੀਂ ਕੀਤੀ ਮੈਂ ਜਾ ਕੇ ਛਪਾ ਲਿਆ ਬਸ ਹੁਣ ਤੁਹਾਨੂੰ ਤਾਂ ਪਤਾ ਹੀ ਨਹੀਂ ਸੀ ਮੈਨੂੰ ਇਹ ਚੀਜ਼ਾਂ ਸਮਝ ਨਹੀਂ ਵੀ ਮੈਂ ਬਣਵਾਉਣਾ ਅਚਾਨਕ ਬਸ ਠੀਕ ਹੈ ਯਾਰ ਜੋ ਜ਼ਿੰਦਗੀ ਦੇ ਅਚਾਨਕ ਫੈਸਲੇ ਲਏ ਜਾਂਦੇ ਨਾ ਕਈ ਵਾਰ ਵਧੀਆ ਹੁੰਦੇ ਆ ਵੈਸੇ ਕਾਰੋਬਾਰ ਕੀ ਆ ਕਾਰੋਬਾਰ ਆਪਣੀ ਬਾਈ ਖੇਤੀਬਾੜੀ ਆ ਠੀਕ ਹੈ ਜੀ ਤੇ ਉਹੀ ਆ ਬਸ ਖੇਤੀ ਕਰਦੇ ਤੇ ਇੱਕ ਜਿੰਮ ਆ ਨਿੱਕੇ ਜਿਹੇ ਕਸਬੇ ਠੀਕ ਆ ਵੀ ਮਾੜੀ ਮੋਟੀ ਇਨਕਮ ਆ ਉਹਨੇ ਉਹਦੇ ਕਰਕੇ ਮੈਂ ਖੜਾ ਇੱਥੇ ਕਿਉਂਕਿ ਭਾਵੇਂ ਮੈਂ ਉਹ ਪਹਿਲਾ ਸਟੈਪ ਸੀ ਮਤਲਬ ਪਹਿਲਾ ਸਟੈਪ ਸੀ ਨਾ ਘਰਦਿਆਂ ਨੇ ਮੇਰੇ ਕੋਲ ਰੁਪਇਆ ਮੰਗਿਆ ਕਦੀ ਅੱਜ ਤੱਕ ਬਾਈ ਹਨਾ ਤੇ ਨਾ ਮੈਂ ਘਰਦਿਆਂ ਕੋਲ ਮੰਗਿਆ ਵੀ ਮੇਰਾ ਖਰਚਾ ਚੱਲਦਾ ਰਿਹਾ ਇਹੀ ਮੇਰੇ ਲਈ ਬਹੁਤ ਸੀ ਤੇ ਘਰਦਿਆਂ ਲਈ ਵੀ ਇਹ ਬਹੁਤ ਸੀ ਵੀ ਚੱਲ ਕਮਾ ਰਿਹਾ ਤੇ ਨਾ ਉਹਨਾਂ ਨੇ ਮੈਨੂੰ ਕਦੇ ਕੰਮ ਕਿਹਾ ਕੋਈ ਵੀ ਕਰ ਬਾਕੀ ਮੈਂ ਕਰਦਾ ਜ਼ਰੂਰ ਆਪਣੇ ਲਈ ਜਿੰਨਾ ਵੀ ਹੁੰਦਾ ਪਰ ਉਹਨਾਂ ਨੇ ਮੈਨੂੰ ਕਿਹਾ ਨਹੀਂ ਵੀ ਚੱਲ ਲੱਗਾ ਰਹਿਣ ਦੇ ਯਾਰ ਕੰਮ ਲੱਗਾ ਠੀਕ ਆ ਆਪੇ ਆਪ ਜ਼ਿੰਦਗੀ ਆਪੇ ਬੜੇ ਬੜੀ ਸਪੋਰਟ ਰਹੀ ਯਾਰ ਕਰ ਦਿੰਦੀ ਹਰੇਕ ਵੀ ਚਲੋ ਇੱਕ ਸਟੈਪ ਚੱਕਿਆ ਮੁੰਡੇ ਨੇ ਇਹ ਬੜਾ ਫਰਕ ਪੈਂਦਾ ਬਾਕੀ ਵਧੀਆ ਕਰਦੇ ਹੋ ਉਹਨਾਂ ਦੇ ਤਾਂ ਵੀ ਜ਼ਿੰਦਗੀ ਵੀ ਤਾਂ ਹੀ ਸਹੀ ਨਿਕਲਦੀ ਹੈ ਬਾਈ ਜਦੋਂ ਡਾਇਟ ਪ੍ਰੋਪਰ ਮਿਲਦੀ ਰਹੇ ਨਾ ਮੈਨੂੰ ਟਾਈਮ ਨਾਲ ਤੇ ਟੇਸਟੀ ਮਿਲਦੀ ਰਹੇ ਇਹੋ ਜਿਹੀਆਂ ਚੀਜ਼ਾਂ ਟੇਸਟੀ ਚਾਹੀਦੀਆਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਪੱਕ ਪੱਕਾ ਖਾਧਾ ਨੇ ਹੁਣ ਕਈ ਬੋਇਲ ਚਿਕਨ ਹੀ ਖਾਈ ਜਾਂਦੇ ਪਾਗਲ ਤਰ੍ਹਾਂ ਵੇਟ ਲੋਸ ਕਢਾਉਣ ਤੇ ਬੋਇਲ ਚਿਕਨ ਮੈਂ ਅੱਜ ਤੱਕ ਨਹੀਂ ਖਾਧਾ ਤੇ ਮੇਰੇ ਹੁਣ ਪੂਰੇ ਕਲੀਨ ਸਿਕਸ ਪੈਕ ਆ ਮੈਂ ਪੂਰਾ ਤੜਕਾ ਲਾਉਂਦਾ ਮੈਂ ਦੇਸੀ ਘਿਓ ਦਾ ਤੜਕਾ ਲਾਉਂਦਾ ਮੇਰਾ ਸਾਰੇ ਦਿਨ ਦੀਆਂ ਮੀਲਾਂ 'ਤੇ ਡਿਪੈਂਡ ਆ ਮੈਂ ਕੀ ਖਾਣਾ ਮੈਨੂੰ ਪਤਾ ਵਾ ਮੈਨੂੰ ਆਹ ਮੈਨੂੰ ਪੱਜ ਜਾਣੀ ਤੇ ਮੈਂ ਦੇਸੀ ਘਿਓ ਦਾ ਤੜਕਾ ਹੁਣ ਤਿੰਨ ਟਾਈਮ ਜਾਂ ਦੋ ਟਾਈਮ ਮੈਂ ਚਿਕਨ ਖਾਊਂਗਾ ਤੇ ਸਾਰਾ ਹੀ ਤੜਕਾ ਲੱਗਣਾ ਹੁਣੇ ਵੀ ਤੁਸੀਂ ਮੇਰੀ ਡਾਇਟ ਵੇਖ ਲਓ ਜਿਹੜਾ ਐੱਗ ਵੀ ਬਣਾਇਆ ਨਾ ਮੈਂ ਉਹ 'ਚ ਵੀ ਤੜਕਾ ਲੱਗਾ ਹੋਇਆ ਦੇਸੀ ਘਿਓ ਦਾ ਓਲੀਵ ਓਇਲ ਲਾਉਣਾ ਤੁਹਾਡੀ ਮਰਜ਼ੀ ਉਹ ਡਿਪੈਂਡ ਕਰਦਾ ਆਪਣੀ ਬੋਡੀ ਨੂੰ ਚਾਹੀਦਾ ਕਿੰਨਾ ਕੁਛ ਹੈ ਨਾ ਉਸ ਹਿਸਾਬ ਨਾਲ ਆਪਾਂ ਯੂਜ ਕਰ ਸਕਦੇ ਹਾਂ ਜੇ ਤੁਸੀਂ ਬੋਇਲ ਚਿਕਨ ਖਾਓਗੇ ਫਿਰ ਤਾਂ ਥੋੜ੍ਹੇ ਦੇਣੀ ਆ ਫਿਰ ਤਾਂ ਮਨ ਭਰ ਜੂਗਾ ਵੀ ਨਾ ਖਾਧਾ ਜਾਵੇ ਸਿਕਸ ਪੈਕ ਦਾ ਕਰੇਜ਼ ਕਿਵੇਂ ਬਣਿਆ ਸਿਕਸ ਪੈਕ ਦਾ ਸ਼ੌਂਕ ਤਾਂ ਬਾਈ ਬੜੇ ਸਾਲ ਆਏ ਵੀ ਸਿਕਸ ਪੈਕ ਕੱਢਾਂਗੇ ਅੱਜ ਕੱਲ੍ਹ ਦੀ ਜਨਤਾ ਨੂੰ ਹੈ ਵੀ ਕਾਫੀ ਅਤੇ ਪਰ ਯਾਰ ਜਿੰਨਾ ਚਿਰ ਤੁਹਾਡਾ ਮਸਲ ਨਹੀਂ ਨਾ ਹੈਗਾ ਸਿਕਸ ਪੈਕ ਦੀ ਵੈਲਿਊ ਨਹੀਂ ਆ ਹੁਣ ਤੁਸੀਂ ਆਹ ਜਿਹੜੇ ਯੂਪੀ ਤੋਂ ਆਪਣੇ ਬਈਏ ਆਉਂਦੇ ਆ ਤੁਸੀਂ ਵੇਖਿਆ ਕਈ ਵਾਰ ਪੂਰੇ ਸਿਕਸ ਪੈਕ ਹੁੰਦੇ ਆਪਾਂ ਉਹਨਾਂ ਨੂੰ ਬੋਡੀ ਬਿਲਡਰ ਕਹਿੰਦਾ ਨਹੀਂ ਕਹਿੰਦਾ ਉਹ ਵੀਕਨੈਸ ਆ ਕਮਜ਼ੋਰੀ ਆ ਇੱਦਾਂ ਹੀ ਨਵੀਂ ਜਨਰੇਸ਼ਨ ਆ ਵੀ ਤੁਸੀਂ ਆਂਤ ਮਸਲ ਗੇਨ ਕਰੋ ਫਿਰ ਸਿਕਸ ਪੈਕ ਅਜੇ 40-50 ਕਿਲੋ ਬਾਈ ਦੀ ਇੱਕ ਵੀਡੀਓ ਵੀ 50 ਕਿਲੋ ਵੇਟ ਹੁੰਦਾ ਤੇ ਕਹਿੰਦੇ ਸਿਕਸ ਪੈਕ ਨਿਕਲਨੇ ਆ ਉੱਤੋਂ ਤੁਸੀਂ ਟੀ ਸ਼ਰਟ ਜਾਂ ਸ਼ਰਟ ਪਾਈ ਹੁੰਦੀ ਅਗਲਾ ਚਪੇੜ ਮਾਰ ਕੇ ਭਾਵੇਂ ਤੁਹਾਨੂੰ ਸੁੱਟ ਦੇ ਪਤਲੇ ਇੰਨੇ ਹੁੰਦੇ ਸਿਕਸ ਪੈਕ ਦੇ ਆਟੋਮੈਟਿਕ ਮੇਰਾ 108 ਕਿਲੋ ਵੇਟ ਸੀ ਇਹ 4-5 ਮਹੀਨੇ ਪਹਿਲਾਂ ਅੱਜ ਮੇਰਾ 90 ਕਿਲੋ ਆ 20 ਕਿਲੋ ਟੁੱਟ ਗਿਆ ਨਾ ਬੜਾ ਫਰਕ ਹੁੰਦਾ ਕੋਈ ਪੈਂਟ ਨਹੀਂ ਆ ਰਹੀ ਕੋਈ ਮੈਨੂੰ ਕੱਪੜੇ ਨਹੀਂ ਆ ਰਹੇ ਉਹੀ ਗੱਲ ਆ ਜੇ ਤੁਹਾਡਾ 60 ਕਿਲੋ ਵੇਟ ਆ 10-15 ਕਿਲੋ ਟੁੱਟੇਗਾ ਤੇ 50 ਕਿਲੋ ਵੇਟ 'ਚ ਫਿਰ ਕਿਹੜੇ ਸਿਕਸ ਪੈਕ ਆ ਯਾਰ ਸ਼ਰਟਾਂ 'ਚ ਤੁਹਾਨੂੰ ਕਿੰਨੇ ਵੇਖਣਾ ਸਿਕਸ ਪੈਕ ਐਨਰਜੀ ਰਹਿ ਗਈ ਹਾਂ ਕਿ ਐਨਰਜੀ ਤਾਂ ਭੁੱਲ ਹੀ ਜਾ ਬਾਈ ਐਨਰਜੀ ਭੁੱਲ ਜਾ ਐਨਰਜੀ ਨਹੀਂ ਰਹਿੰਦੀ ਜਦੋਂ ਕਾਰਸ ਆਪਣੇ ਬੰਦ ਆਟੋਮੈਟਿਕ ਗੱਲ ਸਿਕਸ ਪੈਕ ਉਦੋਂ ਕੱਢੋ ਮੈਂ ਨਵੇਂ ਬੱਚਿਆਂ ਨੂੰ ਇਹੀ ਸਲਾਹ ਦਿੰਦਾ ਬਾਈ ਪਹਿਲਾਂ 6 ਮਹੀਨੇ ਸਾਲ ਲਓ ਇਹਨਾਂ ਮੱਥਾ ਮਾਰੋ ਰੱਜ ਕੇ ਖਾਓ ਜਦੋਂ ਮਸਲ ਗੇਨ ਹੋ ਗਿਆ ਉਸ ਤੋਂ ਬਾਅਦ ਲੈ ਲਿਓ ਪੰਗਾ ਤੁਸੀਂ ਪਹਿਲੇ ਦਿਨ ਹੀ ਸਿਕਸ ਪੈਕ ਕਈ ਪੁੱਛਦੇ ਆ ਪਰ ਮੇਨਟੇਨ ਕਰਨੇ ਬਹੁਤ ਔਖੇ ਆ ਮੇਨਟੇਨ ਕੇਸ ਬਣ ਵੀ ਜਾਂਦੇ ਆ ਨਾ ਕਿਸੇ ਦੇ ਮੈਨੂੰ ਹੀ ਪਤਾ ਮੈਂ ਆਪਣੇ ਸਹੁਰਿਆਂ ਤੇ ਵੀ ਆਪਣੀ ਡਾਈਟ ਨਾਲ ਲੈ ਕੇ ਜਾਂਦਾ ਉਹ ਕਹਿੰਦੇ ਜਵਾਈ ਹੋਵੇ ਤੇ ਇਹੋ ਜਿਹਾ ਹੋਵੇ ਮਤਲਬ ਕੋਈ ਖਰਚਾ ਨਹੀਂ ਨਾ ਚਾਹ ਨਾ ਪਾਣੀ ਨਾ ਮਿੱਠਾ ਨਾ ਕੋਲਡ ਡਰਿੰਕ ਨਾ ਕੁਛ ਵੀ ਨਹੀਂ ਨੋਰਮਲ ਆਪਣੀ ਡਾਇਟ ਤਿਆਰ ਹੁੰਦੀ ਆ ਉਹ ਵੀ ਹੱਸਦੇ ਆ ਕਹਿੰਦਾ ਪਤੰਦਰਾ ਖਾ ਲਿਆ ਕਰ ਤੇਰੇ ਬੰਨੇ ਅਸੀਂ ਵੀ ਖਾ ਲਾਂਗੇ ਤੇ ਅਸੀਂ ਕਹਿੰਦੇ ਵੀ ਨਾ ਵੀ ਤੁਸੀਂ ਖਾਓ ਇਹ ਮੇਨਟੇਨ ਕਰਨੇ ਬੜੇ ਔਖੇ ਆ ਬਾਈ ਕਹਿਣਾ ਸੌਖਾ ਵਾ ਤੁਸੀਂ ਕਹਿ ਤੇ ਦਿੰਦੇ ਹੋ ਵੀ ਇੰਸਟਾਗ੍ਰਾਮ ਤੇ ਥੱਲੇ ਕਮੈਂਟ ਕਰ ਦਿੰਦੇ ਹੋ ਬਾਈ ਡੱਬੇ ਖਾਧੇ ਆ ਇਹ ਖਾਧਾ ਉਹ ਖਾਧਾ ਉਹ ਸਾਨੂੰ ਪਤਾ ਬਾਈ ਅਸੀਂ ਕਿਹੜੇ ਹਾਲਾਤਾਂ 'ਚ ਗੁਜ਼ਰਦੇ ਹਾਂ ਅਤੇ ਸਾਡੀ ਮਿਹਨਤ ਯਾਰ ਤੁਸੀਂ ਸੋਚ ਨਹੀਂ ਸਕਦੇ ਯਾਰ 1.5 ਘੰਟਾ 1.5 ਸਾਲ ਤੋਂ ਬਾਈ ਮੈਂ 12 ਕਿਲੋਮੀਟਰ ਸਾਈਕਲ ਚਲਾ ਰਿਹਾ ਧੁੰਦ ਹੋਵੇ ਜੋ ਮਰਜ਼ੀ ਹੋਵੇ ਧੁੰਦ ਕਿੰਨੀ ਹੁੰਦੀ ਬਾਈ ਸਵੇਰੇ 4 ਵਜੇ 4:30 ਮੈਂ ਉਸ ਟਾਈਮ ਮੇਰਾ ਪਿੰਡਾਂ 'ਚ ਤਾਂ ਵੈਸੇ ਵੀ ਜ਼ਿਆਦਾ ਹੁੰਦੀ ਹਾਂ ਮੇਰਾ ਰੈਗੂਲਰ ਰੂਟੀਨ ਆ 4:30 ਦਾ ਅਲਾਰਮ ਲੱਗਾ ਹੋਇਆ ਇਹ 7 ਸਾਲਾਂ ਤੋਂ ਬਾਈ ਮੰਨਦੇ ਹੋ ਤੁਸੀਂ ਇਹ ਗੱਲ ਕਿਉਂਕਿ ਮੇਰੀ ਆਪਣੀ ਜਿੰਮ ਮੈਂ ਹੀ ਖੋਲ੍ਹਣੀ ਆ ਨਾ ਮੈਂ ਕੋਈ ਟ੍ਰੇਨਰ ਰੱਖਿਆ ਨਾ ਮੈਂ ਹੀ ਟ੍ਰੇਨਰ ਹਾਂ ਉੱਥੇ 7 ਸਾਲਾਂ ਤੋਂ ਮੇਰਾ ਇਹੀ 4:30 ਦਾ ਟਾਈਮ ਉਹ ਆ ਅਲਾਰਮ ਸਿਰਫ ਐਤਵਾਰ ਨੂੰ ਛੱਡ ਕੇ ਜਾਂ ਕਰੋਨਾ ਟਾਈਮ ਥੋੜ੍ਹਾ ਜਿਹਾ ਬੰਦ ਕੀਤਾ ਕਰੋਨਾ ਟਾਈਮ ਮੈਂ ਸਿਰਫ 6 ਦਿਨ ਜਿੰਮ ਬੰਦ ਕੀਤੀ ਸੀ ਅਤੇ ਆਪਣੇ ਵਿਆਹ 'ਤੇ ਮੈਂ ਬਾਈ 4 ਦਿਨ ਜਿੰਮ ਬੰਦ ਕੀਤੀ ਸੀ ਆਪਣੇ ਵਿਆਹ 'ਤੇ ਮੇਰੇ ਤੋਂ ਬਰਾਤ ਤੋਂ 1 ਦਿਨ ਛੱਡ ਕੇ ਮੈਂ ਜਿੰਮ ਚਲ ਗਿਆ
ਇਹ ਹਿਸਾਬ ਲਾ ਲਓ, ਇਹ ਜਨੂਨ ਆ ਸਾਲਾ। ਇਹ ਉਦੋਂ ਕੁਛ ਵੀ ਨਹੀਂ ਪੱਲੇ, ਸਰੀਰ ਵੀ ਹੈ ਨਹੀਂ, ਹਨਾ ਵੀ ਨੋਰਮਲ ਹੀ, ਇੱਕ ਪਰ ਸਾਲਾ ਕ੍ਰੇਜ਼ ਸੀ ਇਹੋ ਜਿਹਾ ਵੀ ਜਿਮ ਤੇ ਜਿਮ ਆ ਜਾਣਾ ਤੇ ਬਈ ਜਾਣਾ, ਮੀਂਹ ਤੂਫਾਨ ਕਣੀ, ਕਈ ਵਾਰ ਨਾ ਪਿੰਡਾਂ ਚ ਨੇਰੀ ਨੂਰੀ ਕਰਕੇ ਲਾਈਟ ਭੱਜ ਜਾਂਦੀ, ਇਨਵੇਟਰ ਵੀ ਸੀਟੀ ਮਾਰ ਜਾਂਦਾ ਬਾਈ, ਬਿਨਾਂ ਵੇਖੇ ਲਾਈ ਜਾਓ ਭੈ ਚ ਪਾਗਲ। ਮਾਰਚ ਅਪ੍ਰੈਲ ਮਈ ਜੂਨ ਚ ਕਿੰਨੀ ਗਰਮੀ ਹੁੰਦੀ ਆ, ਹਾਂਜੀ, ਤੇ ਉੱਥੇ 50 ਬੱਚੇ ਹੋਣ ਤੇ ਬਿਨਾਂ ਏਸੀ ਹੋਵੇ ਤੇ ਕਿਹੜਾ ਉੱਥੇ ਜਿਮ ਲਾ ਲੂ, ਉੱਤੋਂ ਲਾਈਟ ਅਸੀਂ ਬਾਈ ਉੱਥੇ ਲਾ ਰਹੇ ਹਾਂ। ਇਹ ਬਹਾਨੇ ਆ ਤੁਹਾਡੇ ਸਾਰੇ ਜਿਹੜੇ ਤੁਸੀਂ ਕਹਿੰਦੇ ਹੋ ਨਾ ਟ੍ਰੈਡਮਿਲਾਂ, ਏ ਸੀ, ਮੇਰੇ ਕੋਲ ਜਾਇਆ ਨਹੀਂ ਜਾਣਾ, ਗਰਮੀ ਆਊਗੀ, ਠੰਡ ਆਊਗੀ, ਇਹ ਸਭ ਬਾਈ ਤੁਹਾਡੇ ਬਹਾਨੇ ਆ। ਜੇ ਜਿੰਨੇ ਕੁਛ ਕਰਨਾ ਨਾ, ਉਹ ਬਾਈ ਨਾ ਧੁੱਪ ਵਹਿੰਦਾ, ਨਾ ਛਾਂ ਵਹਿੰਦਾ, ਨਾ ਦੁਪਹਿਰ ਵਹਿੰਦਾ, ਨਾ ਖਾਣਾ ਵਹਿੰਦਾ, ਨਾ ਪੀਣਾ ਵਹਿੰਦਾ, ਉਹ ਕੁਛ ਕਰ ਹੀ ਜਾਂਦਾ। ਜੇ ਗੱਲਾਂ ਕਰਨੀਆਂ ਰਜਾਈ 'ਚ ਬਹਿ ਕੇ ਬਾਈ ਉੱਠਿਆ ਨਹੀਂ ਜਾਂਦਾ, ਫਿਰ ਤਾਂ ਬਾਈ ਤੁਸੀਂ ਰਜਾਈਆਂ 'ਚ ਬਹੋਗੇ ਅਤੇ ਸਾਰੀ ਜ਼ਿੰਦਗੀ ਉਹੀ ਕਰੋਗੇ। ਜਿਹੜੀ ਤੁਹਾਡੀ ਆਪਦੀ ਜਿੰਮ ਆ, ਤੁਹਾਡੇ ਆਪਣੇ ਪਿੰਡ ਦੇ ਮੁੰਡੇ ਆਉਂਦੇ ਹੋਣੇ ਬੱਚੇ, ਹੈ ਨਾ, ਉਹਨਾਂ ਨੂੰ ਤੁਸੀਂ ਆਪ ਹੀ ਕੋਚਿੰਗ ਦਿੰਦੇ ਹੋ ਫਰੀ ਬਾਈ? ਜਿਹੜੇ ਤੇ ਮੇਰੇ, ਹਾਂ ਜਿਹੜੇ ਮੇਰੇ ਨਾਲ ਫਰੀ ਯਾਰ ਪਿੰਡਾਂ। ਦੇਖੋ ਮੇਰੀ ਗੱਲ ਸੇ ਚੱਕਰ ਗਈ, ਇੱਕ ਤੁਹਾਨੂੰ ਮੈਂ ਗੱਲ ਦੱਸਦਾ, ਜਿਹੜਾ ਤੁਹਾਡੇ ਲਾਗੇ ਨੇੜੇ ਬਾਬਾ ਹੋਊਗਾ ਨਾ, ਉਹਦੀ ਕੋਈ ਵੈਲਿਊ ਨਹੀਂ ਆ। ਹੁਣ ਸਾਡੇ ਲਾਗੇ ਇੱਕ ਪਿੰਡ ਲਾਗੇ ਬਾਬਾ, ਉਹਦੇ ਪਟਿਆਲਿਓ ਚੰਡੀਗੜ੍ਹੋਂ ਲੋਕ ਆਉਂਦੇ ਆ ਤੇ ਅਸੀਂ ਕਹਿੰਦੇ ਸਾਲਾ ਪਖੰਡੀ ਆ, ਇਹੀ ਕੰਮ ਮੇਰਾ ਵਾ। ਉਹਨਾਂ ਨੂੰ ਮੇਰੀ ਕਦਰ ਨਹੀਂ ਪਤਾ, ਹੈਨਾ, ਭਾਵੇਂ ਬੇਸ਼ੱਕ ਇੱਜ਼ਤ ਕਰਦੇ ਅਸੀਂ ਨਹੀਂ ਆ ਵੀ, ਪਰ ਉਹਨਾਂ ਨੂੰ ਮੇਰੀ ਇਹ ਨਹੀਂ ਪਤਾ ਵੀ ਇੰਸਟਾਗ੍ਰਾਮ ਤੇ ਜੋ ਮੈਨੂੰ ਲੋਕ ਰਿਵਿਊ ਦੇ ਰਹੇ ਆ, ਜੋ ਮੇਰੇ ਤੋਂ ਫੀਸ ਡਾਇਟ ਲੈ ਰਹੇ ਆ, ਉਹਨਾਂ ਨੂੰ ਨਹੀਂ ਪਤਾ। ਇਸ ਕਰਕੇ ਉਹਨਾਂ ਨੂੰ ਕਦਰ ਨਹੀਂ ਪਤਾ, ਆਪ ਆਟੋਮੈਟਿਕ ਗੱਲ ਲਾਗੇ ਵਾਲੇ ਬੰਦੇ ਨੂੰ ਕੋਈ ਜਾਣਦਾ ਨਹੀਂ। ਬਾਕੀ ਗੱਲ ਇਹ ਆ, ਜਿਹੜੇ ਮੇਰੇ ਨਾਲ ਦੇ ਸੀ ਨਾ ਬਾਈ, ਸਾਰੇ ਬਾਹਰ ਚਲ ਗਏ, ਮੈਂ ਇਕੱਲਾ ਮੇਰੀ ਜਿੰਮ 'ਚ, ਹੁਣ ਸਾਰੇ ਪਲੱਸ ਟੂ ਗਿਆਰਵੀਂ ਵਾਲੇ ਆ, ਸਾਡਾ ਏਰੀਆ ਸਾਰਾ ਹੀ ਬਾਹਰ ਆ। ਮੇਰਾ ਯਾਰ ਚੀਮਾ ਇੱਕ ਬਲਜੀਤ ਵਧੀਆ ਲਾਉਂਦਾ, ਉਹ ਵੀ ਚਲ ਗਿਆ, ਇੱਕ ਦੋ ਹੋਰ ਚਲ ਜਾਣਾ, ਸਾਰੇ ਚਲ ਗਿਆ, ਮੈਂ ਇਕੱਲਾ ਹੀ ਇੱਥੇ, ਅਤੇ ਨਵੇਂ ਨਵੇਂ ਮੁੰਡੇ ਆ, ਅਤੇ ਜਿਹੜੇ ਬਾਕੀ ਹੈਗੇ ਆ ਆਂਢ ਗੁਆਂਢ ਵਾਲੇ ਉਹ ਘਰੇ ਹੀ ਆ, ਅਤੇ ਉਹ ਬਸ ਖੇਤੀਬਾੜੀ ਉਹ ਕਰਦੇ ਆ, ਜਿੰਮ ਮੈਂ ਇਕੱਲਾ ਹੀ ਲਾ ਰਿਹਾ ਫਿਲਹਾਲ। ਠੀਕ ਹੈ, ਅਤੇ ਇੱਕ ਬੜੇ ਵੀਰਾਂ ਦਾ ਕੁਐਸਚਨ ਆਉਂਦਾ ਵਾ ਵੀ ਕਰਟੇਨ ਕੀ ਚੀਜ਼ ਆ, ਕਿਵੇਂ ਲੈਣਾ ਚਾਹੀਦਾ? ਯਾਰ ਕਰਟੇਨ ਬਾਈ, ਪਹਿਲੀ ਗੱਲ ਤਾਂ ਇਹ ਆ, ਸਭ ਤੋਂ ਵੱਧ ਸਵਾਲ ਮੈਨੂੰ ਇਹੀ ਆਉਂਦੇ ਆ ਇੰਸਟਾਗ੍ਰਾਮ ਦੇ ਕਰੇਟਿਨ ਬਾਰੇ, ਵੀ ਇਹ ਕਿੱਦਾਂ ਲਈਏ, ਕਿਹੜਾ ਲੈਣਾ ਚਾਹੀਦਾ, ਕਿਹੜੀ ਕੰਪਨੀ ਦਾ ਲਈਏ, ਹੈ ਨਾ ਬਾਈ? ਇਹ ਕੁਐਸਚਨ ਬੜੇ ਹੁੰਦੇ, ਇਹ ਤਾਂ ਆਉਂਦੇ ਆ, ਇਹ ਸਸਤਾ ਵਾ, ਇੱਕ 1000-1200 ਦਾ ਮਿਲ ਜਾਂਦਾ, ਜਨਤਾ ਹਰੇਕ ਲੈ ਲੈਂਦੀ ਆ, ਭਾਵੇਂ ਇਹਦਾ ਤੁਹਾਨੂੰ ਫਾਇਦਾ ਪਤਾ ਭਾਵੇਂ ਨੁਕਸਾਨ ਕੁਛ ਨਹੀਂ ਪਤਾ, ਤੁਸੀਂ ਕਰਟੇਨ ਚੁੱਕ ਕੇ ਲੈ ਲਿਆ, ਅਤੇ ਇਹਦਾ ਬਾਈ ਫਾਇਦਾ ਉਦੋਂ ਹੀ ਆ ਜੇ ਤੁਹਾਡੇ ਸਾਰੇ ਦਿਨ ਦਾ ਪ੍ਰੋਟੀਨ ਪੂਰਾ ਹੋ ਰਿਹਾ, ਜੇ ਤੁਹਾਡੀ ਬੋਡੀ ਨੂੰ 100-150 ਗ੍ਰਾਮ ਪ੍ਰੋਟੀਨ ਚਾਹੀਦਾ, ਜੇ ਤੁਸੀਂ ਆਪਣੀ ਡਾਇਟ 'ਚ ਪੂਰਾ ਕਰ ਰਹੇ ਹੋ, ਕਰਟੇਨ ਨੇ ਫਿਰ ਕੰਮ ਕਰਨਾ, ਜੇ ਤੁਸੀਂ ਖਾ ਕੱਲੀਆਂ ਰੋਟੀਆਂ ਰਹੇ ਹੋ ਅਤੇ ਕਰਟੇਨ ਲੈ ਰਹੇ ਹੋ, ਉਹਦਾ ਕੀ ਕੰਮ ਆ, ਉਹਦਾ ਕੋਈ ਕੰਮ ਨਹੀਂ, ਤੁਸੀਂ ਪੈਸੇ ਵੇਸਟ ਨਾ ਕਰੋ, ਆਪਣੀ ਡਾਇਟ 'ਤੇ ਪ੍ਰੋਪਰ ਧਿਆਨ ਦਿਆ ਕਰੋ। ਅਤੇ ਦੂਜੀ ਗੱਲ ਇਹ ਆ, ਫਿਰ ਕਹਿ ਦੇਣਗੇ ਬਾਈ ਦੇ ਨਾਲ ਹੇਅਰ ਲੋਸ ਨਹੀਂ ਹੁੰਦੇ ਜਾਂ ਪੱਥਰੀ ਪੁੱਥਰੀ ਦਾ ਕੀ ਚੱਕਰ ਆ ਬਾਈ? ਮੇਰੀ ਗੱਲ ਕਰੀਏ ਤਾਂ ਮੈਂ ਜਦੋਂ ਜਿੰਮ ਤੋਂ ਪਹਿਲਾਂ ਮੇਰੇ ਪੱਥਰੀਆਂ ਹੁੰਦੀਆਂ ਸੀ, ਅਤੇ 7 ਸਾਲ ਹੋ ਗਏ ਮੈਨੂੰ ਸਾਲੀ ਪੱਥਰੀ ਦੀ ਕੋਈ ਦਿੱਕਤ ਨਹੀਂ ਆ, ਅਤੇ ਮੈਂ ਪਤਾ ਨਹੀਂ ਕਿੰਨੇ ਕੁ ਡੱਬੇ ਕਰਟੇਨ ਖਾ ਲਏ ਹੋਣੇ, ਮੇਰੇ ਕਿਡਨੀਆਂ 'ਚ ਪੱਥਰੀ ਸੀ, ਅਤੇ ਹੁਣ ਓਕੇ ਆ, ਮੈਨੂੰ ਮੈਂ ਨਾ ਟੈਸਟ ਕਰਾਏ ਸਹੀ ਦੱਸਾਂ ਦੇ, ਅਤੇ ਕਰੇਟਿਨ ਲੈਣ ਨਾਲ ਪੱਥਰੀ ਨਹੀਂ ਹੁੰਦੀ, ਕਰੇਟਿਨ ਗੱਲ ਇਹ ਆ, ਇੱਕ ਕਹਿੰਦੇ ਪਾਣੀ ਬੜਾ ਪੀਣਾ ਪੈਂਦਾ ਬਾਈ, ਕਰੇਟਿਨ ਦਾ ਕੰਮ ਹੁੰਦਾ ਮਸਲ 'ਚ ਪਾਣੀ ਪੰਜ ਹੋਲਡ ਕਰਨਾ, ਥੋੜ੍ਹੀ ਸਟਰੈਂਥ ਗੇਨ ਕਰਨੀ, ਜੇ ਆਪਣੀ ਬੋਡੀ 'ਚ ਪਾਣੀ ਨਾ ਹੋਊਗਾ ਤਾਂ ਉਹ ਕਿੱਥੋਂ ਜਾਏਗਾ, ਅਤੇ ਜੇ ਤੁਸੀਂ ਪਾਣੀ ਪੀਓਗੇ ਫਿਰ ਹੀ ਰਿਜ਼ਲਟ ਆ, ਕਰੇਟਿਨ ਉੱਦਾਂ ਕੋਈ ਨੁਕਸਾਨ ਨਹੀਂ ਕਰਦਾ, ਪਾਣੀ ਨਾ ਪੀਓਗੇ ਤੁਹਾਨੂੰ ਰਿਜ਼ਲਟ ਨਹੀਂ ਆਉਣਾ, ਭਾਵੇਂ ਤੁਸੀਂ ਕਰੇਟਿਨ ਲੈ ਰਹੇ ਹੋ ਭਾਵੇਂ ਨਹੀਂ ਲਾ ਰਹੇ, ਜਿੰਨਾ ਚਿਰ ਤੁਸੀਂ ਆਪਣੀ ਬੋਡੀ ਨੂੰ ਪੂਰਾ ਪਾਣੀ ਨਹੀਂ ਦੇ ਰਹੇ, ਸਭ ਤੋਂ ਤਕੜਾ ਫੂਡ ਬਾਈ ਪਾਣੀ ਆ, ਜੇ ਆਪਾਂ ਪਾਣੀ ਨਹੀਂ ਦੇ ਸਕਦੇ ਫਿਰ ਆਪਣਾ ਮਸਲ ਗੇਨ ਹੀ ਨਹੀਂ ਕਰਨਾ, ਪਾਣੀ ਜ਼ਰੂਰ ਪੀਓ, ਕਰੇਟਿਨ ਪੀ ਰਹੇ ਹੋ, ਖਾ ਰਹੇ ਹੋ, ਨਹੀਂ ਖਾ ਰਹੇ, ਪਾਣੀ ਸਭ ਤੋਂ ਪਹਿਲਾਂ। ਠੀਕ ਹੈ, ਅਤੇ ਐਕਸਰਸਾਈਜ਼ ਕਿੰਨਾ ਕੁ ਟਾਈਮ ਲਾਉਣੀ ਚਾਹੀਦੀ ਆ? ਐਕਸਰਸਾਈਜ਼ ਬਾਈ ਜਨਤਾ ਸਾ ਕੀ ਕਰਨਾ, ਨਵੇਂ ਨਵੇਂ ਕੀ ਕਰਦੇ ਆ, 2 ਘੰਟੇ ਸਵੇਰੇ ਲਾਉਂਦੇ, 2 ਘੰਟੇ ਸ਼ਾਮ ਨੂੰ ਲਾਉਂਦੇ, ਵੀ ਸ਼ਾਇਦ ਜਲਦੀ ਬੋਡੀ ਬਣ ਜੇ, ਅਤੇ ਜੇ ਇਹ ਕੰਮ ਹੋਵੇ ਤਾਂ ਬਾਈ ਸਾਡੀ ਆਪਣੀ ਜਿੰਮ ਆ, ਅਸੀਂ 24 ਘੰਟੇ 10 ਘੰਟੇ ਪੇਲ ਸਕਦੇ ਹਾਂ ਜਲਦੀ ਬਣਾਉਣਾ ਹੋਵੇ, ਜਿੰਨਾ ਚਿਰ ਆਪਣੀ ਬੋਡੀ ਨੂੰ ਰਿਕਵਰੀ ਆਪਣੀ ਨਹੀਂ ਹੁੰਦੀ, ਰੈਸਟ ਨਹੀਂ ਮਿਲਦਾ, ਆਪਣਾ ਮਸਲ ਗੇਨ ਨਹੀਂ ਕਰਦਾ, ਜ਼ੋਰ ਲਾ ਲਓ, ਘੱਟੋ ਘੱਟ ਤੁਸੀਂ 48 ਜਾਂ 3 ਦਿਨ ਇੱਕ ਮਸਲ ਨੂੰ ਨਾ ਛੇੜਿਆ ਕਰੋ, ਕਈ ਬਾਈ ਰੋਜ਼ ਬਾਈਸੈਪਸ ਲਾਉਣ ਲੱਗ ਜਾਂਦੇ, ਬਾਈਸੈਪਸ ਵੱਡੇ ਹੋ ਜਾਣਗੇ, ਅਤੇ ਜੇ ਮੇਰੀ ਗੱਲ ਕਰੀਏ, ਮੈਂ ਵੀਕ 'ਚ ਸਿਰਫ 1 ਵਾਰੀ ਬਾਈਸੈਪਸ ਲਾਉਂਦਾ, ਉਹ ਵੀ 3 ਸੈੱਟ, ਅਤੇ ਵਧੀਆ ਗੇਨ ਹੋ ਰਿਹਾ, ਅਤੇ ਜਦੋਂ ਮੈਂ ਪਹਿਲਾਂ 2-2-3-3 ਵਾਰੀ ਪੇਲਦਾ ਹਾਂ ਹਫ਼ਤੇ 'ਚ, ਤਾਂ ਮੇਰਾ ਮਸਲ ਜਮ੍ਹਾਂ ਨਹੀਂ ਉੱਠਣ ਦਿਆ, ਇਸ ਲਈ ਘੱਟੋ ਘੱਟ 2-3 ਦਿਨ ਦਾ ਗੈਪ ਰੱਖਿਆ ਕਰੋ, ਫਿਰ ਉਹ ਮਸਲ ਨੂੰ ਛੇੜਿਆ ਕਰੋ। ਅਤੇ ਵਰਕਆਊਟ ਬਾਈ ਤੁਹਾਡਾ 50 ਮਿੰਟ 1 ਘੰਟੇ ਦਾ ਬਹੁਤ ਹੁੰਦਾ ਵਾ, 2-2 ਘੰਟੇ ਮੱਥੇ ਮਾਰਨ ਦੀ ਲੋੜ ਨਹੀਂ ਗੀ, 1 ਘੰਟੇ 'ਚ ਪੂਰੀ ਤਸੱਲੀ ਹੋ ਜਾਂਦੀ ਆ ਤਰੀਕੇ ਨਾਲ। ਗੱਲ ਉਹ ਆ, ਜੇ ਤੁਸੀਂ ਫੋਨ ਦੇ ਵਿੱਚ ਪੰਗੇ ਲੈ ਰਹੇ ਹੋ, ਯਾਰਾਂ ਨਾਲ ਗੱਲਾਂ ਮਾਰ ਰਹੇ ਹੋ, ਕਦੇ ਉੱਧਰ ਇੱਧਰ, ਫਿਰ ਤਾਂ ਬਾਈ ਭਾਵੇਂ 3 ਘੰਟੇ ਲਾ ਲਓ, ਉਹਦਾ ਕੀ ਫਾਇਦਾ? ਅਤੇ ਕਾਰਡੀਓ ਵਗੈਰਾ ਕਿੰਨਾ ਟਾਈਮ ਲਾਉਣਾ? ਕਾਰਡੀਓ ਬਾਈ ਵਰਕਆਊਟ ਤੋਂ ਬਾਅਦ 20 ਮਿੰਟ ਕਰ ਲਿਆ ਕਰੋ, ਕੋਈ ਚੱਕਰ ਨਹੀਂ ਆ, ਵਾਧੂ ਹੁੰਦਾ ਵੀ, ਭਾਵੇਂ ਫੈਟ ਲੋਸ ਕਰ ਰਹੇ ਹੋ, ਮਸਲ ਗੇਨ ਕਰ ਰਹੇ ਹੋ, ਕਾਰਡੀਓ 20 ਮਿੰਟ ਬਹੁਤ ਹੁੰਦਾ, ਅਤੇ ਕਰਿਓ, ਜ਼ਰੂਰ ਕਰਿਓ। ਅਤੇ ਜਿਹੜੇ ਵੇਟ ਲੋਸ ਕਰਦੇ ਨੇ, ਹਾਂਜੀ, ਉਹਨਾਂ ਵਾਸਤੇ ਪ੍ਰੀ ਵਰਕਆਊਟ ਲੈਣਾ ਜ਼ਰੂਰੀ ਹੁੰਦਾ? ਬਾਈ ਵੇਟ ਲੋਸ ਜਿਹੜੇ ਕਰਦੇ ਨਾ, ਆਪਣੇ ਵਾਲੇ ਨੂੰ ਸੋਚ ਦੱਸਾਂ ਕੀ ਆ, ਫੈਟ ਬਰਨਰ ਖਾ ਲਓ,
ਪ੍ਰੀ ਵਰਕਆਊਟ ਖਾ ਲਓ, ਖਾਣਾ ਪੀਣਾ ਛੱਡ ਦਿਓ, ਰਨਿੰਗ ਲਾਉਣ ਆ ਜਾਓ, ਤੁਹਾਡਾ ਵੇਟ ਘੱਟ ਜਾਏਗਾ। ਸ਼ਾਇਦ ਉਹਦੇ ਨਾਲ ਤੁਹਾਡਾ ਵੇਟ ਘੱਟ ਵੀ ਜਾਵੇ ਨਾ ਖਾਣ ਨਾਲ, ਪਰ ਉਹਦੇ ਨਾਲ ਤੁਹਾਡੀ ਸਕਿੰਨ ਲਟਕ ਜਾਣੀ, ਕਈਆਂ ਤੁਸੀਂ ਦੇਖੀ ਹੋਣੀ ਆ ਜਾਂ ਸਟ੍ਰੈਸ ਮਾਰ ਕਿੰਨੇ ਜ਼ਿਆਦਾ ਹੋ ਜਾਂਦੇ ਆ, ਉਹਨਾਂ ਦੇ ਜੁਆਇੰਟਾਂ 'ਚ ਪੇਨ ਹੋਣ ਲੱਗ ਜਾਂਦੀਆਂ, ਮਾਰ ਰੇਸਾਂ, ਹੈ ਨਾ। ਜਦੋਂ ਵੀ ਆਪਾਂ ਵੇਟ ਲੋਸ ਕਰਨਾ ਨਾ ਬਾਈ, ਤਰੀਕੇ ਨਾਲ ਕਰੋ, ਇੱਕ ਤਰੀਕਾ ਹੁੰਦਾ, ਜੇ ਤਰੀਕੇ ਨਾਲ ਚੱਲੋਗੇ ਉਹ ਵਧੇਗਾ ਵੀ ਨਹੀਂ ਅਤੇ ਤੁਹਾਡੀ ਉਹ ਸਕਿੰਨ ਵੀ ਨਹੀਂ ਲਟਕਣੀ। ਤੁਸੀਂ ਆਰਾਮ ਨਾਲ ਕਰੋ, ਸਟਰੈਂਥ ਟ੍ਰੇਨਿੰਗ ਕਰੋ ਵਧੀਆ, ਉਹ ਤੋਂ ਬਾਅਦ ਤੁਸੀਂ ਕਾਰਡੀਓ ਕਰੋ। ਅਤੇ ਮੇਨ ਗੱਲ ਇਹ, ਭੁੱਖੇ ਨਹੀਂ ਰਹਿਣਾ, ਜੇ ਭੁੱਖ ਰਹਿ ਕੇ ਘਟਾਓਗੇ ਤਾਂ ਤੁਹਾਡਾ ਵੇਟ ਵਧੂਗਾ, ਤੁਹਾਨੂੰ ਪ੍ਰੋਬਲਮ ਆਉਣੀ ਆ। ਚੰਗਾ ਖਾਣਾ ਪੈਣਾ ਵਾ, 5 ਮੀਲਾਂ ਘੱਟੋ ਘੱਟ 'ਚ ਦੇਣ 'ਚ ਤੁਹਾਨੂੰ ਲੈਣੀਆਂ ਪੈਣੀਆਂ ਵਾ, ਜਿਹ 'ਚ ਪ੍ਰੋਟੀਨ, ਕਾਰਬਸ, ਫੈਟ ਆਪਣੀ ਬੋਡੀ ਦੇ ਹਿਸਾਬ ਨਾਲ ਤੁਸੀਂ ਕਰ ਲਿਓ ਐਡ, ਠੀਕ ਹੈ ਨਾ। ਉਹਦੇ ਨਾਲ ਕਰੋਗੇ ਤੁਹਾਡਾ ਮਸਲ ਵੀ ਗੇਨ ਹੋਏਗਾ, ਤੁਹਾਨੂੰ ਮੋਟੀਵੇਸ਼ਨ ਵੀ ਮਿਲਦਾ ਰਹੇਗਾ, ਅਤੇ ਤੁਹਾਡੀ ਬੋਡੀ 'ਚ ਐਨਰਜੀ ਵੀ ਰਹੇਗੀ, ਆਟੋਮੈਟਿਕ ਤੁਸੀਂ ਵਰਕਆਊਟ ਕਰ ਲਓਗੇ। ਖਾਲੀ ਪੇਟ ਕਿੰਨੇ ਕੁ ਦਿਨ ਕਰ ਲਓਗੇ? 5 ਦਿਨ, 10 ਦਿਨ, 15 ਦਿਨ? ਅਤੇ 15 ਦਿਨਾਂ 'ਚ ਤਾਂ ਬਾਈ ਕੋਈ ਫਰਕ ਨਹੀਂ ਨਾ ਪੈਣਾ। ਜੇ ਲੰਮੀ ਰੇਸ 'ਤੇ ਘੋੜੇ ਬੰਨਣਾ, ਗੱਲ ਹੋਈ ਆ, ਅਤੇ ਪ੍ਰੋਪਰ ਡਿਸਿਪਲੀਨ ਨਾਲ ਚੱਲਣਾ ਪੈਣਾ। ਤੁੱਕੇ ਲਾਉਣ ਨਾਲ ਕੁਛ ਨਹੀਂ ਹੋਣਾ। ਕਈ ਮੈਨੂੰ ਪੁੱਛਦੇ ਰਹਿੰਦੇ ਬਾਈ ਜੀ ਡਾਇਟ ਦੱਸ ਦਿਓ, ਹੈ ਨਾ। ਬਾਈ ਡਾਇਟ ਜੇ ਮੈਂ ਇੱਦਾਂ ਹੀ ਤੁੱਕੇ ਲਾ ਕੇ ਦੱਸਣੀ ਆ, ਫਿਰ ਤੁਸੀਂ ਯੂਟਿਊਬ, ਇੰਸਟਾਗ੍ਰਾਮ 'ਤੇ ਬਥੇਰੀਆਂ ਵੀਡੀਓ ਪਈਆਂ ਹੋਈਆਂ, ਉਹ ਫੋਲੋ ਕਰ ਲਓ। ਤੁਹਾਡੀ ਜੇ ਇੱਦਾਂ ਸਰਦਾ ਡਾਇਟ, ਬਾਈ ਇੱਦਾਂ ਨਹੀਂ ਬਣਦੀ, ਡਾਇਟ ਬਣਦੀ ਆ ਤੁਹਾਡੀ ਬੋਡੀ ਵੇਖ ਕੇ। ਹਰ ਵੀਕ ਬਾਅਦ ਕੁਛ ਨਾ ਕੁਛ ਅਪਡੇਟ ਕਰਨਾ ਪੈਂਦਾ ਵਾ, ਫਿਰ ਰਿਜ਼ਲਟ ਆਉਂਦੇ ਆ। ਇਹ ਨਹੀਂ ਆ ਵੀ ਇੱਕ ਡਾਇਟ 6-6 ਮਹੀਨੇ ਲਗਾਤਾਰ ਫੋਲੋ ਕਰੀ ਜਾਣੀ, ਇੱਦਾਂ ਨਹੀਂ ਹੁੰਦਾ। ਪ੍ਰੀ ਵਰਕਆਊਟ ਬਾਰੇ ਤੁਸੀਂ ਕੀ ਕਹਿਣਾ? ਪ੍ਰੀ ਵਰਕਆਊਟ ਮੈਂ ਇਹ ਕਹਿਣਾ ਚਾਹੁੰਦਾ ਵੀ ਨਵੇਂ ਮੁੰਡੇ ਵੀ ਕਹਿੰਦੇ ਵੀ ਬਾਈ ਮੇਰੇ ਕੋਲ ਵਰਕਆਊਟ ਨਹੀਂ ਲੱਗਦਾ, ਪ੍ਰੀ ਵਰਕਆਊਟ ਦੱਸੋ। ਅਤੇ ਮੈਂ ਬਾਈ ਕਦੇ ਪ੍ਰੀ ਵਰਕਆਊਟ ਨਹੀਂ ਲਿਆ, ਪਹਿਲਾਂ ਜ਼ਰੂਰ ਲਿਆ ਸੀ ਇਹ ਕਹਾਂ ਜਦੋਂ ਨੌਲੇਜ ਨਹੀਂ ਸੀ, ਅਤੇ ਹੁਣ ਮੈਂ ਕਦੇ ਪ੍ਰੀ ਵਰਕਆਊਟ ਵਰਤਿਆ ਹੀ ਨਹੀਂ। ਕਿਉਂ ਪੈਸੇ ਵੇਸਟ ਕਰਨੇ ਯਾਰ? ਵਧੀਆ ਪ੍ਰੀ ਵਰਕਆਊਟ ਤੁਹਾਨੂੰ 2500 ਦਾ ਆਉਂਦਾ, C4 ਦਾ, ਚੰਗੀ ਕੰਪਨੀ ਦਾ, ਅਤੇ ਉੱਦਾਂ ਦੇ 4-4, 5-5 ਸੌ ਦੇ ਪ੍ਰੀ ਵਰਕਆਊਟ ਮਿਲ ਜਾਂਦੇ। ਉਹ ਪ੍ਰੀ ਵਰਕਆਊਟ ਨਹੀਂ ਹੁੰਦੇ, ਉਹਨੇ ਤੁਹਾਡੇ ਕੀੜੀਆਂ ਹੀ ਲੜਾਉਣੀਆਂ ਅਤੇ ਉਹਨੇ ਤੰਗ ਕਰਨਾ ਤੁਹਾਨੂੰ ਸਾਈਡ ਇਫੈਕਟ। ਅਤੇ ਗੱਲ ਇਹ ਆ, ਫਿਰ ਉਹਨੇ ਤੁਹਾਨੂੰ ਦਿੱਕਤ ਵੀ ਬੜੀ ਦੇਣੀ ਅੱਗੇ ਜਾ ਕੇ। ਮੈਂ ਇੱਕ ਦਿਨ ਪ੍ਰੀ ਵਰਕਆਊਟ ਲੈ ਲਿਆ ਮੁੰਡੇ ਨੇ, ਕਹਿੰਦਾ ਆਹ ਖਾ ਕੇ ਵੇਖ, ਵੈਸੇ ਲੈ ਲਿਆ। ਉਹਨੇ ਦੇ ਭਰਾ ਮੇਰੇ ਕੰਨ ਲਾਲ ਕਰਤੇ, ਮੈਨੂੰ ਉਲਟੀਆਂ ਆਉਣ ਵਾਲਾ ਕਰਤਾ। ਮੈਂ ਸਾਲਾ ਇਹ ਕੀ ਕਬਾੜਾ, ਕਹਿੰਦਾ 500 ਰੁਪਏ 'ਚ ਆਏ। ਮੈਂ ਸਾਲਾ 500 ਰੁਪਏ ਕਿਲੋ 'ਤੇ ਅੱਜ ਕੱਲ੍ਹ ਬੱਕਰਾ ਨਹੀਂ ਮਿਲਦਾ, ਤੁਹਾਨੂੰ ਪ੍ਰੀ ਵਰਕਆਊਟ ਦਿੱਤਾ 2 ਮਹੀਨਿਆਂ ਦਾ? ਅਤੇ ਵੀਰ ਮੇਰੇ, ਜੇ ਪ੍ਰੀ ਵਰਕਆਊਟ ਲੈਣਾ, ਪਹਿਲੀ ਗੱਲ C4 ਜਾਂ ਹੋਰ ਚੰਗੀ ਕੰਪਨੀ ਦਾ 2000+ ਹੋਣਾ ਵਾ। ਅਤੇ ਜੇ ਤੁਸੀਂ 500-700 ਦਾ ਲੈਣਾ, ਫਿਰ ਤਾਂ ਬਾਈ ਉਹ ਤੁਸੀਂ ਉੱਥੇ ਚੰਗਾ ਕੌਫੀ ਪੀ ਲਓ, ਅਤੇ ਐਨ ਵਧੀਆ ਵਾ, ਕੌਫੀ ਨਾਲ ਵਧੀਆ ਕੰਮ ਚੱਲ ਜਾਣਾ ਵਾ। ਅਤੇ ਪ੍ਰੀ ਵਰਕਆਊਟ ਦੇ ਪੈਸੇ ਤੁਸੀਂ ਨਾ ਵੇਸਟ ਕਰੋ, ਨਾ ਹੀ ਲੋੜ ਆ। ਗੱਲ ਸਾਰੀ ਬਾਈ ਆਪਣੇ ਮਾਇੰਡ ਦੀ ਹੈ। ਜੇ ਆਪਣਾ ਮਾਇੰਡ ਜਿੰਮ 'ਚ ਨਾ, ਮੈਂ ਡੰਬਲ ਚੱਕਣੇ ਆ ਅਤੇ ਚੱਕਣੇ ਆ, ਅਤੇ ਜੇ ਮੇਰਾ ਮਾਇੰਡ ਮੈਂ ਕਿਤੇ ਆਹ ਫੋਨ ਲੈਣ ਗਿਆ ਜਾਂ ਮੈਂ ਕਿਤੇ ਰਿਸ਼ਤੇਦਾਰੀ 'ਚ ਘੁੰਮ ਰਿਹਾ ਅਤੇ ਲੱਗਾ ਜਿੰਮ 'ਚ, ਫਿਰ ਭਾਵੇਂ ਪ੍ਰੀ ਵਰਕਆਊਟ ਪੀ ਲਓ ਅਤੇ ਭਾਵੇਂ ਜੋ ਮਰਜ਼ੀ ਖਾ ਲਓ, ਫਿਰ ਕੁਛ ਨਹੀਂ ਹੋਣਾ। ਕੋਈ ਘਰ ਦੀ ਡਾਇਟ ਇੱਕ ਵਾਰ ਮਾੜਾ ਜਿਹਾ ਦੱਸ ਦਿਓ ਆਪਣੇ ਆਡੀਅੰਸ? ਤੁਹਾਡੀ ਡਾਇਟ ਬਾਈ ਸਿੰਪਲ ਮੀਲ ਤੁਹਾਨੂੰ ਮੈਂ ਦੱਸਦਾ, ਸਵੇਰੇ ਉੱਠਦੇ ਸਾਰ ਨਾ ਜਿਹੜੇ ਘਰਦਿਆਂ ਨੇ ਵੇਟ ਗੇਨ ਕਰਨਾ, ਇੱਕ ਤਾਂ ਖਾ ਲਿਓ ਦਲੀਆ, ਠੀਕ ਆ ਬਾਈ, ਆਪਣੇ ਹਿਸਾਬ ਨਾਲ ਜਿੰਨਾ ਵੀ ਖਾ ਸਕਦੇ ਹੋ। ਨਾਲ ਲੈ ਲਿਓ ਤੁਸੀਂ 2 ਬਨਾਨਾ, 20 ਕੁ ਗ੍ਰਾਮ ਤੁਸੀਂ ਨਟਸ ਲੈ ਲਿਓ, ਜੇ ਤੁਹਾਡੇ ਕੋਲ ਪ੍ਰੋਟੀਨ ਹੈਗਾ ਨਹੀਂ ਤਾਂ ਤੁਸੀਂ ਚਣੇ ਲੈ ਲਿਓ, ਕਾਲੇ ਆ ਉਹ, ਠੀਕ ਆ। ਪਹਿਲੀ ਮੀਲ ਤੁਹਾਡੀ ਇਹ ਹੋ ਗਈ। ਦੂਜੀ ਮੀਲ ਤੁਹਾਡੀ ਹੋ ਗਈ ਰੋਟੀ ਸਿੰਪਲ, ਜਿਹੜੀ ਆਪਾਂ ਘਰ ਖਾਂਦੇ ਹਾਂ, ਰੋਟੀ ਹੋ ਗਿਆ, ਸਬਜ਼ੀ ਹੋ ਗਈ, ਸੈਲਡ ਹੋ ਗਈ, ਜੋ ਵੀ ਨੋਰਮਲ ਆ, ਜਾਂ ਹੋ ਸਕੇ ਤਾਂ ਦਾਲਾਂ ਐਡ ਕਰੋ, ਵਧੀਆ ਗੱਲ ਆ, ਜਾਂ ਪਨੀਰ ਐਡ ਕਰ ਲਓ। ਅਤੇ ਚੌਥੀ ਮੀਲ ਹੋ ਗਈ, ਤੀਸਰੀ ਮੀਲ ਹੋ ਗਈ, ਤੁਸੀਂ ਬਨਾਨਾ ਸ਼ੇਕ ਬਣਾ ਲਿਓ, 2 ਕੇਲੇ ਪਾ ਲਿਓ, ਦੁੱਧ ਪਾ ਲਿਓ, ਥੋੜ੍ਹੇ ਜਿਹੇ ਡਰਾਈ ਫਰੂਟ ਪਾ ਲਿਓ, ਥੋੜ੍ਹੇ ਜਿਹੇ ਵਿੱਚ ਓਟਸ ਪਾ ਲਿਓ, ਜਾਂ 1 ਚਮਚ ਪੀਨਟ ਬਟਰ ਪਾ ਲਿਓ, ਇਹ ਤੁਸੀਂ ਸ਼ੇਕ ਲੈ ਸਕਦੇ ਹੋ ਕਿਸੇ ਵੀ ਟਾਈਮ। ਫਿਰ ਤੁਹਾਡੀ ਅਗਲੀ ਮੀਲ ਹੋ ਗਈ, ਜਿੱਦਾਂ ਰਾਈਸ ਹੋ ਗਏ, ਸੋਇਆ ਬੜੀਆਂ ਲੈ ਸਕਦੇ ਹੋ, ਤੁਸੀਂ ਐੱਗ ਖਾ ਸਕਦੇ ਹੋ, ਐੱਗ ਖਾ ਲਓ, ਹੈ ਨਾ। ਨੋਰਮਲ ਵੀ ਥੋੜ੍ਹਾ ਬਹੁਤਾ ਪ੍ਰੋਟੀਨ ਡਾਇਟ 'ਚ ਹੋਣਾ ਚਾਹੀਦਾ, ਜਿਹੜੀ ਮਰਜ਼ੀ ਚੀਜ਼ ਲੈ ਲਿਓ। ਅਤੇ ਪ੍ਰੀ ਮੀਲ ਹੋ ਗਈ, ਜਿਹੜੀ ਤੁਹਾਨੂੰ ਸਿੰਪਲ ਮੈਂ ਦੱਸਦਾ ਵਾਂ, ਸਸਤੀ ਹੈ, ਜਿਹੜਾ ਸਭ ਤੋਂ ਵੱਧ ਸਵਾਲ ਆਉਂਦਾ ਵਾ, ਪ੍ਰੀ ਮੀਲ ਤੁਸੀਂ ਲੈ ਸਕਦੇ ਹੋ ਬਾਈ, ਥੋੜ੍ਹਾ ਜਿਹਾ ਲੈ ਲਓ ਦਹੀਂ, 100-150 ਗ੍ਰਾਮ ਤੁਹਾਡੀ ਆਪਣੀ ਬੋਡੀ ਦੇ ਹਿਸਾਬ ਨਾਲ, ਅਤੇ 100-150 ਗ੍ਰਾਮ ਲੈ ਲਓ ਤੁਸੀਂ ਆਲੂ, ਉਬਲੇ ਹੋਏ ਆਲੂ, ਅਤੇ ਵਿੱਚ ਨਮਕ ਨਮਕ ਪਾ ਕੇ ਇਹ ਤੁਸੀਂ ਵਰਕਆਊਟ ਤੋਂ 1 ਘੰਟਾ ਪਹਿਲਾਂ ਲੈ ਲਓ, ਤੁਹਾਡੇ 'ਚ ਐਨਰਜੀ ਵੀ ਆਊਗੀ ਅਤੇ ਤੁਸੀਂ ਵਰਕਆਊਟ ਵੀ ਕਰ ਸਕਦੇ ਹੋ। ਅਤੇ ਬਾਅਦ 'ਚ ਗੱਲ ਆ ਗਈ ਲਾਸਟ ਮੀਲ ਦੀ, ਲਾਸਟ ਮੀਲ 'ਚ ਜੇ ਆਪਣੇ ਘਰ ਦੁੱਧ ਹੈਗਾ ਨਾ ਬਾਈ, ਸਭ ਤੋਂ ਵੱਡੀ ਗੱਲ ਆ, ਤੁਸੀਂ ਉਹ 'ਚ ਆਪਣਾ ਐਡ ਕਰੋ ਪਨੀਰ ਅਤੇ ਰੋਟੀ ਜਾਂ ਰਾਈਸ, ਅਤੇ ਨਾਲ ਲੈ ਲਓ ਸੈਲਡ, ਇਹ ਤੁਸੀਂ ਰਾਤ ਦੀ ਹੋ ਗਈ। ਅਤੇ ਜਦੋਂ ਸੌਣ ਲੱਗਦੇ ਹੋ, 1 ਗਲਾਸ ਦੁੱਧ ਦਾ, 2 ਅਸ਼ਵਗੰਧੇ ਦੇ ਟੈਬਲੇਟ ਲੈ ਸਕਦੇ ਹੋ, ਅਤੇ ਨਾਲ ਲੈ ਲਓ 2 ਜਾਂ 3 ਖਜੂਰ, ਤੁਹਾਡਾ ਵੇਟ ਗੇਨ ਹੋਊਗਾ ਹੀ ਹੋਊਗਾ। ਕੋਈ ਸਪਲੀਮੈਂਟ ਲਾਉਣ ਦੀ ਲੈਣ ਦੀ ਲੋੜ ਨਹੀਂ ਆ, ਕਿਸੇ ਔਫਰਾਂ 'ਚ ਪੈਣ ਦੀ ਲੋੜ ਨਹੀਂ ਆ, ਚੁੱਪ ਕਰਕੇ ਨਵੇਂ ਨਵੇਂ ਹੈਗੇ ਹੋ, 6 ਮਹੀਨੇ ਆ ਟਰਾਈ ਕਰੋ, ਵੇਟ ਵਧੇਗਾ ਹੀ ਵਧੇਗਾ, ਇਹ ਗਰੰਟੀ ਆ ਬਾਈ ਆਪਣੀ। ਅਤੇ ਇੱਕ ਲੇਡੀਜ਼ ਨਾ ਪੁੱਛਦੇ ਨੇ ਵੀ ਵੇਟ ਲੋਸ ਕਿਵੇਂ ਕਰੀ, ਵੀ ਘਰੇ ਹੀ ਵਿਦਆਊਟ ਜਿੰਮ ਤੋਂ? ਘਰੇ ਗੱਲ ਸਾਰੀ ਆ ਨਾ ਬਾਈ, ਜਿਹੜੀ ਉਹਦੀ ਲੇਡੀਜ਼ ਘਰੇ ਕੰਮ ਕਰਦੀਆਂ, ਠੀਕ ਆ, ਹਾਂ, ਜਿਹੜੀਆਂ ਵੀ ਕਰਦੀਆਂ, 1 ਘੰਟਾ ਜੇ ਹੁਣ ਪੋਚਾ ਹੀ ਲਾਉਣ ਲੱਗ ਜੇ ਘਰ 'ਚ, ਬੜਾ ਪਸੀਨਾ, ਮੈਂ ਤਾਂ ਇਹ ਕਹਿੰਦਾ ਵਾਈਪਰ ਨੂੰ ਛੱਡ ਕੇ ਹੱਥ ਨਾਲ ਲਾਉਣਾ ਚਾਹੀਦਾ ਥੱਲੇ ਬੈਠ ਕੇ, ਹੈ ਨਾ, ਉਹਦੇ ਨਾਲ ਬਹੁਤ ਕੈਲਰੀ ਬਰਨ, ਮੇਨ ਮੁੱਦਾ ਕੈਲਰੀ ਬਰਨ ਕਰਨਾ ਵਾ, ਡਿਪੈਂਡ ਇਹੀ ਕਰਦਾ ਜਿੰਨਾ ਆਪਾਂ ਖਾ ਰਹੇ ਆ
ਵੀ ਕਿਹੜੀ ਕੈਲਰੀ ਲਵਾਂ, ਕਿੰਨੀਆਂ ਕੈਲਰੀ ਲਵਾਂ ਦਿਨ 'ਚ। ਅਜੇ ਬਾਈ ਉਹਨਾਂ ਨੂੰ ਤੁਹਾਨੂੰ ਪਤਾ ਤਾਂ ਕੁਛ ਹੈ ਨਹੀਂ ਗਾ, ਤੁਸੀਂ ਕੈਲਰੀਆਂ ਤੋਂ ਕੀ ਲੈਣਾ। ਨੋਰਮਲ ਡਾਇਟ ਚੱਲਣ ਦਿਉ, ਹਰ ਵੀਕ ਬਾਅਦ ਥੋੜ੍ਹੀ ਥੋੜ੍ਹੀ ਘਟਾਈ ਜਾਓ ਜੇ ਤੁਸੀਂ ਵੇਟ ਘਟਾਉਣਾ, ਜੇ ਤੁਸੀਂ ਵੇਟ ਵਧਾਉਣਾ ਥੋੜ੍ਹੀ ਥੋੜ੍ਹੀ ਵਧਾਈ ਜਾਓ। ਅਤੇ ਫਿਰ ਕਹਿੰਦੇ ਬਾਈ ਕੈਲਰੀ 'ਚ ਆਪਾਂ ਲਈਏ ਕੀ, ਹੁਣ ਤੁਸੀਂ ਹਿਸਾਬ ਲਾ ਲਓ ਇੱਕ ਜਲੇਬੀ ਆ ਜਾਂ ਦੋ ਜਲੇਬੀਆਂ ਵਾ, ਉਹ 'ਚ ਮੇਰੇ ਖਿਆਲ 500-700 ਕੈਲਰੀਆਂ ਹੁੰਦੀਆਂ, ਅਤੇ ਆਟੋਮੈਟਿਕ ਗੱਲ ਆ ਜੇ ਆਪਾਂ ਚਾਰ ਖਾ ਲਈ ਆਪਣੀ 2000 ਕੈਲਰੀ ਪੂਰੀ ਹੋ ਗਈ, ਅਤੇ ਮਤਲਬ ਆਪਣਾ ਵੇਟ ਵੱਧ ਜਾਏਗਾ, ਨਹੀਂ ਵੱਧਣ। ਤਰੀਕੇ ਨਾਲ ਹੁੰਦਾ ਬਾਈ, ਅੱਛਾ ਫੂਡ ਲਓ, ਚੌਲ ਹੋ ਗਏ, ਬ੍ਰੈਡ ਹੋ ਗਏ, ਪਟੈਟੋ ਹੋ ਗਏ, ਇਹੋ ਜਿਹੀਆਂ ਚੀਜ਼ਾਂ ਲਓ, ਇਹ ਕੈਲਰੀ ਕਾਰਬਸ ਦੇ ਸਰੋਤ ਹੁੰਦੇ ਆ, ਨਾ ਕਿ ਜਲੇਬੀਆਂ, ਰਸਗੁੱਲੇ, ਆਹ ਜਿਹੜੇ ਸਮੋਸੇ ਖਾ ਲਏ, ਇਹ ਕੈਲਰੀਆਂ ਨਹੀਂ ਹੁੰਦੀਆਂ। ਹੁਣ ਕਈ ਬਾਈ ਕਹਿੰਦੇ ਵੀ ਦਿਨ 'ਚ, ਹੁਣ ਮੈਂ ਤੁਹਾਨੂੰ ਕਹਿਤਾ ਵੀ ਲਾ ਲਓ 2000 ਕੈਲਰੀ ਤੁਸੀਂ ਦਿਨ 'ਚ ਲੈਣੀ ਆ, ਅਤੇ ਤੁਸੀਂ ਦੇ 2000 ਕੀ ਕੀਤਾ ਵੀ ਸਵੇਰੇ 2 ਸਮੋਸੇ ਖਾ ਲਏ, ਦੁਪਹਿਰੇ ਛੋਲੇ ਭਟੂਰੇ ਖਾ ਲਏ, ਅਤੇ ਸ਼ਾਮ ਨੂੰ ਹੋਰ ਕੁਛ ਲਟਰਮ ਪਟਰਮ ਖਾ ਲਿਆ, ਉਹ 'ਚ ਮਿਲਾ ਕੇ ਤੁਹਾਨੂੰ 2000 ਕੈਲਰੀ ਮਿਲ ਗਈ, ਕੀ ਤੁਹਾਡਾ ਤਾਂ ਵੇਟ ਘੱਟ ਜਾਏਗਾ? ਨਹੀਂ ਘਟਣਾ ਨਾ। ਜੇ ਚੰਗੀ ਖਾਓਗੇ ਤਾਂ ਵੇਟ ਘਟੇਗਾ, ਕੈਲਰੀਆਂ 'ਤੇ ਨਾ ਜਾਇਆ ਕਰੋ, ਅੱਛਾ ਫੂਡ ਖਾਓ, ਬਸ ਇਹ ਸਲਾਹ ਬਾਈ ਮੇਰੀ। ਅਤੇ ਇੱਕ ਤੁਸੀਂ ਸੌਂਫ ਦਾ ਪਾਣੀ ਪੀਂਦੇ ਹੁੰਦੇ ਹੋ ਜਿਹੜਾ? ਸੌਂਫ ਦਾ ਪਾਣੀ ਬਾਈ ਦੇਖ, ਮੇਰੀਆਂ ਮੀਲਾਂ ਹੈਵੀ ਹੁੰਦੀਆਂ ਥੋੜ੍ਹੀਆਂ, ਚਿਕਨ ਹੋ ਗਿਆ, ਇਹ ਹੋ ਗਿਆ, ਅਤੇ ਥੋੜ੍ਹੀ ਬਹੁਤੀ ਮੈਂ ਸੋਚਦਾ ਵੀ ਗਰਮੀ ਕੋਈ ਸੌਂਫ, ਵੈਸੇ ਵੀ ਆਪਣੇ ਪੇਟ ਸਾਫ ਲਈ ਕੰਮ ਕਰਦੀ, ਆਪਾਂ ਬੱਚਿਆਂ ਨੂੰ ਵੀ ਦਿੰਦੇ ਹੁੰਦੇ ਹਾਂ ਛੋਟੇ ਹੁੰਦੇ ਨੇ, ਕਈ ਵਾਰ ਢਿੱਡ ਪੀੜ ਹੁੰਦੀ ਆ, ਸੌਂਫ ਦਾ ਪਾਣੀ ਦਿੰਦੇ ਹਾਂ। ਉਹੀ ਇਹ ਆ, ਮੇਰਾ ਹੈਵੀ ਮੀਲਾਂ ਕਰਕੇ ਮੈਂ ਸਵੇਰੇ ਖਾਲੀ ਪੇਟ 2 ਚਮਚ ਸੌਂਫ ਦੇ ਬਾਲ ਕੇ ਉਹ 'ਚ ਇੱਕ ਨਿੰਬੂ ਪਾ ਕੇ ਪੀਂਦਾ ਪੀਂਦਾ, ਉਹਦੇ ਨਾਲ ਥੋੜ੍ਹੀ ਬਹੁਤੀ ਗਰਮੀ ਹੋਵੇ ਜਾਂ ਥੋੜ੍ਹੀ ਬਹੁਤੀ ਸਫਾਈ ਮੇਰੀ ਹੋ ਜਾਂਦੀ ਆ, ਮੈਨੂੰ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਮੇਰੇ ਪੇਟ 'ਚ। ਠੀਕ ਹੈ, ਹਾਂਜੀ ਬਾਈ। ਅਤੇ ਕੋਈ ਮੈਸੇਜ ਦੇਣਾ ਚਾਹੋਗੇ ਉਹਦੇ ਫੋਲੋਵਰਾਂ ਨੂੰ? ਮੈਸੇਜ ਬਾਈ ਇਹ ਦੇਣਾ ਚਾਹੁੰਦੇ, ਤੁਸੀਂ ਬੜਾ ਪਿਆਰ ਕਰਦੇ ਹੋ ਬਾਈ ਜੀ, ਮੈਂ ਹਰੇਕ ਦਾ ਰਿਪਲਾਈ ਕਰ ਰਿਹਾ, ਜਿੰਨੀ ਵੀ ਕੋਸ਼ਿਸ਼ ਹੋ ਸਕਦੀ ਹਰੇਕ ਕਮੈਂਟ ਦਾ ਰਿਪਲਾਈ ਕਰ ਰਿਹਾ, ਅਤੇ ਬਾਈ ਇੱਦਾਂ ਹੀ ਪਿਆਰ ਕਰਦੇ ਰਹੋ ਯਾਰ, ਫੋਲੋ ਕਰਦੇ ਰਹੋ, ਤੁਹਾਡੇ ਕਰਕੇ ਆ, ਤੁਹਾਡੇ ਕਰਕੇ ਹੀ ਮੈਂ ਵੀਡੀਓ ਪਾਉਂਦਾ, ਅਤੇ ਗੱਲ ਫੇਕ ਸਪਲੀਮੈਂਟ 'ਤੇ ਹੁੰਦੀ ਆਪਣੀ ਜ਼ਿਆਦੀ, ਸਾਰੇ ਪੰਜਾਬ 'ਚ ਬਾਈ ਕੋਈ ਫੇਕ ਸਪਲੀਮੈਂਟ 'ਤੇ ਨਹੀਂ ਬੋਲਣ ਦਿਆ, ਬਥੇਰੇ ਬੋਡੀ ਬਿਲਡਰ ਪਏ ਆ, ਵੱਡੇ ਵੱਡੇ ਅਕਾਊਂਟ ਬਣੇ ਪਏ ਆ ਇੰਸਟਾਗ੍ਰਾਮ 'ਤੇ, ਕੋਈ ਇਸ ਚੀਜ਼ ਬਾਰੇ ਨਹੀਂ ਬੋਲ ਰਿਹਾ, ਅਤੇ ਸਭ ਨੂੰ ਪਤਾ ਵੀ ਹਰੇਕ ਸ਼ਹਿਰ ਹਰੇਕ ਪਿੰਡ 'ਚ ਇਹ ਕੰਮ ਹੋ ਰਿਹਾ। ਮੈਂ ਇਹ ਕਹਿੰਦਾ ਬਾਈ ਜਿਹੜੇ ਵਧੀਆ ਅਕਾਊਂਟ ਆ ਜਿਨ੍ਹਾਂ ਦੇ ਯਾਰ ਥੋੜ੍ਹਾ ਜਿਹਾ ਅੱਗੇ ਆਓ, ਹੈ ਨਾ, ਕਿਉਂਕਿ ਨਵੇਂ ਬੱਚਿਆਂ ਲਈ ਆਪਾਂ ਹੀ ਆ, ਉਹਨਾਂ ਨੂੰ ਬਾਈਆਂ ਨੂੰ ਕੁਛ ਨਹੀਂ ਪਤਾ, ਹੁਣ ਮੇਰੇ 'ਤੇ ਜੇ ਕੋਈ ਯਕੀਨ ਕਰਦਾ ਨਾ, ਮੈਂ ਉਹਨੂੰ ਭਾਵੇਂ ਮਿੱਟੀ ਦੇ ਦਾਂ ਲਿਆ ਕੇ, ਉਹ ਖਾ ਲਏਗਾ, ਕਿਉਂਕਿ ਉਹਨੂੰ ਮੇਰੇ 'ਤੇ ਯਕੀਨ ਆ। ਇਸ ਲਈ ਬਾਈ ਥੋੜ੍ਹਾ ਅੱਗੇ ਆਓ, ਥੋੜ੍ਹਾ ਸਪਲੀਮੈਂਟ ਬਾਰੇ ਗਿਆਨ ਦਿਓ ਵੀ ਆਹ ਚੀਜ਼ਾਂ ਗਲਤ ਆ, ਅਤੇ ਗਲਤ ਆ ਸਿਰਫ ਆਪਣੇ ਵਿਊ ਦੇ ਚੱਕਰ 'ਚ, ਆਪਣੇ ਪੈਸੇ ਕਮਾਉਣ ਦੇ ਚੱਕਰ 'ਚ ਨਾ ਪਾਓ, ਥੋੜ੍ਹਾ ਜਿਹਾ ਸੋਚ ਲਓ। ਮੈਂ ਜ਼ਿਆਦਾ ਨਹੀਂ ਕਹਿੰਦਾ, ਵਿਊ ਮੈਨੂੰ ਵੀ ਚਾਹੀਦੇ ਆ, ਮੈਨੂੰ ਵੀ ਪੈਸੇ ਚਾਹੀਦੇ ਆ, ਪਰ ਸਾਲਾ ਕੋਈ ਤਰੀਕਾ ਹੁੰਦਾ, ਇੱਕ ਅੱਡ ਲਾਈਨ ਵੀ ਹੋਣੀ ਚਾਹੀਦੀ ਆ, ਕੁਛ ਕੁਛ ਭਲਾਈ ਲਈ ਜ਼ਰੂਰ ਕਰੋ ਵੀਰ ਬਣ ਕੇ। ਅਤੇ ਜਿਹੜੇ ਮੇਰੇ ਵੀਰ ਮੈਨੂੰ ਫੋਲੋ ਕਰ ਰਹੇ, ਧੰਨਵਾਦ ਬਾਈ ਜੀ, ਬਹੁਤ ਪਿਆਰ ਦੇ ਰਹੇ ਹੋ ਤੁਸੀਂ, ਵਧੀਆ ਆਪਣਾ ਚੱਲ ਰਿਹਾ ਕੰਮ, ਬਸ ਬਾਈ ਇਹੀ ਕਹਿਣਾ ਚਾਹੁੰਦਾ ਮੈਂ। ਤੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਰੇ, ਆਉਂਦਾ ਕੀਮਤੀ ਸਮਾਂ ਕੱਢ ਕੇ ਆਉਣ ਵਾਸਤੇ। ਨਹੀਂ ਨਹੀਂ ਬਾਈ, ਕੀਮਤੀ ਵਾਲੀ ਕਿਹੜੀ ਗੱਲ ਆ, ਤੁਸੀਂ ਬੁਲਾਇਆ ਆਪਾਂ ਇੱਕ ਕਹਿਣ ਇੱਕ ਬੋਲ 'ਤੇ ਆ ਗਏ। ਨਾ ਨਾ ਵੀਰੇ, ਬਹੁਤ ਵਧੀਆ ਨੇਚਰ ਸੀਗਾ ਵੀਰ ਉਹਨਾਂ ਦਾ, ਬਾਏ ਮੈਂ ਕਹਿੰਦਾ ਕਈਆਂ ਤਾਂ ਕਈ ਗੱਲਾਂ ਤਾਂ ਇਹੋ ਜਿਹੀਆਂ ਦੱਸੀਆਂ ਜਿਹੜੀਆਂ ਆਪਾਂ ਕੈਮਰੇ ਮੂਹਰੇ ਨਹੀਂ ਕਰ ਸਕਦੇ ਹੈਗੇ, ਅਤੇ ਬਹੁਤ ਵਧੀਆ ਨੇਚਰ ਸੀਗਾ। ਮਿਲਦੇ ਹਾਂ ਜੀ ਜਲਦੀ ਅਗਲੇ ਪੋਡਕਾਸਟ 'ਚ।